ਕਰੇ, ਕਰਨਾ ਕੀ, ਅਸੀਂ ਇੱਕੋ ਹੀ ਕੰਮ ਹੈ ਸਾਨੂੰ ਦਿੱਤਾ ਸਤਿਗੁਰੂ ਸੱਚੇ ਪਾਤਸ਼ਾਹ ਨੇ, ਨਾਮ ਜਪਣ ਦਾ। ਪ੍ਰਾਣੀ ਇੱਕੋ ਨਾਮ 'ਤੇ ਆਵੋ, ਆਪਣੀ ਪਤ ਛੇਤੀ ਘਰ ਜਾਵੋ। ਸਾਨੂੰ ਸਾਰਿਆਂ ਨੂੰ ਇੱਕੋ ਹੀ ਹੁਕਮ ਹੈ ਜਿਨ੍ਹਾਂ ਨੂੰ ਪੰਜਾਂ ਦੇਖਿਆ ਆਖ ਬਜਾਇਆ, ਸਿਫਤੀ ਸੱਚ ਸਮਿਓ, ਤਿੰਨ ਕੋ ਕਿਆ ਉਪਦੇਸ਼ੀ ਜਿਨ ਗੁਰੂ ਨਾਨਕ ਦੇਵ, ਜਿਨ੍ਹਾਂ ਦਾ ਗੁਰੂ ਗੁਰੂ ਨਾਨਕ ਦੇਵ ਜੀ ਹੈ ਨਾ, ਉਹਨਾਂ ਨੂੰ ਕਿਸੇ ਹੋਰ ਉਪਦੇਸ਼ ਦੀ ਲੋੜ ਨਹੀਂ। ਭਾਵ ਜਿਨ੍ਹਾਂ ਨੇ ਪੰਜਾਂ ਪਿਆਰਿਆਂ ਕੋਲੋਂ ਅੰਮ੍ਰਿਤ ਦੀ ਦਾਤ ਲੈ ਲਈ, ਅੰਮ੍ਰਿਤ ਨਾਮ ਪੰਜਾਂ ਪਿਆਰਿਆਂ ਨੇ ਸਿਰ 'ਤੇ ਹੱਥ ਰੱਖ ਕੇ ਉਹਨਾਂ ਨੂੰ ਨਾਮ ਦ੍ਰਿੜ ਕਰਾਤਾ, ਉਹਨਾਂ ਨੂੰ ਹੋਰ ਕਿਸੇ ਉਪਦੇਸ਼ ਦੀ ਲੋੜ ਨਹੀਂ, ਹੋਰ ਕਿਸੇ ਕਥਾ ਦੀ ਲੋੜ ਨਹੀਂ, ਉਹਨਾਂ ਨੇ ਸਿਰਫ ਉਹਨੂੰ ਜਪਣਾ ਆ। ਹੁਣ ਸਾਨੂੰ ਇਹੀ ਹੁਕਮ ਹੈ, ਸਾਹ ਸਾਹ ਸਿਮਰੋ ਗੋਬਿੰਦ, ਮਨ ਅੰਤਰ ਕੀ ਉਤਰੇ ਚਿੰਨ। ਜਿਉਂ ਜਿਉਂ ਜਪੀ ਜਾਵਾਂਗੇ, ਤਿਉਂ ਤਿਉਂ ਪਰਮਾਤਮਾ ਦੇ ਲਾਗੇ ਹੋਈ ਜਾਵਾਂਗੇ, ਮਨ ਦੀ ਮੈਲ ਉਤਰ ਜੀ ਜਾਏਗੀ, ਅਤੇ ਆਪਣਾ ਜਿਹੜਾ ਅਕਸ ਹੈ ਸਾਡਾ ਆਪਣਾ, ਉਹ ਆਪਣਾ ਆਪ ਹੀ ਦਿਖਾਈ ਦੇਗਾ। ਤੋ ਮਨ ਜਿਹੜਾ ਪਵਿੱਤਰ ਹੋ ਜਾਏਗਾ, ਨਿਰਮਲ ਹੋ ਜਾਏਗਾ, ਅਤੇ ਮਨ ਨਿਰਮਲ ਪਿਆ ਜੈਸੇ ਗੰਗਾ ਨੀਰ ਪਾਛੇ ਲਾਗੋ ਹਰ ਫਿਰੇ ਕੈਦ ਕਬੀਰ ਕਬੀਰ। ਤੋ ਆਪਾਂ ਨੇ ਇਹੀ ਕਰਨਾ ਵੀ ਅੰਮ੍ਰਿਤ ਵੇਲਾ ਸੰਭਾਲਣਾ। ਅੰਮ੍ਰਿਤ ਵੇਲਾ ਸਿੱਖ ਦੀ ਜਿੰਦ ਜਾਣ ਆ, ਜਿਹਦੇ ਕੋਲ ਅੰਮ੍ਰਿਤ ਵੇਲਾ ਹੈ ਉਹ ਸ਼ਹਿਨਸ਼ਾਹ ਆ, ਉਹੀ ਪਾਤਸ਼ਾਹ ਆ ਜਿਹਦੇ ਕੋਲ ਅੰਮ੍ਰਿਤ ਵੇਲਾ ਆ। ਤੋ ਆਪਾਂ ਸਾਰਿਆਂ ਨੇ ਰਲ ਕੇ ਸੰਗਤੀ ਤੌਰ 'ਤੇ ਅੰਮ੍ਰਿਤ ਵੇਲਾ ਵੱਧ ਤੋਂ ਵੱਧ ਅੰਮ੍ਰਿਤ ਵੇਲਾ ਕਰਨਾ। ਤੋ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ, ਜਿਸ ਨੂੰ ਬਖਸ਼ੇ ਸਿਫ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ। ਤੋ ਆਪਾਂ ਪਾਤਸ਼ਾਹ ਬਣਨਾ ਅਤੇ ਆਪਾਂ ਨੂੰ ਰਲ ਕੇ ਮਿਲ ਕੇ ਸਾਰਿਆਂ ਨੂੰ ਰਲ ਮਿਲ ਕੇ ਅੰਮ੍ਰਿਤ ਵੇਲਾ ਸੰਭਾਲਣਾ ਚਾਹੀਦਾ ਹੈ, ਮਿਲ ਕੇ ਨਾਮ ਜਪਣਾ, ਸਵਾਸ ਸਵਾਸ ਨਾਮ ਜਪਣਾ। ਜਿੰਨਾ ਵੀ ਵੱਧ ਤੋਂ ਵੱਧ ਨਾਮ ਤੁਸੀਂ ਜਪ ਸਕਦੇ ਹੋ, ਓਨਾ ਹੀ ਘੱਟ ਆ। ਜਿੰਨਾ ਤੁਸੀਂ ਜਪ ਲਿਆ, ਇਹ ਨਹੀਂ ਸਮਝਣਾ ਵੀ ਬਹੁਤ ਜਪ ਲਿਆ, ਨਹੀਂ ਬਹੁਤ ਨਹੀਂ ਜਪਿਆ, ਜੇ ਘੱਟ ਹੀ ਆ। ਤੋ ਹੋਰ ਗੁਰਮੁਖ ਰੋਮ ਰੋਮ ਹਰ ਤਿਆਵੇ, ਦੇਖੋ ਕਿੱਥੇ ਲੈ ਗਏ ਮਹਾਰਾਜ, ਇੱਕ ਦੂਜੀ ਪੂੰ ਲੱਖ ਹੋਵੇ, ਲੱਖ ਹੋਵੇ ਲੱਖ ਵੀਸ, ਲੱਖ ਲੱਖ ਕਿਹੜਾ ਆਖੀਏ, ਇੱਕ ਨਾਮ ਜਗਦੀਸ਼। ਤੋ ਸਾਨੂੰ ਤਾਂ ਇੱਕ ਜੀ ਮਿਲੀ ਹੈ, ਅਤੇ ਮਹਾਰਾਜ ਦੇਖੋ ਮਹਾਰਾਜ ਕੀ ਕਹਿੰਦੇ, ਮਹਾਰਾਜ ਕਹਿੰਦੇ ਲੱਖ ਜੀਵਾ ਦਿਓ ਮੇਰੇ ਪਿਆਰੇ, ਕਾਹਦੇ ਵਾਸਤੇ, ਮੁੱਖ ਹਰ ਅਰਾਧੇ ਮੇਰਾ ਰਾਮ। ਤੋ ਅਸੀਂ ਵੀ ਉਹ ਲੱਖ ਜੀਵਾ ਮੰਗਣੀ ਆ, ਸਾਡੇ ਰੋਮ ਰੋਮ ਨੂੰ ਜੀਵ ਲੱਗੇ, ਅਤੇ ਅਸੀਂ ਪਰਮਾਤਮਾ ਦਾ ਨਾਮ ਜਪੀਏ। ਤੋ ਇਹੀ ਕਰਨਾ, ਤੁਸੀਂ ਸਾਰਿਆਂ ਨੇ ਰਲ ਕੇ ਇਕੱਠੇ ਹੋਣਾ। ਕੋਈ ਬਾਪੂ ਸਾਧੂ ਸਿੰਘ ਜੀ ਦੀ ਗੱਲ ਤੁਹਾਨੂੰ ਸੁਣਾਉਣਾ, ਜਿਹੜੇ ਖੜਤਾਲਾਂ ਵਜਾਉਂਦੇ, ਸ਼ਾਇਦ ਕਿਸੇ ਨੇ ਦੇਖਿਆ ਹੋਵੇ, ਰੈਨਸ ਬਾਈ ਤਾਂ ਸਾਰੀ ਰਾਤ ਖੜਤਾਲਾਂ ਵਜਾਉਂਦੇ ਸੀ, ਬਾਪੂ ਸਾਧੂ ਸਿੰਘ ਤਪਲੇ ਵਾਲੇ ਦੇ ਨਾਲ ਬੈਠੇ ਹੁੰਦੇ ਸੀ। ਉਹਨਾਂ ਨੇ ਮੈਨੂੰ ਇੱਕ ਵਾਰੀ ਸੀ, ਉਹਨਾਂ ਨੂੰ ਪੁੱਛਦੇ ਸੀ ਇੱਦਾਂ ਜਿੱਦਾਂ ਤੁਸੀਂ ਸਾਨੂੰ ਹੁਣ ਪੁੱਛਦੇ ਹੋ, ਅਤੇ ਮੈਂ ਕਿਹਾ ਬਾਪੂ ਜੀ ਕੋਈ ਗੱਲ ਦੱਸੋ। ਤੋ ਕਹਿੰਦੇ ਵੀ ਜੇ ਕਦੀ ਸਿੱਖ ਨਾਲ ਕਿਸੇ ਨਾਲ ਮਤਭੇਦ ਹੋ ਜਾਏ ਨਾ, ਮੰਨ ਲਓ ਸਾਡਾ ਕਿਸੇ ਨਾਲ ਮਨਮਿਟਾਵ ਹੋ ਗਿਆ, ਮਤਭੇਦ ਹੋ ਗਈ, ਕਹਿੰਦੇ ਰਾਤ ਨਹੀਂ ਪੈਣ ਦੇਣੀ, ਰਾਤ ਤੋਂ ਪਹਿਲਾਂ ਮਸਲਾ ਹੱਲ ਕਰ ਲੈਣਾ, ਜੇ ਰਾਤ ਪੈ ਗਈ ਫਿਰ ਹੋ ਸਕਦਾ ਗੰਢ ਪੈ ਜਾਏ। ਤਾਂ ਰਾਤ ਨਹੀਂ ਪੈਣ ਦੇਣੀ, ਕਹਿੰਦੇ ਸਿੱਖ ਨੇ ਗੁੱਸਾ ਇੰਨਾ ਕਰਨਾ ਜਿਵੇਂ ਪਾਣੀ 'ਚ ਸੋਟਾ ਮਾਰਿਆ, ਪਾਣੀ 'ਚ ਸੋਟਾ ਮਾਰਿਆ, ਸਮਝਣ, ਪਾਣੀ 'ਚ ਇੱਦਾਂ ਸੋਟੀ ਮਾਰੋ, ਬਾਹਰ ਕੱਢੋ ਪਾਣੀ, ਫਿਰ ਇੱਕ ਹੋ ਜਾਂਦਾ। ਕਹਿੰਦਾ ਬਸ ਇੰਨਾ ਕੁ ਗੁੱਸਾ ਕਰਨਾ, ਇੰਨਾ ਕੁ ਟਾਈਮ ਵਾਸਤੇ, ਮਾੜਾ ਜਿਹਾ ਦੱਸਣ ਵਾਸਤੇ ਅਗਲੇ ਨੂੰ ਵੀ ਮੈਂ ਤੇਰੇ ਨਾਲ ਨਾਰਾਜ਼ ਹਾਂ, ਉਸ ਤੋਂ ਬਾਅਦ ਫਿਰ ਇੱਕ ਹੋ ਜਾਣਾ। ਤੋ ਜਿੰਨ ਚਿਰ ਅਸੀਂ ਇੱਕ ਹਾਂ, ਇੱਕ ਹੋਏ ਤਾਂ ਉਗਵੇ, ਜਾਂ ਇੱਕ ਹੋਏ ਤਾਂ ਉਗਵੇ, ਰੁੱਤੀ ਰੁੱਤ ਹੋਏ, ਇੱਕ ਹੈ ਤਾਂ ਉਗੋਗੇ, ਜੇ ਵੱਖਰੇ ਵੱਖਰੇ ਹੋ ਗਏ ਫਿਰ ਉਗਣਾ ਨਹੀਂ। ਤੋ ਇਹੀ ਤੁਹਾਨੂੰ ਸਾਰਿਆਂ ਨੂੰ ਮੇਰੀ ਬੇਨਤੀ ਹੈ ਤੁਹਾਡੇ ਚਰਨਾਂ 'ਚ, ਵੀ ਤੁਸੀਂ ਸਾਰਿਆਂ ਨੇ ਰਲ ਕੇ, ਰਲ ਮਿਲ ਕੇ ਆਪਾਂ ਪੰਥ ਦਾ ਭਲਾ ਕਰਨਾ। ਇਕੱਲਾ ਇਕੱਲਾ ਵੀ ਤੁਸੀਂ ਪੰਥ ਹੋ, ਅਤੇ ਰਲ ਕੇ ਇੱਕ ਤੋਂ ਦੋ ਅਤੇ ਦੋ ਤੋਂ ਚਾਰ ਪੰਜ ਮਿਲ ਕੇ ਫਿਰ ਪੂਰਾ ਪੰਥ ਬਣਦਾ। ਤੋ ਆਪਾਂ ਸਾਰਿਆਂ ਨੇ ਨਾਮ ਜਪ ਕੇ ਚੜ੍ਹਦੀ ਕਲਾ ਜਾਣਾ, ਨਾਮ ਜਪਣਾ, ਬਸ ਇੱਕੋ ਹੀ ਹੁਕਮ ਹੈ, ਨਾਮ ਜਪੋ ਮੇਰੇ ਸਾਜਨ ਸਹਿਣਾ, ਨਾਮ ਬਿਨਾਂ ਮੈਂ ਅਵਰ ਨਾ ਕੋਈ, ਵੱਡੇ ਪਾ ਗੁਰਮੁਖ ਹਰ ਲੈਣਾ। ਜਿਵੇਂ ਤੁਸੀਂ ਦੇਖੋ ਮੱਛੀ ਦਾ ਜੀਵਨ ਕੀ ਹੈ, ਪਾਣੀ, ਮੱਛੀ ਨੂੰ ਪਾਣੀ 'ਚੋਂ ਕੱਢ ਦਿਉ, ਭਾਵੇਂ ਉਹਨੂੰ ਸੋਨੇ ਦੇ ਘਰ 'ਚ ਰੱਖੋ, ਜਿੰਦਾ ਰਹਿ ਸਕਦੀ? ਮੱਛੀ ਨੂੰ ਜੇ ਪਾਣੀ 'ਚੋਂ ਆਪਾਂ ਕੱਢ ਦਈਏ ਬਾਹਰ, ਤਾਂ ਉਹਨੂੰ ਕਿਸੇ ਸੋਨੇ ਦੇ ਘਰ 'ਚ ਲਿਆ ਕੇ ਰੱਖ ਦਈਏ, ਹੀਰਿਆਂ ਦੇ ਘਰ 'ਚ ਲਿਆ ਰੱਖ ਦਈਏ, ਨਹੀਂ ਉਹ ਜਿੰਦਾ ਨਹੀਂ ਰਹਿੰਦੀ, ਮਰ ਜਾਂਦੀ ਹੈ। ਸਿੱਖ ਦਾ ਜੀਵਨ ਵੀ ਬਾਣੀ ਹੈ ਅਤੇ ਨਾਮ ਆ। ਸਿੱਖ ਨੂੰ ਵੀ ਜੇ ਬਾਣੀ ਅਤੇ ਨਾਮ ਨਾਲ ਤੋੜ ਦਿਓ, ਤਾਂ ਭਾਵੇਂ ਜਿੰਨੇ ਮਰਜ਼ੀ ਇਹਨੂੰ ਘਰ ਵੱਡੇ ਵੱਡੇ ਦੇ ਦਿਓ, ਜਿੰਨੀਆਂ ਮਰਜ਼ੀ ਕੋਠੀਆਂ ਕਾਰਾਂ ਜੋ ਮਰਜ਼ੀ ਦੇ ਦਿਓ, ਇਹ ਵੀ ਮਰ ਜਾਂਦਾ। ਤੋ ਜਿਵੇਂ ਮੱਛੀ ਦਾ ਜੀਵਨ ਪਾਣੀ ਹੈ, ਸਿੱਖ ਦਾ ਜੀਵਨ ਬਾਣੀ ਹੈ। ਮੱਛੀ ਪਾਣੀ ਤੋਂ ਬਗੈਰ ਨਹੀਂ ਰਹਿ ਸਕਦੀ, ਭਾਵੇਂ ਉਹਨੂੰ ਸੋਨੇ ਦੇ ਘਰਾਂ 'ਚ ਰੱਖੋ, ਨਹੀਂ ਰਹਿ ਸਕਦੀ, ਮਰ ਜਾਣਾ ਉਹਨੇ, ਤੜਫ ਤੜਫ ਕੇ ਮਰ ਜਾਣਾ। ਤੋ ਸਿੱਖ ਵੀ ਜਦੋਂ ਬਾਣੀ ਨਾਲ ਟੁੱਟਦੇ ਨੇ, ਉਦੋਂ ਫਿਰ ਤੜਫ ਤੜਫ ਕੇ ਦੁਖੀ ਹੋ ਕੇ ਮਰਦੇ ਨੇ। ਤੋ ਮਹਾਰਾਜ ਕਿਰਪਾ ਕਰੇ, ਆਪਾਂ ਬਾਣੀ ਅਤੇ ਨਾਮ ਨਾਲ ਜੁੜਨਾ, ਨਾਮ ਬਾਣੀ ਨਾਲ ਜੁੜਨਾ, ਕਿਸੇ ਬੰਦੇ ਨਾਲ ਨਹੀਂ ਜੁੜਨਾ। ਤੁਹਾਨੂੰ ਹੁਣ ਨਾਮ ਮਿਲ ਪਿਆ, ਹੁਣ ਸੰਗਤ ਵਿੱਚ ਬੈਠ ਕੇ ਨਾਮ ਜਪਣਾ। ਇੱਕ ਸਿੱਖ ਦੋਏ ਸਾਧ ਸੰਗ ਪੰਜੀ ਪਰਮੇਸ਼ਰ, ਭਾਈ ਗੁਰਦਾਸ ਜੀ ਕਹਿ ਗਏ। ਤੋ ਕਿਸੇ ਇਕੱਲੇ ਦੇ ਮਗਰ ਨਹੀਂ ਦੌੜਨਾ, ਜਿੱਦਾਂ ਕਿ ਅੱਜ ਕੱਲ੍ਹ ਦੇਖਣ ਵਿੱਚ ਆਉਂਦਾ ਵੀ ਕੋਈ ਆ ਜਾਵੇ, ਬਸ ਸਾਨੂੰ ਮਾੜਾ ਜਿਹਾ ਦਿਸ ਪਵੇ, ਉਹ ਕੋਈ ਕਹਿ ਦੇ ਸਾਈ ਥਾਂ ਸਾਨੂੰ ਵੀ ਆਓ, ਤੁਹਾਨੂੰ ਦਸਵਾਂ ਦੁਆਰ ਦਿਖਾ ਦੇਣਾ, ਕੋਈ ਕਹਿ ਦਿਆ ਤੁਹਾਡੇ ਨਾਲ ਸ਼ਬਦ ਵਜਾ ਦਿੰਦਾ, ਅਸੀਂ ਬਸ ਉੱਧਰ ਨੂੰ ਤੁਰ ਜਾਂਦੇ ਹਾਂ, ਕੁਛ ਨਹੀਂ ਹੈਗਾ, ਐਵੇਂ ਨਾ ਭੁਲੇਖੇ 'ਚ ਪੈ ਜਾ, ਕਿਸੇ ਚੱਕਰ 'ਚ ਨਹੀਂ ਪੈਣਾ। ਮਹਾਰਾਜ ਸਾਰੇ ਚੱਕਰਾਂ 'ਚੋਂ ਕੱਢ ਕੇ ਸਾਨੂੰ ਬੜਾ ਸੌਖਾ ਕਰਤਾ। ਅਤੇ ਨਾਲੇ ਵੇਖੋ ਕੀ ਕਹਿੰਦੇ ਨੇ ਮਹਾਰਾਜ, ਜਾਂ ਨਾਨਕ ਧੂੜ ਮੰਗੇ ਤਿਸ ਗੁਰਸਿੱਖੀ ਜੋ ਆਪ ਜਪੇ ਅਵਰਾ ਨਾਮ ਜਪਾਵੇ। ਕਿਤੇ ਕਿਹਾ ਵੀ ਉਹਦਾ ਦਸਵਾਂ ਦੁਆਰ ਖੁੱਲ੍ਹਿਆ ਵੀ ਉਹਦੇ ਨਾਲ ਸ਼ਬਦ ਵੱਜਦੇ ਹੋਣ? ਉਹਨੇ ਕਿਹਾ ਜਿਹੜਾ ਨਾਮ ਜਪਦਾ ਮੈਂ ਉਹਦੀ ਧੂੜ ਮੰਗਦਾ, ਉਹ ਆਪੇ ਖੁੱਲ੍ਹ ਜਾਣਗੇ, ਫਿਕਰ ਨਾ ਕਰੋ, ਐਵੇਂ ਦੌੜ ਭੱਜਣ ਦੀ ਕਿਤੇ ਲੋੜ ਨਹੀਂ। ਤੁਸੀਂ ਸਿਰਫ ਸਾਰੇ ਇਕੱਠੇ ਮਿਲ ਕੇ ਅੰਮ੍ਰਿਤ ਵੇਲਾ ਸੰਭਾਲੋ, ਨਾਮ ਜਪੋ, ਵੱਧ ਤੋਂ ਵੱਧ ਬਾਣੀ ਪੜ੍ਹੋ ਜੇ ਨਹੀਂ ਪੜ੍ਹ ਸਕਦੇ ਹੋ। ਇਹੀ ਮੇਰਾ ਤੁਹਾਨੂੰ ਬੇਨਤੀ ਹੈ,
ਅਤੇ ਇਹੀ ਗੁਰੂ ਸਾਹਿਬ ਕਿਰਪਾ ਕਰਨ, ਤੁਸੀਂ ਸਾਡਾ ਅਗਲਾ ਵੇਖਿਓ ਅਤੇ ਨਾਮ ਬਾਣੀ ਨਾਲ ਪੜ੍ਹੋ, ਵਿਚਾਰ ਸ਼ਬਦ ਦੀ ਵਿਚਾਰ ਕਰੋ, ਤਾਂ ਕਿ ਤੁਹਾਨੂੰ ਇਹ ਪਤਾ ਲੱਗੇ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਕੀ ਨੇ, ਬਾਣੀ ਕਹਿੰਦੇ ਕੀ ਹੈ ਸਾਨੂੰ। ਤਾਂ ਜਿੰਨੇ ਚਿਰ ਅਸੀਂ ਵਿਚਾਰ ਨਹੀਂ ਕਰਦੇ ਨਾ, ਜਦੋਂ ਵਿਚਾਰ ਨਾਲ ਟੁੱਟ ਜਾਂਦੇ ਹਾਂ, ਫਿਰ ਸਾਨੂੰ ਕੋਈ ਵੀ ਜਿਹੜਾ ਮਰਜ਼ੀ ਲੈ ਜਾਂਦਾ, ਪਿੱਛੇ ਲਾ ਲੈਂਦਾ। ਜੋ ਮਹਾਰਾਜ ਬਾਣੀ 'ਚ ਲਿਖਿਆ ਨਾ, ਨਾਨਕ ਗੁਰੂ ਨਾ ਚੇਤਨੀ ਮਨ ਆਪਣੇ ਸੁਚੇਤ। ਗੁਰੂ ਨੂੰ ਤਾਂ ਚੇਤਾ ਨਹੀਂ ਕਰਦੇ, ਉੱਦਾਂ ਬੜੇ ਸੁਚੇਤ ਨੇ, ਪਰ ਉਹ ਲੋਕ ਕਿੱਦਾਂ ਨੇ, ਛੁੱਟੇ ਤਿਲ ਵਾੜ ਜੂੰ ਸੁੰਝੇ ਅੰਦਰ ਖੇਤ। ਉਸ ਤਿਲਾਂ ਦੇ ਬੂਟੇ ਵਾਂਗ ਨੇ ਜਿਹਨੂੰ ਕੋਈ ਫਲ ਨਹੀਂ ਪੈਣਾ, ਖੇਤ ਬੰਦ ਖਾਲੀ ਛੱਡ ਦਿੱਤਾ ਜਾਂਦਾ। ਖੇਤੇ ਅੰਦਰ ਛੁੱਟਿਆਂ ਕਹੋ ਨਾਨਕ ਸੌ ਨਾ, ਉਹਦੇ ਸੌ ਖਸਮ ਬਣ ਜਾਂਦੇ ਨੇ, ਜਿਹੜਾ ਮਰਜ਼ੀ ਉਹਨੂੰ ਲਤਾੜ ਕੇ ਲੰਘ ਜਾਂਦਾ, ਜਿਹੜਾ ਮਰਜ਼ੀ ਉਹਨੂੰ ਪੁੱਟ ਕੇ ਲੈ ਜਾਏ। ਤਾਂ ਆਪਾਂ ਇੱਦਾਂ ਨਹੀਂ, ਆਪਣਾ ਆਪਾਂ ਆਪਣੇ ਕੋਲ ਗੁਰੂ ਹੈ, ਆਪਾਂ ਖਸਮ ਵਾਲੇ ਹਾਂ। ਕੁਛ ਵੀ ਪੁੱਛਣਾ, ਮੈਂ ਗੁਰ ਪੁੱਛਿਆ ਆਪਣਾ ਅਵਰ ਨਾਹੀਂ ਥਾਂ। ਤੁਸੀਂ ਜਦੋਂ ਵੀ ਮਰਜ਼ੀ ਆਓ ਗੁਰੂ ਗ੍ਰੰਥ ਸਾਹਿਬ ਕੋਲ, ਦੁਨੀਆਂ ਦੀ ਕੋਈ ਸਮੱਸਿਆ ਲੈ ਕੇ ਆਓ, ਹੱਥ ਜੋੜ ਕੇ ਬੇਨਤੀ ਕਰੋ, ਹੁਕਮਨਾਮਾ ਲਓ, ਤੁਹਾਡੀ ਸਮੱਸਿਆ ਦਾ ਹੱਲ ਉੱਥੇ ਪਿਆ ਹੋਇਆ। ਕਿਸੇ ਬੰਦੇ ਮਗਰ ਜਾਣ ਦੀ ਲੋੜ ਨਹੀਂ, ਬਸ ਨਾਮ ਜਪੋ, ਖੂਬ ਨਾਮ ਜਪੋ, ਬਾਣੀ ਪੜ੍ਹੋ, ਅਤੇ ਗੁਰੂ ਦੀ ਅਗਵਾਈ ਲੈਣੀ ਹੈ, ਗੁਰਸਿੱਖਾਂ ਦੇ ਨਾਲ ਪਿਆਰ ਕਰਨਾ ਹੈ। ਗੁਰਸਿੱਖਾਂ ਕਿੱਦੀ, ਮਹਾਰਾਜ ਆਪ ਧੂੜ ਮੰਗਦੇ ਨੇ ਗੁਰਸਿੱਖਾਂ ਕੀ, ਹਰ ਧੂੜ ਦੇ ਹਮ ਪਾਪੀ ਪੀ ਗਤ ਪਾਏ। ਮਹਾਰਾਜ ਨੇ ਪੂਰਾ ਬਾਣੀ 'ਚ ਗੁਰਸਿੱਖਾਂ ਇੱਕੋ ਪਿਆਰ, ਗੁਰਮਿੱਤਾਂ, ਪੁੱਤਾਂ, ਭਾਈਆਂ। ਗੁਰੂ ਸਾਹਿਬ ਆਪ ਕਹਿੰਦੇ ਨੇ, ਮੈਂ ਆਪਣੇ ਮੂੰਹ 'ਚੋਂ ਕੱਢ ਕੇ ਗੁਰਸਿੱਖਾਂ ਦੇ ਮੂੰਹ 'ਚ ਪਾ ਦੇਣਾ, ਸਤਿਗੁਰ ਪ੍ਰੀਤ ਗੁਰਸਿੱਖ ਮੁੱਖ ਪਾਏ। ਤਾਂ ਆਪਾਂ ਇੱਕ ਦੂਜੇ ਨਾਲ ਪਿਆਰ ਕਰਨਾ, ਪਿਆਰ ਨਾਲ ਰਹਿਣਾ, ਨਾਮ ਜਪਣਾ, ਬਾਣੀ ਪੜ੍ਹਨੀ ਆ, ਗੁੰਮਰਾਹ ਨਹੀਂ ਹੋਣਾ, ਦੌੜਨ ਭੱਜਣ ਦੀ ਲੋੜ ਨਹੀਂ। ਜੋ ਗੁਰੂ ਕੋਲ ਸਭ ਤੋਂ ਵਧੀਆ ਚੀਜ਼ ਸੀ ਨਾ, ਨਾਮ, ਉਹ ਉਹਨੇ ਤੁਹਾਡੀ ਝੋਲੀ 'ਚ ਪਾ ਦਿੱਤਾ ਹੈ। ਹੁਣ ਇਸ ਤੋਂ ਵੱਧ ਹੋਰ ਤੁਹਾਨੂੰ ਕੋਈ ਕੁਛ ਨਹੀਂ ਦੇ ਸਕਦਾ। ਤਾਂ ਨਾਮ ਜਪੋ, ਬਾਣੀ ਪੜ੍ਹੋ, ਗੁਰੂ ਦੀ ਮੱਤ ਰੱਖੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਵਾਲ ਹੈ ਜੀ, ਦੇਖੋ ਸਵਾਲ ਉਹੀ ਹੈ, ਸਵਾਲ ਇਹਨਾਂ ਦਾ ਹੈ ਵੀ ਜੇ ਗੁਰਸਿੱਖਾਂ 'ਚ ਆਪਸ ਵਿੱਚ ਮਤਭੇਦ ਹੋ ਜਾਂਦੇ ਨੇ, ਕਿਉਂਕਿ ਦੁਨੀਆਂ 'ਚ ਰਹਿੰਦਿਆਂ ਕੁਛ ਨਾ ਕੁਛ ਕਿਤੇ ਨਾ ਕਿਤੇ ਕੁਛ ਹੋ ਜਾਂਦਾ, ਤਾਂ ਆਪਾਂ ਉਹਨੂੰ ਕਿਸ ਤਰ੍ਹਾਂ ਨਜਿੱਠੀਏ, ਹੈ ਨਾ, ਜਾਂ ਉਹਦੇ ਨਾਲ ਕਿਸ ਤਰ੍ਹਾਂ ਉਸ ਪ੍ਰੋਬਲਮ ਨੂੰ ਆਪਾਂ ਕਿੱਦਾਂ ਸੋਲਵ ਕਰੀਏ, ਉਸ ਸਿਚੁਏਸ਼ਨ 'ਚੋਂ ਕਿੱਦਾਂ ਆਪਾਂ ਬਾਹਰ ਆਈਏ। ਤਾਂ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਵੀ ਬਾਪੂ ਸਾਹਿਬ ਸਿੰਘ ਦਾ, ਵੀ ਆਪਾਂ ਉਹਨਾਂ ਨੇ ਸਾਨੂੰ ਮੈਨੂੰ ਕਿਹਾ ਸੀ, ਮੈਂ ਵੀ ਇੱਦਾਂ ਪੁੱਛਿਆ ਸੀ। ਤਾਂ ਮੈਂ ਤਾਂ ਇੱਕ ਹੋਰ ਉਦਾਹਰਣ ਦਿੰਦਾ ਹੁੰਦਾ, ਮੰਨ ਲਓ ਸਾਡਾ ਕਿਸੇ ਨਾਲ ਮਤਭੇਦ ਹੋ ਗਿਆ, ਫਿਰ ਜ਼ਿਆਦਾ ਅਸੀਂ ਉਹਨੂੰ ਵਧਾ ਲਿਆ, ਅਸੀਂ ਉਹਨੂੰ ਬੁਲਾਉਣਾ ਵੀ ਛੱਡ ਦਿੱਤਾ, ਇੱਥੇ ਤੱਕ ਅਸੀਂ ਪਹੁੰਚ ਗਏ। ਅਤੇ ਫਿਰ ਮੈਂ ਤਾਂ ਇਹ ਕਹਿੰਦਾ ਹੁੰਦਾ, ਪਤਾ ਨਹੀਂ ਵੀ ਜੇ ਮੰਨ ਲਓ ਉਹ ਸਿੱਖ ਜਾਂ ਮੈਂ ਕੋਈ ਪਹਿਲਾਂ ਚੜ੍ਹਾਈ ਕਰ ਜਾਂਦਾ, ਦੋਨਾਂ 'ਚੋਂ ਇੱਕ ਨੇ ਤਾਂ ਜਾਣਾ ਹੀ ਹੈ ਨਾ, ਆਪਾਂ ਸਾਰਿਆਂ ਨੇ ਚੜ੍ਹਾਈ ਕਰਨਾ, ਅਤੇ ਜੇ ਉਹ ਪਹਿਲਾਂ ਸੱਚਖੰਡ ਚਲਾ ਜਾਂਦਾ ਅਤੇ ਉੱਥੇ ਬੈਠਾ ਹੋਵੇ, ਅਤੇ ਜਦੋਂ ਮੈਂ ਜਾਵਾਂਗਾ ਤਾਂ ਫਿਰ ਮੈਂ ਉਹਦੇ ਨਾਲ ਬੋਲਦਾ ਨਹੀਂ, ਮੈਂ ਕੀ ਕਹਾਂਗਾ ਵੀ ਇਹਨੂੰ ਸੱਚਖੰਡ 'ਚ ਕੱਢੋ, ਫਿਰ ਮੈਂ ਜਾਣਾ। ਇੱਥੇ ਹੀ ਬਹਿਣਾ, ਸਿੱਖਣਾ ਪੈਣਾ, ਇਹੀ ਧਰਤੀ ਹੈ। ਪੀੜੇ ਸੋ ਸੇਵ ਤੂੰ ਸੌਰੜੇ ਸੁੱਖ ਵਸ, ਗੁਰਮਿਲ ਚੱਜ ਆਚਾਰ ਸਿੱਖ ਤੁਦ ਕਦੇ ਨਾ ਲੱਗੇ ਦੁੱਖ। ਇਹ ਧਰਤੀ ਹੈ, ਇਹ ਸੱਚਖੰਡ ਆ, ਇਹ ਧਰਮ ਖੰਡ ਆ, ਇੱਥੋਂ ਧਰਮ ਕਮਾਉਣਾ ਸਿੱਖਣਾ ਪੈਣਾ, ਇੱਥੋਂ ਹੀ ਰਹਿਣਾ ਸਿੱਖਣਾ ਪੈਣਾ, ਇੱਥੋਂ ਹੀ ਬੋਲਣਾ ਸਿੱਖਣਾ ਪੈਣਾ, ਇੱਥੇ ਹੀ ਸਾਰਾ ਕੁਛ ਕਰਕੇ ਜਾਣਾ। ਤਾਂ ਇੱਥੇ ਹੀ ਸਾਰੇ ਮਨ ਮੁਟਾਵ ਜਿੰਨੇ ਹੈਗੇ ਨੇ ਇੱਥੋਂ ਹੀ ਦੂਰ ਕਰਕੇ ਜਾਣੇ ਪੈਣੇ। ਦੇਖੋ ਬਾਬਾ ਫਰੀਦ ਜੀ ਕੀ ਕਹਿੰਦੇ ਨੇ, ਬਾਬਾ ਫਰੀਦ ਕਹਿੰਦੇ ਨੇ, ਜੋ ਤਾਂ ਮਾਰਨ ਮੁੱਕੀਆਂ ਤਿੰਨਾਂ ਨੂੰ ਮਾਰੀ ਘੁੰਮ, ਆਪ ਨੜੇ ਕਰ ਜਾਈਏ ਪੈਰ ਤੇ ਨਾ ਦੇ ਚੁੰਮ। ਕਿੱਡਾ ਔਖਾ ਖੇਲ ਆ ਵੀ ਜਿਹੜਾ ਤੈਨੂੰ ਮੁੱਕੀਆਂ ਘਸੁੰਨ ਮਾਰਦਾ ਪਿਆ, ਤੂੰ ਉਹਦੇ ਪੈਰ ਚੁੰਮ ਕੇ ਅਤੇ ਚੁੱਪ ਕਰਕੇ ਆਪਣੇ ਘਰ ਨੂੰ ਤੁਰ ਜਾ। ਸਭ ਤੋਂ ਵੱਡਾ ਹੈ ਮਾਫ਼ ਕਰ ਦੇਣਾ, ਜਹਾਂ ਖਿਮਾ ਤੈ ਆਪ। ਕਿਸੇ ਨੇ ਮਾਫ਼ੀ ਮੰਗ ਲਈ, ਤੁਸੀਂ ਮਾਫ਼ ਕਰ ਦਿੱਤਾ, ਇਹ ਕੋਈ ਵੱਡੀ ਗੱਲ ਨਹੀਂ ਵੀ ਮੈਂ ਤੁਹਾਡੇ ਕੋਲ ਮਾਫ਼ੀ ਮੰਗ ਲਾਂ ਅਤੇ ਤੁਸੀਂ ਮੈਨੂੰ ਮਾਫ਼ ਕਰ ਦਿਓ, ਇਹ ਕੋਈ ਵੱਡੀ ਗੱਲ ਨਹੀਂ। ਤੁਸੀਂ ਆਪੇ ਹੀ ਮਾਫ਼ ਕਰ ਦਿਓ, ਇਹ ਵੱਡੀ ਗੱਲ ਹੈ, ਤੁਸੀਂ ਆਪਣੇ ਮਨ ਵਿੱਚੋਂ ਆਪ ਹੀ ਕਰ ਦਿਓ। ਕੋਈ ਨਹੀਂ ਗੁਰੂ ਦਾ ਸਿੱਖ ਸੀਗਾ, ਕੋਈ ਨਹੀਂ ਕਹਿ ਵੀ ਗਿਆ ਤਾਂ ਕੀ ਹੋ ਗਿਆ, ਫਿਰ ਕੀ ਹੋ ਗਿਆ, ਤਾਂ ਕਿਹਾ ਤਾਂ ਕੁਛ ਨਹੀਂ। ਤਾਂ ਇਹ ਆਪਾਂ ਗੁਰਬਾਣੀ ਵਿੱਚੋਂ ਸੇਧ ਲੈਣੀ ਹੈ, ਨਿਮਣ ਸੋ ਅੱਖਰ ਖਵਣ ਗੁਣ, ਜੇ ਵਾ ਮੰਨਿਆ ਮੰਤ, ਇਹ ਤਰੈ ਪੈਣੇ ਵੇਸ ਕਰ ਤਾਂ ਬਸ ਆਵੀ ਕੰਤ। ਰੱਬ ਨੂੰ ਮਿਲਣਾ, ਸਭ ਤੋਂ ਪਹਿਲਾਂ ਮਾਫ਼ ਕਰਨਾ ਸਿੱਖੋ। ਦੂਸਰਾ ਇਹ ਹੁੰਦਾ ਵੀ ਜਿੱਦਾਂ ਆਪਾਂ ਕਿਸੇ ਨਾਲ, ਜੇ ਜਿੱਦਾਂ ਮੈਂ ਤੁਹਾਡੇ ਵੱਲ ਦੇਖ ਰਿਹਾ, ਤੁਸੀਂ ਮੇਰੇ ਵੱਲ ਦੇਖ ਰਹੇ ਹੋ, ਤੁਸੀਂ ਮੇਰੇ ਵੱਲ ਦੇਖ ਰਹੇ ਹੋ, ਮੇਰੀਆਂ ਅੱਖਾਂ 'ਚ ਪਿਕਚਰ ਕਿਹਦੀ ਬਣ ਰਹੀ, ਤੁਹਾਡੀਆਂ ਅੱਖਾਂ 'ਚ ਪਿਕਚਰ ਕਿਹਦੀ ਬਣ ਰਹੀ ਹੈ, ਮੇਰੀ। ਤੁਸੀਂ ਥੱਪੜ ਕੇ ਤਾਂ ਮੂੰਹ 'ਤੇ ਮਾਰਦੇ ਪਏ, ਆਪਣੇ 'ਤੇ ਹੀ। ਉਹਦੀਆਂ ਅੱਖਾਂ 'ਚ ਕੌਣ ਬੈਠਾ ਹੈ ਜਿਹਨੂੰ ਤੁਸੀਂ ਦੇਖਦੇ ਪਏ? ਮੇਰੀ ਗੱਲ ਦੀ ਸ਼ਾਇਦ ਸਮਝ ਲੱਗੀ ਕਿ ਨਹੀਂ? ਇਹ ਮੇਰੇ ਵੱਲ ਵੇਖਦੇ ਨੇ ਪਏ, ਮੈਂ ਦਿਆਲ, ਇਹ ਮੇਰੀਆਂ ਅੱਖਾਂ 'ਚ ਬੈਠਾ, ਮੈਂ ਇਹਦੀਆਂ ਅੱਖਾਂ 'ਚ ਬੈਠਾ ਵਾਂ। ਇਹ ਮੈਨੂੰ ਮਾਰਨ ਲੱਗੇ ਤਾਂ ਮਾਰਦੇ ਤਾਂ ਆਪਣੇ ਆਪ ਨੂੰ ਹੀ ਪਏ ਨੇ। ਮੇਰੀ ਅੱਖਾਂ 'ਚ ਕੌਣ ਬੈਠਾ ਹੈ? ਇਹੀ ਬੈਠਾ ਹੈ। ਤਾਂ ਆਪਾਂ ਕਿਸੇ ਨੂੰ ਨਹੀਂ ਮਾਰਦੇ, ਕਿਸੇ ਨਾਲ ਨਹੀਂ ਮਨ ਉਟਾਵ, ਸਾਰਾ ਸਾਡਾ ਆਪਣੇ ਆਪ ਨਾਲ ਹੀ ਆ। ਦੂਜਾ ਤਾਂ ਕੋਈ ਹੈ ਹੀ ਨਹੀਂ, ਦੂਜਾ ਕੌਣ ਆ ਦੱਸੋ? ਕੋਈ ਦੂਜਾ ਹੈਗਾ? ਤੁਦ ਬਿਨ ਦੂਜਾ ਨਾ ਹੀ ਕੋਈ। ਅਤੇ ਲੜਦੇ ਕਿਹਦੇ ਨਾਲ ਆਪਾਂ? ਦੂਜਾ ਤਾਂ ਹੈ ਨਹੀਂ, ਆਪਣੇ ਆਪ ਨਾਲ ਹੀ ਲੜਨ ਰਹੇ ਹਾਂ।
ਤਾਂ ਉਹ ਵੀ ਆਪ ਹੀ ਹੈ, ਉਹੀ ਉਹੀ ਪਰਮਾਤਮਾ ਉਹਦੇ 'ਚ ਹੈ, ਉਹੀ ਤੁਹਾਡੇ 'ਚ ਹੈ। ਦੁਨੀਆਂ 'ਚ ਰਹਿੰਦਾ ਜਿਹੜੇ ਮਨ ਮੁਟਾਵ ਨੇ ਸਾਰੇ ਮਾਇਆ ਦੇ ਨੇ, ਮਾਇਆ ਦੇ ਸਾਰੇ ਝਗੜੇ ਨੇ। ਕਹੋ ਕਬੀਰ, ਪੰਚ ਕੋ ਝਗੜਾ ਝਗੜਤ ਜਨਮ ਕੋ ਆਇਆ, ਝੂਠੀ ਮਾਇਆ ਸਭ ਜਗ ਫਾਂਦਿਆ, ਮੈਂ ਰਾਮ ਰਮਤ ਸੁੱਖ ਪਾਇਆ। ਉੱਥੇ ਗੁਰੂ ਦੀ ਓਟ ਲੈਣੀ, ਆਸਰਾ ਲੈਣਾ। ਅਤੇ ਜੇ ਕੁਛ ਹੋ ਵੀ ਗਿਆ, ਮੈਂ ਇੱਕ ਥਾਂ ਪੜ੍ਹਦਾ ਸੀ, ਇੱਕ ਜਦੋਂ ਪਾਕਿਸਤਾਨ ਹਿੰਦੁਸਤਾਨ ਦੀ ਵੰਡ ਹੋਈ ਹੈ ਨਾ, ਇੱਕ ਸਿੱਖ ਪਾਕਿਸਤਾਨ ਤੋਂ ਇੱਧਰ ਹਿੰਦੁਸਤਾਨ ਵਾਲੇ ਪਾਸੇ ਆ ਗਿਆ। ਉਹਦੇ ਕੋਲ ਪੈਸਾ ਕੋਈ ਨਹੀਂ ਸੀ, ਪਰ ਉਹ ਬਿਜ਼ਨਸ ਕਰਨਾ ਜਾਣਦਾ ਸੀ। ਉਹ ਇੱਧਰ ਅਸਾਮ ਵਾਲੇ ਪਾਸੇ ਚਲਾ ਗਿਆ ਅਤੇ ਉਹ ਕਿਸੇ ਨੂੰ ਕਹਿੰਦਾ ਵੀ ਮੈਨੂੰ ਥੋੜ੍ਹੇ ਪੈਸੇ ਮਿਲ ਜਾਣ ਅਤੇ ਮੈਂ ਬਿਜ਼ਨਸ ਕਰ ਲਵਾਂ ਅਤੇ ਮੈਂ ਵਾਪਸ ਕਰ ਦਿਆਂਗਾ। ਉਹ ਕਹਿੰਦੇ ਇੱਥੇ ਇੱਕ ਸਿੱਖ ਰਹਿੰਦਾ ਅਤੇ ਤੂੰ ਚੱਲ ਜਾ, ਉਹਦੇ ਕੋਲ ਪੈਸੇ ਹੈਗੇ ਨੇ, ਉਹ ਤੈਨੂੰ ਪੈਸੇ ਦੇ ਸਕਦਾ। ਉਹਦੇ ਕੋਲ ਚਲਾ ਗਿਆ, ਉਹਨੇ ਹੱਥ ਜੋੜ ਕੇ ਉਹਨੂੰ ਕਿਹਾ ਵੀ ਮੈਂ ਪਾਕਿਸਤਾਨ ਤੋਂ ਇੱਦਾਂ ਉਜੜ ਕੇ ਆ ਗਿਆ, ਮੇਰੇ ਕੋਈ ਪੈਸਾ ਨਹੀਂ ਹੈਗਾ, ਬਟ ਆਈ ਕੈਨ ਡੂ ਬਿਜ਼ਨਸ, ਮੈਂ ਬਿਜ਼ਨਸ ਕਰ ਸਕਦਾ, ਮੈਂ ਤੈਨੂੰ ਪੈਸੇ ਮੋੜ ਦਿਆਂਗਾ। ਉਹਨੇ ਉਹਨੂੰ 1000 ਰੁਪਇਆ ਕੱਢ ਕੇ ਦੇ ਦਿੱਤਾ ਉਸ ਸਮੇਂ 'ਚ, ਅਤੇ ਕੁਛ ਨਹੀਂ ਉਹਨੇ ਕਿਹਾ, ਲਿਖ ਦੇ ਕਿੱਥੋਂ ਆਇਆ, ਕੋਈ ਨਾਂ ਨਹੀਂ ਪੁੱਛਿਆ, ਕੁਛ ਨਹੀਂ। 1000 ਰੁਪਇਆ ਉਹਨੇ ਲੈ ਲਿਆ ਅਤੇ ਉਹ ਕਹਿੰਦਾ ਤੁਸੀਂ ਮੈਨੂੰ ਨਾਂ ਪੱਤਰ ਤਾਂ ਪੁੱਛਿਆ ਨਹੀਂ ਵੀ ਕਿੱਥੋਂ ਆਇਆ ਵਾਂ, ਤੁਸੀਂ ਮੈਨੂੰ 1000 ਰੁਪਇਆ ਫੜਾ ਦਿੱਤਾ, ਮੈਂ ਤੁਹਾਨੂੰ ਕਿਹਾ ਦੇ ਦਾਂਗਾ, ਤੁਸੀਂ ਮੈਨੂੰ ਪੁੱਛਿਆ ਵੀ ਨਹੀਂ, ਲਵੋਗੇ ਕਿਤੇ ਕੋਲੋਂ? ਉਹ ਪਤਾ ਕੀ ਕਹਿੰਦਾ, ਤੂੰ ਆ ਗਾਤਰਾ ਪਾਇਆ ਨਾ, ਜੇ ਤੂੰ ਲੈ ਵੀ ਜਾਏਗਾ ਨਾ, ਨਾਂ ਵੀ ਦੇਂਗਾ ਅਤੇ ਮੈਂ ਕਹਾਂਗਾ ਮੇਰੇ ਗੁਰੂ ਨੇ ਮੈਨੂੰ ਦਿੱਤਾ ਸੀ, ਮੇਰੇ ਗੁਰੂ ਦਾ ਸਿੱਖ ਲੈ ਗਿਆ। ਇਹ ਸੋਚ ਸਾਡੇ ਜਾਣੀ ਚਾਹੀਦੀ ਹੈ। ਜੇ ਕਿਸੇ ਗੁਰੂ ਦੇ ਸਿੱਖ ਨੇ ਕੁਛ ਕਹਿ ਵੀ ਦਿੱਤਾ, ਕੋਈ ਨਹੀਂ, ਗੁਰੂ ਦਾ ਸਿੱਖ ਮੇਰੇ ਭਲੇ ਲਈ ਕਿਹਾ ਹੋਏਗਾ, ਮੇਰੇ ਬੁਰੇ ਕੋਈ ਵੀ ਸਾਨੂੰ ਬੁਰੇ ਲਈ ਤਾਂ ਨਹੀਂ ਕਹਿੰਦਾ ਨਾ। ਜੇ ਕੋਈ ਸਾਨੂੰ ਰਹਿਤ ਰੱਖਣ ਲਈ ਕਹੇਗਾ, ਕੋਈ ਸਰਬ ਲੋ ਰੱਖਣ ਲਈ ਕਹੇਗਾ, ਕੋਈ ਵਿਵੇਕ ਰੱਖਣ ਲਈ ਕਹੇਗਾ, ਕੋਈ ਬਾਣੀ ਪੜ੍ਹਨ ਲਈ ਕਹੇਗਾ, ਕੋਈ ਇਹ ਕਹੇਗਾ ਤੂੰ ਨਿਤਨੇਮ ਨਹੀਂ ਕਰਦਾ, ਹੋਰ ਕਾਹਤੋਂ ਸਾਡਾ, ਹੋਰ ਕਾਹਦਾ ਝਗੜਾ? ਅਤੇ ਜੇ ਕੋਈ ਸਾਨੂੰ ਕਹਿੰਦਾ ਤੂੰ ਨਿਤਨੇਮ ਹੀ ਕਰਦਾ, ਸਾਡਾ ਭਲਾ ਹੀ ਕਰਦਾ ਨਾ। ਜੇ ਕੋਈ ਸਾਨੂੰ ਕਹਿੰਦਾ ਤੂੰ ਰਹਿਤ ਨਹੀਂ ਰੱਖਦਾ, ਸਾਡਾ ਭਲਾ ਹੀ ਕਰਦਾ ਨਾ। ਤੁਸੀਂ ਉੱਥੇ ਹੱਥ ਜੋੜ ਕੇ ਕਹਿ ਸਕਦੇ ਹੋ ਵੀ ਅਜੇ ਮੇਰੇ ਕੋਲੋਂ ਨਹੀਂ ਰੱਖ ਹੁੰਦੀ, ਮੈਂ ਕੋਸ਼ਿਸ਼ ਕਰਾਂਗਾ। ਹੋ ਸਕਦਾ ਉਹਦੇ 'ਚ ਗੁਰੂ ਬੋਲਦਾ ਹੋਵੇ, ਹੈ ਨਾ, ਕਬੀਰ ਪੁੰਗਰਾ ਰਾਮ ਅੱਲਾ ਕਾ ਸਭ ਗੁਰ ਪੀਰ ਹਮਾਰੇ। ਪਤਾ ਨਹੀਂ ਉਹਨੇ ਕਦੋਂ ਕਿਹਦੇ ਵਿੱਚੋਂ ਤੁਹਾਨੂੰ ਉਪਦੇਸ਼ ਦੇ ਜਾਣਾ, ਕਿਹਦੇ ਰਾਹੀਂ ਉਹਨੇ ਤੁਹਾਨੂੰ ਉਪਦੇਸ਼ ਦੇ ਜਾਣਾ। ਤੋ ਆਪਾਂ ਇਹ ਮਨ ਮੁਟਾਵ ਦੂਰ ਕਰਨ ਲਈ ਗੁਰੂ ਬਾਬੇ ਦੀ ਬਾਣੀ ਪੜ੍ਹਨੀ ਹੈ, ਅਤੇ ਫਿਰ ਮੈਂ ਤਾਂ ਉਹੀ ਬਾਪੂ ਸਾਧੂ ਸਿੰਘ ਵਾਲੀ ਗੱਲ, ਰਾਤ ਨਹੀਂ ਪੈਣ ਦੇਣੀ, ਰਾਤ ਪੈਣ ਤੋਂ ਪਹਿਲਾਂ ਉਹਦੇ ਘਰ ਜਾ ਕੇ ਅਤੇ ਆਪਾਂ ਉਹ ਫੈਸਲਾ ਕਰ ਲੈਣਾ ਵੀ ਕੀ ਗੱਲ ਹੈ, ਆਪਾਂ ਮਿਲਣਾ ਕਿਉਂ ਨਹੀਂ ਮਿਲਣਾ, ਵੀ ਤੂੰ ਵੀ ਬਾਣੀ ਪੜ੍ਹਦਾ, ਮੈਂ ਵੀ ਬਾਣੀ ਪੜ੍ਹਦਾ, ਤੂੰ ਵੀ ਨਾਮ ਜਪਦਾ, ਮੈਂ ਵੀ ਨਾਮ ਜਪਦਾ, ਆਪਾਂ ਘੱਟ ਤੋਂ ਘੱਟ ਨਾਮ ਅਤੇ ਬਾਣੀ ਤਾਂ ਇਕੱਠੇ ਬਹਿ ਕੇ ਪੜ੍ਹ ਸਕਦੇ ਹਨ। ਅਤੇ ਇਸ ਤਰ੍ਹਾਂ ਆਪਾਂ ਥੋੜ੍ਹਾ ਜਿਹਾ ਨਿਵਣਾ ਪੈਣਾ, ਨਿਵੇ ਸੋ ਗੌਰਾ ਹੋਏ, ਜਿਹੜਾ ਨਿਵ ਗਿਆ ਉਹ ਹੀ ਪਾਰਾ ਹੈ, ਜਿਹੜਾ ਉੱਪਰ ਉੱਪਰ ਚਲਾ ਗਿਆ ਉਹ ਫਿੱਕਾ ਹੋ ਗਿਆ। ਤੋ ਆਪਾਂ ਭਾਰੇ ਬਣਨਾ, ਆਪਾਂ ਨੂੰ ਹੀ ਨਿਵਣਾ ਪੈਣਾ, ਬਸ ਆਪ ਚਲੇ ਜਾਓ, ਨਹੀਂ ਅਗਲਾ ਬੁਲਾਉਂਦਾ, ਆਪ ਚਲੇ ਜਾਓ, ਔਖਾ ਹੈ ਥੋੜ੍ਹਾ ਜਿਹਾ। ਆ ਪਿੱਛੇ ਹੁਣ ਮੈਂ ਆਇਆ ਸੀ ਅਤੇ ਇੱਕ ਮਾਤਾ ਕਹਿੰਦੀ ਮੈਂ ਬਹੁਤ ਦੁਖੀ ਹਾਂ, ਬੜੀ ਦੁਖੀ ਹਾਂ। ਮੈਂ ਕਿਹਾ ਤੂੰ ਦੁਖੀ? ਕਹਿੰਦੀ ਮੇਰਾ ਪੁੱਤਰ ਮੈਨੂੰ ਬੁਲਾਉਂਦਾ ਨਹੀਂ। ਮੈਂ ਕੋਈ ਗੱਲ ਨਹੀਂ, ਫਿਰ ਕਿਹੜੀ ਵੱਡੀ ਗੱਲ ਹੈ, ਤੂੰ ਬੁਲਾ ਲਿਆ ਕਰ। ਕਹਿੰਦੀ ਉਹ ਕਹਿੰਦਾ ਉਹ ਕਹਿੰਦਾ ਵੀ ਮੇਰੀ ਮਾਂ ਮੇਰੇ ਲਈ, ਤੂੰ ਮੇਰੇ ਲਈ ਮਰ ਗਈ ਹੈ। ਮੈਂ ਕਿਹਾ ਤੂੰ, ਉਹ ਕਹਿੰਦਾ ਨਾ, ਤੂੰ ਤਾਂ ਨਹੀਂ ਕਹਿੰਦੀ ਨਾ, ਤੂੰ ਤਾਂ ਕਹਿੰਦਾ ਮੇਰਾ ਪੁੱਤਰ 'ਚ ਹੁੰਦਾ। ਕਹਿੰਦੀ ਉਹ ਫਿਰ ਮੈਂ ਜਾਵਾਂਗੀ, ਮੈਨੂੰ ਗਾਲਾਂ ਕੱਢੇਗਾ। ਮੈਂ ਫਿਰ ਕੀ ਹੈ, ਤੇਰਾ ਦਿਲ ਕਰਦਾ ਮਿਲ ਲੂੰ, ਕੱਢਣ ਦੇ ਗਾਲਾਂ, ਤੂੰ ਮਿਲ ਲੈ। ਥੋੜ੍ਹਾ ਜਿਹਾ ਆਪਣੇ ਆਪ ਨੂੰ ਨੀਵਾਂ ਕਰਨਾ ਪੈਂਦਾ, ਤਾਂ ਫਿਰ ਤੁਸੀਂ ਦੂਸਰੇ ਨਾਲ ਜਿੰਨੇ ਜਿਹੜਾ ਮਰਜ਼ੀ, ਫਿਰ ਇੱਕ ਵਾਰੀ ਹੁੰਦਾ, ਦੂਸਰੀ ਵਾਰੀ ਅਗਲਾ ਵੀ ਕਹਿੰਦਾ ਯਾਰ ਇਹ ਤਾਂ, ਜੇ ਤੁਸੀਂ ਉਹਦੇ ਘਰ ਚਲੇ ਗਏ ਉਹਨੇ ਆਪੇ ਹੀ ਨਿਮਰਤਾ ਉਹਦੇ 'ਚ ਆ ਜਾਣੀ। ਕੋਈ ਐਸਾ ਹੰਕਾਰੀ ਨਾ ਹੋਏ ਕੋਈ ਕਦਾ ਵੀ ਜਿਹੜਾ ਵੈਸ ਮੇਰੇ ਵਰਗਾ ਉੱਦਾਂ ਹੀ ਆਕੜਿਆ ਫਿਰਦਾ ਹੋਵੇ। ਗੁਰਸਿੱਖ ਘਰ ਆ ਗਿਆ ਤਾਂ ਸਿੱਖ ਦੀ ਉੱਦਾਂ ਹੀ ਜਾਨ ਨਿਕਲ ਜਾਂਦੀ ਹੈ। ਤੁਹਾਰੀ ਕਿਰਪਾ ਕਰੇ ਸਾਨੂੰ ਜੀਣਾ ਹੈ, ਇੱਕ ਦੂਜੇ ਨਾਲ ਮਿਲਣਾ ਮਿਲਾਪ ਰੱਖ ਕੇ ਰਹਿਣਾ ਆਪਾਂ, ਤਾਂ ਗੁਰੂ ਬਾਬੇ ਦੀ ਬਾਣੀ ਤੋਂ ਸਿੱਖਿਆ ਲੈਣੀ ਹੈ। ਗੁਰੂ ਸਾਹਿਬ ਕਹਿੰਦੇ ਨੇ ਗੁਰਸਿੱਖਾਂ ਇੱਕੋ ਪਿਆਰ, ਗੁਰਮਿੱਤਾਂ ਪੁੱਤਾਂ ਭਾਈਆਂ। ਤਾਂ ਆਪਾਂ ਉਹ ਇੱਕੋ ਗੁਰੂ ਨਾਲ, ਇੱਕੋ ਗੁਰੂ ਦੇ ਪੁੱਤਰ ਧੀਆਂ, ਲੜਨਾ ਝਗੜਨਾ ਕਾਹਤੋਂ ਹੈ? ਮਨ ਮੁਟਾਵ ਦੁਨੀਆਂ 'ਚ ਰਹਿੰਦੇ ਹੋ ਗਏ, ਉਸੇ ਵੇਲੇ ਦੂਰ ਕਰ ਲੈਣੇ ਨੇ। ਗੰਢ ਬੰਨ ਕੇ ਨਹੀਂ ਸੰਸਾਰ ਤੋਂ ਜਾਣਾ, ਠੀਕ ਹੈ, ਇੱਥੇ ਹੀ ਸਫਾਈ ਕਰਕੇ ਜਾਣੀ ਹੈ, ਇੱਥੋਂ ਹੀ ਸਾਰਾ ਖੇਲ ਖਤਮ ਕਰਕੇ ਜਾਣਾ, ਕੋਈ ਨਹੀਂ ਇੱਥੋਂ, ਸਿਰਫ ਨਿਰਮਲ ਆਤਮਾ ਲੈ ਕੇ ਅੱਗੇ ਜਾਣਾ। ਤੁਹਾਰੀ ਕਿਰਪਾ ਕਰੇ ਸਾਨੂੰ, ਠੀਕ ਹੈ। ਦੇਖੋ, ਅੱਜ ਕੱਲ੍ਹ ਤੁਸੀਂ ਕਹਿੰਦੇ ਵੀ ਬਿਮਾਰੀਆਂ ਹੀ ਵੱਧ ਗਈਆਂ, ਮਾਨਸਿਕ ਹੋਣ ਜਾਂ ਸਰੀਰਕ ਹੋਣ ਜਾਂ ਕੋਈ ਵੀ ਸਮਾਜਿਕ ਹੋਣ, ਬਿਮਾਰੀਆਂ ਹੈ ਕਿਉਂ ਨੇ? ਕਾਰਨ ਹੈ ਵੀ ਬਿਮਾਰੀ ਤਾਂ ਹੀ ਹੈ, ਅਸੀਂ ਵਿਛੜ ਗਏ ਹਾਂ ਪਰਮੇਸ਼ਰ ਤੋਂ, ਭੁੱਲਿਆ ਵਿਆਪਨ ਸਭੇ ਰੋਗ। ਜਦੋਂ ਆਪਾਂ ਪਰਮੇਸ਼ਰ ਨੂੰ ਭੁੱਲਦੇ ਹਾਂ, ਬਿਮਾਰੀ ਆਉਂਦੀ ਉਦੋਂ ਹੈ, ਦੁੱਖ ਤੱਦੇ ਜਾਂ ਵਿਸਰ ਜਾਏ, ਭੁੱਖ ਵਿਆਪੇ ਬਹੁ ਬੇਤਾ ਹੈ, ਤਾਂ ਉਹਦਾ ਮੂਲ ਕਾਰਨ ਲੱਭੋ ਕੀ ਹੈ। ਮੂਲ ਕਾਰਨ ਪਰਮੇਸ਼ਰ ਨਾਲੋਂ ਟੁੱਟ ਜਾਣਾ ਹੈ। ਕਬੀਰ ਜੀ ਨੇ ਕਿਹਾ, ਮੈਨੂੰ ਅੱਧਾ ਵਿਸਰ ਗਿਆ, ਮੈਂ ਬਾਅਦ 'ਚ ਦੱਸਦਾ, ਮਤਲਬ ਵੀ ਮੂਲ ਕਾਰਨ ਸਾਡਾ ਹੈ ਦੁੱਖ ਦਾ, ਮੂਲ ਕਾਰਨ ਕੀ ਹੈ? ਪਰਮਾਤਮਾ ਨਾਲ ਵਿਛੜ ਜਾਣਾ। ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਨੇ, ਹਰ ਕੇ ਨਾਮ ਬਿਨਾ ਦੁੱਖ ਪਾਵੇ। ਸੰਸਾਰ ਸਾਰਾ ਦੁਖੀ ਹੈ ਕਿਉਂ? ਨਾਮ ਨਹੀਂ ਜਪਦਾ। ਦੇਖੋ ਮਹਾਰਾਜ ਕੀ ਕਹਿੰਦੇ, ਜਪ ਮਨ ਨਾਮ ਹਰੀ ਹੋਏ ਸਰਬ ਸੁਖੀ, ਜਪ ਮਨ ਨਾਮ ਹਰੀ ਹੋਏ
ਸਰਬ ਸੁਖੀ ਵਿੱਚ ਮਾਨਸਿਕ ਰੋਗ ਵੀ ਆ ਗਏ, ਸਰੀਰਕ ਵੀ ਆ ਗਏ, ਸਾਰੇ ਆ ਗਏ। ਤੋ ਜੇ ਨਾਮ ਜਪਾਂਗੇ ਸਾਰੇ ਰੋਗ ਸਾਰੇ ਦੁੱਖ ਦੂਰ ਹੋ ਸਕਦੇ ਨੇ। ਦੁੱਖ ਭੰਜਨ ਤੇਰਾ ਨਾਮ ਜੀ, ਦੁੱਖ ਭੰਜਨ ਤੇਰਾ ਨਾਮ, ਆਠ ਪੈਰ ਅਰਾਧੀਏ ਪੂਰਨ ਸਤਿਗੁਰ ਗਿਆਨ। ਕਬੀਰ ਜੀ ਕੀ ਕਹਿੰਦੇ ਨੇ, ਬੁੱਢਾ, ਉਹ ਮੈਨੂੰ ਉਹ ਸਲੋਕ ਯਾਦ ਆ ਗਿਆ, ਕਬੀਰ ਬੁੱਢਾ ਬੰਸ ਕਬੀਰ ਕਾ ਉਪਜੋ ਪੂਤ ਕਮਾਲ, ਹਰ ਕਾ ਸਿਮਰਨ ਛੱਡ ਕੇ ਘਰ ਲੈ ਆਇਆ ਮਾਲ। ਕਹਿੰਦਾ ਕਬੀਰ ਦਾ ਵੰਸ਼ ਹੀ ਡੁੱਬ ਗਿਆ। ਕੀ ਹੋਇਆ? ਕਹਿੰਦਾ ਕਮਾਲ ਦਾ ਪੁੱਤਰ ਪੈਦਾ ਹੋਇਆ ਘਰ 'ਚ। ਕੀ ਹੋਇਆ? ਕਹਿੰਦਾ ਵਾਹਿਗੁਰੂ ਦਾ ਸਿਮਰਨ ਛੱਡ ਕੇ, ਨਾਮ ਬਾਣੀ ਛੱਡ ਕੇ ਅਤੇ ਦੁਨੀਆਂ ਦੀਆਂ ਚੀਜ਼ਾਂ, ਦੁਨੀਆਂ ਦੀਆਂ ਵਸਤੂਆਂ, ਧਨ ਪਦਾਰਥ ਇਕੱਠਾ ਕਰਕੇ ਘਰ ਲਈ ਆਉਂਦਾ। ਤਾਂ ਫਿਰ ਦੁੱਖ ਕਿੱਥੇ ਹੈ? ਵਾਹਿਗੁਰੂ ਦਾ ਸਿਮਰਨ ਛੱਡ ਕੇ ਜਦੋਂ ਅਸੀਂ ਕੋਈ ਹੋਰ ਕੰਮ ਕਰਦੇ ਹਾਂ, ਫਿਰ ਮਾਨਸਿਕ ਤੌਰ 'ਤੇ, ਸਰੀਰਕ ਤੌਰ 'ਤੇ, ਆਤਮਿਕ ਤੌਰ 'ਤੇ ਅਤੇ ਸਮਾਜਿਕ ਤੌਰ 'ਤੇ ਉਦੋਂ ਹੀ ਦੁਖੀ ਹੁੰਦੇ ਹਾਂ ਜਦੋਂ ਅਸੀਂ ਰੱਬ ਦਾ ਨਾਮ ਲੈਂਦੇ ਹਾਂ ਨਾ। ਹੁਣ ਇੱਕ ਬਾਣੀ 'ਚ ਪੰਕਤੀ ਆਉਂਦੀ ਹੈ, ਨਰਪਤ ਏਕ ਸਿੰਘਾਸਨ ਸੋਇਆ, ਨਰਪਤ ਏਕ ਸਿੰਘਾਸਨ ਸੋਇਆ, ਸੁਪਨੇ ਪਿਆ ਭਿਖਾਰੀ। ਹੁਣ ਜਦੋਂ ਉਹ ਜਾਗਦਾ ਸੀ ਉਦੋਂ ਤਾਂ ਰਾਜਾ ਸੀ ਨਾ, ਨਰਪਤ ਏਕ ਸਿੰਘਾਸਨ ਸੋਇਆ, ਸੌਣ ਤੋਂ ਪਹਿਲਾਂ ਤਾਂ ਉਹ ਰਾਜਾ ਸੀ ਨਾ, ਅਤੇ ਜਦੋਂ ਉਹ ਸੌਂ ਗਿਆ ਅਤੇ ਭਿਖਾਰੀ ਬਣ ਗਿਆ, ਅਤੇ ਅੱਛਾ ਤਾਂ ਰਾਜ ਵਿਛੜ ਦੁੱਖ ਪਾਇਆ ਸੋਗਤ ਪਈ ਹਮਾਰੀ, ਉਹਦਾ ਜਿਹੜਾ ਸੁਪਨੇ ਸੀ ਰਾਜ ਚਲਾ ਗਿਆ ਅਤੇ ਉਹ ਦੁਖੀ ਹੋ ਗਿਆ। ਅਤੇ ਆਪਾਂ ਦੁਖੀ ਕਿਉਂ ਹਾਂ? ਵੀ ਅਸੀਂ ਵੀ ਸੁਪਨੇ 'ਚ ਹਾਂ, ਅਸੀਂ ਵੀ ਰੱਬ ਦਾ ਨਾਮ ਭੁਲਾ ਦਿੱਤਾ ਅਤੇ ਸੁਪਨੇ ਨਾਲ ਲੱਗ ਗਏ। ਜੋ ਸੁਪਨਾ ਰਪੇਖਣਾ ਤੈਸੋ ਏ ਸੰਸਾਰ। ਤਾਂ ਅਸੀਂ ਜਦੋਂ ਸੁਪਨੇ 'ਚ ਹਾਂ ਤਾਂ ਫਿਰ ਅਸੀਂ ਵੀ ਦੁਖੀ ਹਾਂ, ਜੇ ਜਾਗਦੇ ਹਾਂ, ਗੁਰਬਾਣੀ ਪੜ੍ਹਦੇ ਹਾਂ, ਨਾਮ ਜਪਦੇ ਹਾਂ, ਜਾਗਦੇ ਹਾਂ ਤਾਂ ਦੁਖੀ ਹੋ ਹੀ ਨਹੀਂ ਸਕਦੇ। ਤਾਂ ਇਹਦਾ ਕਾਰਨ ਇਹ ਆ, ਰੱਬ ਨਾਲੋਂ ਟੁੱਟ ਜਾਣਾ, ਕਾਰਨ ਇਹ ਆ ਨਾਮ ਨਾਲੋਂ ਟੁੱਟ ਜਾਣਾ, ਬਾਣੀ ਨਾਲੋਂ ਟੁੱਟ ਜਾਣਾ, ਅਤੇ ਇਹਦਾ ਇਲਾਜ ਇਹ ਆ ਨਾਮ ਬਾਣੀ ਨਾਲ ਜੁੜ ਜਾਣਾ। ਗੁਰਸਿੱਖ ਹਰ ਬੋਲੋ ਮੇਰੇ ਭਾਈ, ਹਰ ਬੋਲਤ ਸਭ ਪਾਪ ਲੈ ਜਾਈ। ਜਦੋਂ ਬੋਲੋਗੇ ਤੁਸੀਂ ਵਾਹਿਗੁਰੂ 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 ਵਾਹਿਗੁਰੂ, ਸਾਰੇ ਮਾਨਸਿਕ ਤਣਾਅ ਜਿਹੜੇ ਨੇ, ਸਾਰੇ ਸਰੀਰਕ ਦੇ ਸਰੀਰਕ ਦੁੱਖ ਜਿਹੜੇ ਨੇ, ਇਹ ਸਾਰੇ ਹੀ ਹੌਲੀ 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 ਜਿਵੇਂ ਜਿਵੇਂ ਨਾਮ ਜਪੀ ਜਾਓਗੇ, ਉਵੇਂ ਉਵੇਂ ਅੰਮ੍ਰਿਤ ਅੰਦਰ ਵਸਦਾ ਜਾਏਗਾ, ਅੰਮ੍ਰਿਤ ਦੇ ਘੁੱਟ ਪੀਓਗੇ ਉਵੇਂ ਉਵੇਂ ਅਮਰ ਹੋ ਜਾਓਗੇ, ਉਵੇਂ ਉਵੇਂ ਦੁੱਖ ਦੂਰ ਹੁੰਦੇ ਜਾਣਗੇ। ਤੋ ਇਹੀ ਇਹਦਾ ਕਾਰਨ ਵੀ ਇਹੀ ਹੈ ਅਤੇ ਇਲਾਜ ਵੀ ਇਹੋ ਹੀ ਹੈ। ਦੁੱਖਾਂ ਦਾ ਕਾਰਨ ਹੈ ਨਾਮ ਬਾਣੀ ਤੋਂ ਟੁੱਟ ਜਾਣਾ, ਅਤੇ ਦੁੱਖਾਂ ਦਾ ਇਲਾਜ ਹੈ ਨਾਮ ਬਾਣੀ ਨਾਲ ਜੁੜ ਜਾਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਗਲਾ ਸਵਾਲ ਇਹ ਆ ਵੀ ਅੱਜ ਕੱਲ੍ਹ ਸਿੱਖ ਪੰਥ ਕਾ ਸਿੱਖ ਸਾਰੇ ਮਾਡਰਨ ਹੋਈ ਜਾ ਰਹੇ ਨੇ, ਅਤੇ ਜਦੋਂ ਵਿਆਹ ਦਾ ਸਮਾਂ ਆਇਆ, ਆਨੰਦ ਕਾਰਜ ਸਮਾਂ ਆਉਂਦਾ ਆ, ਉਦੋਂ ਵੀ ਸਿੰਘ ਸਿੰਘ ਆਪ ਹੀ ਲੱਭਣ ਲੱਗ ਪੈਂਦੇ ਆ, ਇਹ ਠੀਕ ਗੱਲ ਹੈ ਜਾਂ ਜੇ ਨਹੀਂ ਠੀਕ ਹੈ ਕਿਵਾਂ ਕਿਵੇਂ ਲੱਭਣੀ ਚਾਹੀਦੀ ਹੈ ਸਿੰਘ ਸਿੰਘ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੇਖੋ ਸਤਿਗੁਰ ਸੱਚੇ ਪਾਤਸ਼ਾਹ ਦਾ ਵਿਧਾਨ ਬਣਾਇਆ ਹੋਇਆ ਹੈ, ਏਕ ਪਿਤਾ ਇੱਕ ਸਕੇ ਹਮ ਬਾਰਕ, ਹੈ ਨਾ। ਉੱਥੇ ਉਹਨਾਂ ਨੇ ਕਿਹਾ ਦੇਖ ਪਰਾਈਆਂ ਚੰਗੀਆਂ ਮਾਵਾਂ ਧੀਆਂ, ਮਾਵਾਂ ਭੈਣਾਂ ਧੀਆਂ ਜਾਣੇ। ਤੋ ਜਦੋਂ ਸਾਨੂੰ ਇਸ ਸਮੇਂ 'ਚ ਅਸੀਂ ਇਸ ਸਮੇਂ 'ਤੇ ਪਹੁੰਚੇ, ਜਦੋਂ ਤੁਸੀਂ ਇਸ ਜਗ੍ਹਾ 'ਤੇ ਪਹੁੰਚ ਗਏ ਵੀ ਤੁਸੀਂ ਤੁਹਾਡਾ ਹੁਣ ਆਨੰਦ ਕਾਰਜ ਹੋਣਾ, ਅਤੇ ਤੁਹਾਡੇ ਮਾਤਾ ਪਿਤਾ ਹੈਗੇ ਨੇ, ਸਭ ਤੋਂ ਪਹਿਲਾਂ ਉਸ ਸਮੇਂ ਤੁਸੀਂ ਜਦੋਂ ਤੁਹਾਨੂੰ ਲੱਗਦਾ ਵੀ ਹੁਣ ਆਨੰਦ ਕਾਰਜ ਕਰਨਾ ਬੱਚੇ ਬੱਚੀ ਦਾ, ਜਾਂ ਬੱਚੇ ਬੱਚੀ ਨੂੰ ਲੱਗਦਾ ਮੈਂ ਆਨੰਦ ਕਾਰਜ ਦੇ ਯੋਗ ਹੋ ਗਿਆ, ਤੋ ਮਹਾਰਾਜ ਨੇ ਬਾਣੀ 'ਚ ਅਗਵਾਈ ਦਿੱਤੀ ਹੋਈ ਹੈ, ਕੀਤਾ ਲੋੜੀਏ ਕੰਮ ਸੋ ਹਰ ਪੈ ਆਖੀਏ, ਤੁਸੀਂ ਉਹਦੇ ਯੋਗ ਹੋ ਗਏ ਅਤੇ ਗੁਰੂ ਸਾਹਿਬ ਅੱਗੇ ਹੱਥ ਜੋੜ ਕੇ ਪੱਲਾ ਪਾ ਕੇ ਅਰਦਾਸ ਕਰੋ, ਆਪ ਨਾ ਲੱਭੋ, ਗੁਰੂ ਸਾਹਿਬ ਅੱਗੇ ਅਰਦਾਸ ਕਰ ਦਿਓ ਹੱਥ ਜੋੜ ਕੇ ਆ ਕੇ, ਇਹ ਹਾਜ਼ਰ ਨਾ ਹਾਜ਼ਰ ਆ, ਇਹਨੂੰ ਪਤਾ ਕੌਣ ਕੌਣ ਕਿੱਥੇ ਕਿੱਥੇ ਰਹਿੰਦਾ, ਇਹਨੂੰ ਪਤਾ ਮੈਂ ਕਿਹਦੇ ਨਾਲ ਮਿਲਾਉਣਾ ਤੁਹਾਨੂੰ, ਤੁਸੀਂ ਇਹਦੇ ਅੱਗੇ ਜਦੋਂ ਆ ਕੇ ਅਰਦਾਸ ਕਰੋਗੇ ਹੱਥ ਜੋੜ ਕੇ, ਦੋਵੇਂ ਹੱਥ ਜੋੜ ਕੇ, ਸੱਚੇ ਪਾਤਸ਼ਾਹ ਮੈਂ ਜਾਂ ਤੁਹਾਡੇ ਮਾਤਾ ਪਿਤਾ ਕਹਿਣਗੇ ਮੇਰਾ ਬੱਚਾ ਬੱਚੀ ਸੱਚੇ ਪਾਤਸ਼ਾਹ ਵਰ ਦੇ ਯੋਗ ਹੋ ਗਿਆ, ਕਿਰਪਾ ਕਰੋ ਤੁਸੀਂ ਐਸਾ ਸੁੰਦਰ ਵਾਰ ਮਿਲਾਓ, ਇਹਨਾਂ ਦਾ ਜਿਹੜਾ ਜੀਵਨ ਹੈ ਉਹ ਵਧੀਆ ਲੰਘੇਗਾ ਬੀਤੇ। ਤਾਂ ਉਹ ਜਿਹੜਾ ਗੁਰੂ ਸਾਹਿਬ ਲੱਭਣਗੇ, ਜੋ ਮੈਨੂੰ ਤੁਸੀਂ ਪੁੱਛਿਆ, ਮੈਂ ਤਾਂ ਗੁਰਮਤਿ ਅਨੁਸਾਰ ਜਵਾਬ ਦੇਣਾ, ਜੋ ਗੁਰੂ ਸਾਹਿਬ ਲੱਭਣਗੇ ਉਹ ਤੁਹਾਡੇ ਨਾਲੋਂ ਵਧੀਆ ਹੋਏਗਾ, ਜਿਹੜਾ ਤੁਸੀਂ ਆਪ ਲੱਭਦੇ ਹਾਂ ਜਿਹੜਾ ਇਹ ਕਹਿੰਦੇ ਇਹ ਗੁਰਮਤਿ ਅਨੁਸਾਰ ਠੀਕ ਨਹੀਂ ਹੈ, ਆਪੇ ਲੱਭਣਾ। ਇੱਕ ਤਾਂ ਆਪਾਂ ਇੱਕ ਪਾਸੇ ਤਾਂ ਆਪਾਂ ਕਹਿ ਰਹੇ ਹਾਂ ਵੀ ਭੈਣਾਂ ਨੇ, ਦੂਜੇ ਪਾਸੇ ਉਹਨੂੰ ਭੈਣਾਂ ਨੂੰ, ਭੈਣ ਨੂੰ ਹੀ ਤੁਸੀਂ ਪਤਨੀ ਬਣਾਉਣ ਲਈ ਤਿਆਰ ਹੋ ਜਾਂਦੇ ਹੋ। ਜੋ ਮਾਤਾ ਪਿਤਾ ਲੱਭਣਗੇ ਜਾਂ ਜੋ ਗੁਰੂ ਸਾਹਿਬ ਤੁਹਾਡੇ ਲਈ ਲੱਭਣਗੇ, ਉਹ ਤੁਹਾਨੂੰ ਏਕਾ ਨਾਰੀ ਜਤੀ ਹੋਏ ਵਾਲੀ ਗੱਲ ਆ, ਉਹ ਗੁਰੂ ਸਾਹਿਬ ਨੇ ਆਪਣਾ ਇਹ ਵਿਧਾਨ ਬੰਨਿਆ ਹੋਇਆ, ਤਾਂ ਉਹਦੇ 'ਤੇ ਆਪਾਂ ਕਿੰਤੂ ਪਰੰਤੂ ਨਹੀਂ ਕਰ ਸਕਦੇ, ਕਿਉਂਕਿ ਇਹ ਸੰਸਾਰ ਦੇ ਰਹਿੰਦੇ, ਸੰਸਾਰ ਦੀ ਉਤਪਤੀ ਲਈ ਜ਼ਰੂਰੀ ਆ। ਤੋ ਏਕਾ ਨਾਰੀ ਜਤੀ ਹੋਏ ਪਰ ਨਾਰੀ ਦੀ ਭੈਣ ਵਿਖਾਣਾ, ਤੋ ਏਕਾ ਨਾਰੀ ਜਤੀ ਹੋ ਤੁਸੀਂ, ਉਹ ਤੁਹਾਨੂੰ ਗੁਰੂ ਸਾਹਿਬ ਜੋ ਲੱਭ ਕੇ ਦੇਣਗੇ। ਦਾਸ ਦੀ ਮਤ ਅਨੁਸਾਰ ਇਹ ਹੈ ਵੀ ਆਪਾਂ ਜਦੋਂ ਵੀ ਜੋ ਵੀ ਸਾਨੂੰ ਕੰਮ ਅਸੀਂ ਕਰਨਾ ਹੋਵੇ, ਪਹਿਲਾਂ ਗੁਰੂ ਅੱਗੇ ਹੱਥ ਜੋੜ ਕੇ ਅਰਦਾਸ ਕਰੀਏ। ਅਸੀਂ ਕੀ ਕਰਦੇ ਹਾਂ? ਸਾਰਾ ਕੁਛ ਕਰ ਲਿਆ, ਆਪੇ ਹੀ ਕਰ ਲਿਆ ਸਾਰਾ ਕੁਛ, ਲੱਭ ਵੀ ਲਿਆ, ਮੰਗਣੀ ਵੀ ਕਰਨੀ ਹੈ, ਜਦੋਂ ਕਰਨੀ ਹੈ ਕਰ ਕੁਰ ਕੇ ਲੱਭ ਕੇ ਫਿਰ ਗੁਰੂ ਅੱਗੇ ਆ ਕੇ ਅਰਦਾਸ ਕੀਤੀ ਜੀ ਮੈਂ ਹੁਣ ਲੱਭ ਲਿਆ ਅਤੇ ਹੁਣ ਮੇਰੀ ਮਦਦ ਕਰੋ। ਹੁਣ ਕਿਉਂ ਮਦਦ ਕਰੇ? ਹੁਣ ਤਾਂ ਤੁਸੀਂ ਲੱਭ ਲਿਆ ਸਾਰਾ ਕੁਛ, ਆਪੇ ਹੀ ਕਰ ਲਿਆ, ਗੁਰੂ ਕੀ ਮਦਦ ਕਰੇ?
है ना। गुरु की करे साचा सतगुर क्या करे जो सिखा में चूक, तो गुरु उत्थे की करे जे तुसी कितें वो तू पहला उस स्टैप चुकन तू पहला आके कितें गुरु अगे बेनती की होंगी सच्चे पातशाह मैनू वो योग वार मिलाओ मेरा वो योग साथी दो, जां माता पिता ने बेनती की होंगी सच्चे पातशाह मेरे बच्चे बच्ची लिए योग वार तुसी लभो, तो मेरा ख्याल वो तो वधिया होर कोई तरीका है नहीं सी। तो ये जे आप इतने आ जाइए सारे सिख टिक जाइए तो आप सियाने गुरसिखा कहीए आप समाज रहने एक दूजे दसीए मेरी बच्ची का आनंद कार्ज होने वाला कोई गुरसिख लभ के दौ आपे ना लभन तुर पीए यह नहीं मैं ठीक लगता ये फ्रेंड फ्रेंडिया वाला जोड़ा है ना दिस नो गुड इन सिखी सिखी च नहीं ये है ना ही गवारा होना है जो कोई कर रहा है तो आप कह सकते है ना वो तो फिर अपना रस्ता वह अपना है गुरु का दस्या हुआ रस्ता नहीं गुरु का दस्या हुआ रस्ता यही है तुम गुरु नाल ही आके गल करो तुम गुरसिखा आके गल करो वो थोड़े लिए वधिया योग वार लभ के देंगे। वाहगुरु जी का खालसा वाहगुरु जी की फतह। बाकी मॉडर्न कुछ नहीं है कुछ भी कभी मॉडर्न नहीं होया सिखी नूं तुसीं मॉडर्न कर नहीं सकते। जब लग खालसा रहे न्यारा तब लग तेज दियो मैं सारा। न्यारे नूं तुसीं मॉडर्न किवें कर लोगे कर लोगे ये तो न्यारापन है जिन्हों मॉडर्न करन दी शुरू कोशिश करोगे तो उहदा न्यारापन खत्म हो जाएगा। न्यारापन खत्म हो जाएगा तो वह कहिंदा मैं कोई तेज ही नहीं देना जावेगा विपरिन क्रीत मैं ना करूँ इनकी प्रतीत कहिंदा मैं सारा तेज खोलूँगा। तो सिख कभी भी मिक्सअप नहीं हो सकता। सिख कभी भी दुनिया नूं फॉलो नहीं करेगा जिहड़ा सिख है वह अपने गुरु नूं ही फॉलो करेगा मॉडर्न हो ही नहीं सकता। आपां नूं मॉडर्न पता नहीं किन्नू कहने मॉडर्न मैं तो कहना सिखी ही सब तो ज़्यादा मॉडर्न है। हर श्वास नवा आ रहा है तो हर श्वास ना असीं वाहिगुरु कह रहे हैं हर श्वास साडा नवा आ रहा है इस तो मॉडर्न होर की हो सकता नवा श्वास। बाकी तो सब कुछ पुराना ही होएगा घर पुराना होएगा बंदे पुराने होणगे जमीना पुरानियां होणगियां फैक्ट्रियां पुरानियां होणगियां श्वास ही नवा है तो श्वास नवा है तो वाहगुरु भी नवा है। साहे मेरा नीत नवा गुर कृपा ते नित चवा तो मॉडर्न यही है तुम हर श्वास ना वाहगुरु खाओ तो अपने आप को मॉडर्न करने की कोशिश ना करो। जी सोसायटी मॉडर्न हो गई बड़ी दुखी है जाके देख लियो किसी ने पूछ के देख लियो भी सुखी है ना 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 माया मोह प्री त्रिग सुखी ना दिसै कोई कोई सुखी नहीं हैगा। मॉडर्न नहीं बनना आप गुरु के सिख बनना आ गुरु के प्यारे सिख बनना। वाहगुरु जी का खालसा वाहगुरु जी की फतेह। अजकल सिख पंथ विच मंडियां काफ़ी पईआं कई डिफरेंट तरह दीआं संगतां बन चुकियां बाबे मगर जां होर भाई साहब प्रोफेसर मगर आपां ठीक संगत किवें लभीए जे गुरमत अनुसार ठीक होवे। देखो महाराज ने बाणी सारा सानू अगवाई की है सच्चे पातशाह ने सब कुछ तुहानू दस्या होया भी सानू संगत किहदी करनी है। कोई कई वारी कई कहिंदे भी सानू संगत नहीं मिलदी हुण संगत है तुसीं करदे नहीं। हर नाम हमारी संगत अत प्यारी हर नाम कुल हर नाम परवारा। सब तो उच्ची संगत तुहाडे कोल वाहिगुरू दे नाम दी है हर सिमरन मैं आप नंकारा। गुरु वाहिगुरु 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 किहदी संगत हो रही है वाहिगुरु परमेश्वर की संगत तुहाडे कोल हर वेले हैगी तुसीं माणो। उस तो बाद तुहाडे कोल संगत गुरु ग्रंथ साहिब की है गुरु की संगत है जो थोड़े को समा हो पोथी लैके सेंची लैके जो भी लैके पोथी परमेश्वर का थान पोथी खोल के बैठो वह भी गुरु की संगत है। बाणी गुरु गुरु है बाणी विच बाणी अमृत सारे गुरबाणी कह सो जन माने प्रतख गुरु निस्तारे। दूजी संगत गुरु की पहली संगत रब की कर जोड़ नानक दान मांग है देव अपना नाम एक था मारने का हर नाम संगत पाऊँ कर दया दान दयाल साचा हर नाम संगत पाऊँ। तुसी भी यही मंगो कर दया दान दयाल साचा हर नाम संगत पाऊँ भी मेरे को हठे पैर हरी नाम दी संगत च मैं रंगया रवा थानू किसी की लोड़ ही नहीं। असी जदों भी असी भटकते हाँ ना जदों मैं हुण देखदा वा हुण जिन्हां नूं पंजां प्यारियां कोलों नाम मिल गया जदों उन्हां नूं भी मैं देखदा ना भी ये भटक गए। बाणी च एक पंक्ति आती है जिन्ना नाव सुहागणी तिना चाक ना होर हुण तुसीं सुहागणा बन गईआं गुरु कोल गए गुरु ने पंजां प्यारिआं ने सिर ते हाथ रख के अमृत की दात दित्ती ते तुहानूं सुहागणा बनाता ते सुहागण क्यों लभदी फिर अपने सुहाग नूं क्यों लभदी फिरदी आ जपिआ नहीं किते ना किते गलती कीती गुरु कोल गए नहीं वो रस नहीं प्राप्त होया। जदों किसी ने आके कहा हुण
देखो तुसी स्याणे हो सारे मेरे तो बैठे हो। भाई गुरदास जी कहिंदे ने एक सिख दो साध संग पंजी परमेश्वर। तुहां तुसी नाम पंजां कोल लिया परमेश्वर कोल लिया? हाँ जी हाँ, थोड़ा थोड़ा बोलो माड़ा जिहा, फिर बोलन मैनू बोलन दा थोड़ा जिहा चंगा लगेगा। तुसी जदों कहोगे हाँ जी है ना, पंजां प्यारां कोलों लिया परमेश्वर कोलों। हुण परमेश्वर कोलों नाम लै के ते कोई बंदा फिर बंदे दे मगर तुर जे ते इहदा मतलब परमेश्वर दी तोहीन कर रहा है ना। जे किसी नूं परमेश्वर कोलों कुछ नहीं मिलिया, जे किसी नूं कोलों गुरु ग्रंथ साहिब कोलों नहीं कुछ मिलिया, किसी बंदे कोलों कख नहीं मिलना। चेता रखियो मेरी गल, जिन्हों गुरु ग्रंथ साहिब कोलों ते पंजां प्यारियां कोलों जिहदी तसली नहीं हुई ना, वह किसी चिमटे वाले कोल तुर जाए कुछ नहीं जे बनना। जिद को मर्जी चल जाए, जिथे मर्जी मैनू खिलार लियो, जे तुसी रिकॉर्ड हो रहा। गुरु ग्रंथ साहब गुरु नानक साहब ने सिर ते हाथ रखे थानू नाम दृढ़ कराता, थानू शहनशाह बनाता, कोट लाख सर्ब को राजा जिस हिरदे नाम तुम्हारा, जाको नाम ना दिया मेरे सतगुर से मर जन्मे गुवारा। थानू तो करोड़ा लखा दा राजा बनाता, जिस नाम हृदय सोई वड राजा, जिस नाम हृदय तिस पूरे काजा। थानू तो वड्डे राजे बनाता, तुसी राजे होके फिर भिखारियां दे अगे कोल मंगण जाओ तो फिर तो उलामा मिलना ही है। फिर तुसी गुरु ग्रंथ साहब तो गवाही लो, कोई होर हैगा दाता? पुछो गुरु ग्रंथ साहब नू, महाराज कोई होर दाता हैगा? कहिंदे नहीं, नाम अमोलक रतन है पूरे सतगुर पास। एक भी पंक्ति दस दिओ जे मैनू पढ़ के किसी बंदे कोल है। सतगुर सेवे लग्या कड रतन देवे प्रकाश। सेवा करो गुरु दी, गुरबाणी पढ़ो, रतन कढ के थानू गुरकाड तली दिखलाया। रतन जवेर लाल हर नामा, गुरकाड तली दिखलाया, भागहीन मन मुख नहीं लिया, त्रिन ओले लाख छुपाया। किने दिखाया? गुरु ने। देखो अचरज पया, जे ठाकुर को सुनत अगाध बोध, सो हृदय गुर दया। गुरु ने कि किसे बंदे ने? गुरु ने दिता। मन रंगो वडभागियो, गुर तुठा करे पसाओ, गुर नाम दड़ाए रंग सिओ, हम सतगुर कह बल जाऊं। बिन सतगुर हर नाम ना लभे, बिन सतगुर हर नाम ना लभे, लख कोटि कर्म कमाओ, लख करोड़ा कर्म कर दे फिरो। बिना सच्चे गुरु तू तो नाम लभना ही नहीं, बंदा कड़ा नाम दे देगा? तो जड़े बंदिया मगर तुरे फिरते ने वह भी भटक गए ने, भुल गए ने। कई हूँ कहते हैं मैनू इतों कुछ नहीं मिलया जी, मैं उतों कुछ। मैं कहा जे इतों कुछ नहीं मिलया ना, सच जाने जिन्हों सिर ते हाथ धरके पंजा प्यार नाम दृढ़ करवाया हो गुरु ग्रंथ साहब की हजूरी च, जे वह कवे मैं इतों कुछ नहीं मिलया तो उन्होंने फिर संसार तू खाली जाना जिते मर्जी तुरै, फिर उन्होंने उतों भी कुछ नहीं मिलया। मेरी कई गलबात हुई है, मैं ना नहीं लैने, मैं दसिया उन्होंने बेनती की भी तुम एवें भटक गए हो, भटको ना। जो गुरु ने रह दृढ़ कराई सी उहदे विच रहो, जो गुरु ने रहतां कुरहतां दसियां सी पंजा प्यारे ने नाम दृढ़ कराउण वेले, जे तुसी उहनां ते पूरा पहरा दिंदे हो ते स्वास स्वास नाम जपदे हो, कोई दुनिया की ताकत नहीं थानू अमृत रस तक पहुँचन तो रोक सके। जद रुके हाँ असी आप ही रुके हाँ, कितने ना कितने असी गलती की, संसार तू छुपा ली, गुरु तू भी छुपाने की कोशिश की, अमृत रस नहीं आया। फिर असी क्या सानू आया नहीं, फिर असी बंदियां दे मगर भज गए। वह दसवां खोल देगा, वह दसवां खोल देगा। किसी ने दसवां नहीं खोलना, किसी ने अनहद नहीं बजाना। लो मैं थानू सौखा जहा दस देना, महाराज कहिंदे मूंद लिए दरवाजे बाजी अले अनहद बाजे। हुण पता होवे किहड़े दरवाजे बंद किए ने, फिर ही ना मूंद लिए दरवाजे। किहड़े दरवाजे बंद कर ले? दो चार छे सत्त ते दो मालमूत्र वाले नौ। तू ये नौ दरवाजे बंद कर ला, तेरा दसवां तो खुल्या ही पिया है। अखां ते कंट्रोल कर ला, पराया रूप ना देखण, पराया धन ना देखण। कन्नां ते कंट्रोल कर ला, निंदा ना सुन, गंदे गाने ना सुन। मूँह ते कंट्रोल कर ला, जीभ ते स्वाद ना लावे, नाम दा स्वाद ले, बाणी दा स्वाद ले। बाकी इंद्रियां ते कंट्रोल कर ला। जिन्ने चिर तेरियां अखां पवित्र नहीं रब दे दर्शन नहीं होने, जिन्ने चिर कन्न पवित्र नहीं रब दा नाम नहीं सुनना, जिन्ने चिर जीव पवित्र नहीं रब दा नाम जीव ते नहीं टिकना, जिहदे मर्जी बंदे कोल तां चल जा, जिथे मर्जी टकरा मार ला, कोई बंदा दरवाजे नहीं खोल सकता। महाराज ने सिंपल जी गल दसी, वे तू नौ दरवाजे ते कंट्रोल कर ला, तेरा दसवां आपे ही खुल जाना।
ਕਿਸੇ ਜਗ੍ਹਾ 'ਤੇ ਜਾ ਕੇ ਨਹੀਂ ਖੁੱਲ੍ਹਣਾ ਵੀ ਤੁਸੀਂ ਕਿਸੇ ਬਾਬੇ ਕੋਲ ਜਾਓਗੇ ਅਤੇ ਤਾਂ ਖੁੱਲੂਗਾ, ਨਹੀਂ। ਇਹ ਤਾਂ ਬੜਾ ਸਿੰਪਲ ਜਿਹਾ ਰਸਤਾ ਗੁਰੂ ਨੇ ਦੱਸਿਆ ਸੀ, ਹਿਰਦੇ ਨਾਮ ਵਸਾਇਓ, ਘਰ ਬੈਠੇ ਗੁਰੂ 'ਤੇ ਆਇਓ। ਕਿੰਨਾ ਸੋਹਣਾ ਰਸਤਾ ਦੱਸਿਆ ਸੀ, ਗੁਰੂ ਗੁਰੂ ਜਪ ਮੀਤ ਹਮਾਰੇ, ਮੁੱਖ ਉਜਲ ਹੋਵੇ ਦਰਬਾਰੇ। ਅਸੀਂ ਫਿਰ ਭਟਕ ਗਏ। ਤਾਂ ਮੇਰੀ ਇਹੀ ਬੇਨਤੀ ਹੈ ਤੁਹਾਨੂੰ ਸਾਰਿਆਂ ਨੂੰ, ਸਾਰਾ ਵੀ ਜਿੱਥੇ ਵੀ ਤੁਸੀਂ, ਜਿੱਥੇ ਵੀ ਕੋਈ, ਹੁਣ ਦੇਖੋ ਰਾਧਾ ਸਵਾਮੀ ਕੀ ਕਹਿੰਦੇ ਨੇ, ਆਓ ਤੁਹਾਨੂੰ ਨਾਮ ਦੇਈਏ, ਇਹੀ ਕਹਿੰਦੇ ਨੇ ਨਾ। ਉਹਨਾਂ ਨੂੰ ਅਸੀਂ ਬੁਰਾ ਕਹਿੰਦੇ ਹਾਂ। ਨਕਲੀ ਨਰਕਧਾਰੀ ਕੀ ਕਹਿੰਦੇ ਨੇ, ਆਓ ਤੁਹਾਨੂੰ ਨਾਮ ਦੇਈਏ। ਉਹ ਜਿਹੜਾ ਲਾਈਟਾਂ ਜਗਾਉਣ ਵਾਲਾ ਕੀ ਕਹਿੰਦਾ, ਆਓ ਤੁਹਾਡੀਆਂ ਲਾਈਟਾਂ ਜਗਾ ਦਿਆਂ। ਜਿਹੜਾ ਪੰਜਾਬ 'ਚ ਬੈਠਾ ਨੂਰ ਮਹਿਲ, ਮਰ ਗਿਆ ਹੁਣ ਤਾਂ ਉਹਦੀ ਆਪਣੀ ਲਾਈਟ ਹੀ ਬੁੱਝ ਗਈ ਹੈ, ਫਰਿੱਜ 'ਚ ਲੱਗਾ ਹੈ, ਕਿਸੇ ਦੀਆਂ ਲਾਈਟਾਂ ਜਗਾਉਂਦਾ ਜਗਾਉਂਦਾ ਆਪਣੀਆਂ ਬਜਾ ਬੈਠਾ ਹੈ। ਅਤੇ ਇੱਥੋਂ ਨਹੀਂ ਤੁਹਾਨੂੰ ਸਮਝ ਲੱਗਦੀ ਵੀ ਉਹਦੀ ਤਾਂ ਆਪਣੀ ਲਾਈਟ ਬੁੱਝ ਗਈ, ਤੁਹਾਡੀ ਕਿੱਥੋਂ ਜਗਾ ਦੇਗਾ। ਇੱਦਾਂ ਦੇ ਹੁਣ ਹੋਰ ਨੇ। ਦੇਖੋ ਗੱਲ ਆ, ਜੇ ਤੁਸੀਂ ਸਮਝਣ ਦੀ ਕੋਸ਼ਿਸ਼ ਕਰੋ, ਬੋਲੋ ਵਾਹਿਗੁਰੂ। ਗੁਰਮਤਿ ਦਾ ਸਿਧਾਂਤ ਹੈ ਜਾਂ ਨਾਨਕ ਨਾਮ ਗੁਰੂ 'ਤੇ ਪਾਇਆ, ਜਾਂ ਨਾਨਕ ਨਾਮ ਗੁਰੂ 'ਤੇ ਪਾਇਆ, ਧੁਰ ਮਸਤਕ ਭਾਗ ਲਿਖੇਰਾ। ਕਿਤੇ ਮਸਤਕ 'ਤੇ ਭਾਗ ਲਿਖਿਆ ਸੀ ਅਤੇ ਪੰਜਾਂ ਪਿਆਰਿਆਂ ਕੋਲ ਚਲੇ ਗਏ ਅਤੇ ਗੁਰੂ ਨੇ ਨਾਮ ਦ੍ਰਿੜ ਕਰਾ ਦਿੱਤਾ। ਪਹਿਲਾਂ ਵੀ ਆਪਾਂ ਪੜ੍ਹਿਆ, ਬਿਨ ਸਤਿਗੁਰ ਹਰ ਨਾਮ ਨਾ ਲੱਭੇ ਲੱਖ ਕੋਟੀ ਕਰਮ ਕਮਾਓ। ਫਿਰ ਇੱਕ ਥਾਂ ਮਹਾਰਾਜ ਨੇ ਸਿੱਧਾ ਲਿਖਿਆ, ਸੌਦਾ ਇਕਤ ਹੱਟ ਹੈ। ਸੌਦਾ ਕਿੱਥੇ ਹੈ? ਇੱਕੋ ਹੱਟੀ 'ਤੇ। ਉਹ ਹੱਟੀ ਕਿਹੜੀ ਹੈ? ਗੁਰਪੂਰਾ ਪਾਈਏ, ਪੂਰੇ ਗੁਰੂਕੁਲ ਪਾਈਏ। ਹੁਣ ਮੈਂ ਬੈਂਕ 'ਚ ਨੌਕਰੀ ਕਰਦਾ ਹੁੰਦਾ ਸੀ ਅਤੇ ਮੈਂ ਕਾਊਂਟਰ 'ਤੇ ਬੈਠਾ ਹੋਣਾ, ਮੇਰੇ ਕੋਲ ਵੱਖ ਵੱਖ ਤਰ੍ਹਾਂ ਦੇ ਗਾਹਕ ਆਉਂਦੇ ਸੀ, ਵੱਖ ਵੱਖ ਧਰਮਾਂ ਦੇ ਲੋਕ ਆਉਂਦੇ ਸੀ। ਇੱਕ ਆਉਂਦਾ ਹੁੰਦਾ ਸੀ ਅਣਮਤੀ, ਉਹਨੇ ਮੈਨੂੰ ਆ ਕੇ ਕਹਿਣਾ, ਤੁਸੀਂ ਨਾਮ ਲੈ ਲਓ। ਮੈਂ ਛੱਡਣਾ, ਠੀਕ ਹੈ, ਅੱਛਾ ਲੈ ਲਾਂਗੇ ਜੀ, ਕੋਈ ਨਹੀਂ, ਹੈ ਨਾ। ਇੱਕ ਦਿਨ ਮੇਰੇ ਕੋਲ ਬਿਠਾਇਆ ਉਹਨੂੰ, ਮੈਂ ਕਿਹਾ ਆ ਜਾ ਉਰੇ ਬਹਿ ਜਾ ਫਿਰ, ਹੈ ਤੂੰ ਨਾਮ ਕਿੱਥੋਂ ਲਿਆ? ਉਹਨੇ ਮੈਨੂੰ ਦੱਸਿਆ ਮੈਂ ਇੱਥੋਂ ਨਾਮ ਲਿਆ। ਮੈਂ ਕਿਹਾ ਤੂੰ ਇੱਕ ਕੋਲੋਂ ਲਿਆ ਨਾ, ਇੱਕ ਕੋਲੋਂ ਨਾਮ ਲਿਆ ਨਾ ਤੂੰ? ਕਹਿੰਦਾ ਹਾਂ। ਅਤੇ ਮੈਂ ਕਿਹਾ ਮੈਂ ਪੰਜਾਂ ਕੋਲੋਂ ਲਿਆ। ਅਤੇ ਸਾਡੇ ਭਾਈ ਗੁਰਦਾਸ ਕਹਿੰਦੇ ਨੇ, ਇੱਕ ਸਿੱਖ ਦੋਏ ਸਾਧ ਸੰਗ ਪੰਜੀ ਪਰਮੇਸ਼ਰ। ਮੈਂ ਪਰਮੇਸ਼ਰ ਕੋਲ ਲਿਆ, ਤੂੰ ਸਿੱਖ ਕੋਲੋਂ ਲਿਆ। ਹੁਣ ਸਿੱਖ ਕੋਲੋਂ ਨਾਮ ਲਿਆ ਚੰਗਾ ਕਿ ਪਰਮੇਸ਼ਰ ਕੋਲੋਂ? ਤੁਸੀਂ ਦੱਸੋ, ਪਰਮੇਸ਼ਰ ਕੋਲੋਂ। ਅਤੇ ਮੈਂ ਕਿਹਾ ਉਹ ਫਿਰ ਸਿਰ 'ਤੇ ਪੈਰ ਰੱਖ ਕੇ ਦੌੜ ਗਿਆ। ਮੈਂ ਕਿਹਾ ਦੇਖ, ਅਸੀਂ ਪਰਮੇਸ਼ਰ ਕੋਲੋਂ ਲਿਆ, ਤੂੰ ਜਾ, ਤੂੰ ਸਿੱਖ ਦਾ ਸਿੱਖ ਹੈ, ਅਸੀਂ ਪਰਮੇਸ਼ਰ ਦੇ ਸਿੱਖ ਹਾਂ। ਤਾਂ ਪਰਮੇਸ਼ਰ ਦਾ ਸਿੱਖ ਹੋ ਕੇ ਫਿਰ ਬੰਦੇ ਦਾ ਸਿੱਖ ਹੋਏ, ਮਨਮੁਖ ਹੋਏ ਬੰਦੇ ਦਾ ਬੰਦਾ। ਪੂਰੇ ਗੁਰ ਕਾ ਹੁਕਮ ਨਾ ਮੰਨੇ ਸੋ ਅਗਿਆਨ ਮੁੱਠਾ ਬੇਖ ਮਾਇਆ। ਜਿਹੜਾ ਗੁਰੂ ਦਾ, ਪੂਰੇ ਗੁਰੂ ਦਾ ਹੁਕਮ ਨਹੀਂ ਮੰਨਦਾ ਸੋ ਮਨਮੁੱਖ ਅਗਿਆਨ ਮੁੱਠਾ ਬਿਖ ਮਾਇਆ। ਉਹ ਵਿਸ਼ੇ ਵਿਕਾਰਾਂ ਦਾ ਘੇਰਿਆ ਹੋਇਆ, ਮਾਇਆ ਦਾ ਲੁੱਟਿਆ ਹੋਇਆ ਮਨਮੁੱਖ ਹੈ ਜਿਹੜਾ ਪੂਰੇ ਗੁਰੂ ਦਾ ਹੁਕਮ ਨਹੀਂ ਮੰਨਦਾ। ਹੁਣ ਪੂਰੇ ਗੁਰੂ ਦਾ ਹੁਕਮ ਕੀ ਹੋਇਆ ਸੀ ਤੁਹਾਨੂੰ ਜਦੋਂ ਪੰਜਾਂ ਪਿਆਰਿਆਂ ਸਿਰ 'ਤੇ ਹੱਥ ਰੱਖ ਕੇ ਕੀ ਕਿਹਾ ਸੀ? ਸਵਾਸ ਸਵਾਸ ਜਾ ਪੁੱਤਰ, ਜਾ ਕੇ ਸਵਾਸ ਸਵਾਸ ਵਾਹਿਗੁਰੂ ਵਾਹਿਗੁਰੂ ਜਪੀ, ਤੈਨੂੰ ਹੁਣ ਨਾਮ ਦ੍ਰਿੜ ਕਰਾਤਾ। ਅਤੇ ਅਸੀਂ ਜਪਿਆ ਨਹੀਂ ਅਤੇ ਫਿਰ ਬੰਦਿਆਂ ਦੇ ਮਗਰ ਤੁਰ ਪਏ, ਕਿਸੇ ਚਿਮਟੇ ਖੜਕਾਉਣ ਵਾਲੇ ਮਗਰ ਤੁਰ ਗਏ। ਪਤਾ ਨਹੀਂ ਕਿਉਂ, ਮੈਨੂੰ ਪਤਾ ਨਹੀਂ ਕਿਉਂ ਨਹੀਂ, ਪਤਾ ਨਹੀਂ ਕਿੱਦਾਂ ਮੈਂ ਦੇਖਦਾ ਵਾਂ ਵੀ ਇਹਨਾਂ ਨੂੰ ਚਿਮਟਿਆਂ ਵਾਲੇ ਹੀ ਕਿਉਂ ਚੰਗੇ ਲੱਗਦੇ ਨੇ। ਕੋਈ ਚਿਮਟਿਆਂ ਲਾ ਜੇ ਸਾਰਾ ਸਿੱਖ ਜਗਤ ਉਹਦੇ ਮਗਰ। ਕਾਰਨ ਲੱਭੋ ਕੀ ਹੈ, ਜਿਹੜਾ ਬੰਦਾ ਪੰਜਾਂ ਪਿਆਰਿਆਂ ਕੋਲ ਨਹੀਂ ਭੇਜ ਰਿਹਾ। ਹੁਣ ਮੈਂ ਜਿੱਥੇ ਵੀ ਦੀਵਾਨ ਲਾਉਣਾ ਵਾਂ, ਜਿੱਥੇ ਵੀ ਮਹਾਰਾਜ ਕਿਰਪਾ ਕਰਦੇ ਨੇ, ਕਿਤੇ ਸੰਗਤ 'ਤੇ ਜਾਣਾ, ਸਭ ਤੋਂ ਬਾਅਦ 'ਚ ਸਭ ਤੋਂ ਪਹਿਲਾਂ ਇਹੀ ਗੱਲ ਕਹੀ ਦੀ ਵੀ ਪੰਜਾਂ ਪਿਆਰਿਆਂ ਕੋਲ ਜਾਓ, ਖੰਡੇ ਬਾਟੇ ਦੀ ਪੌਲ ਛਕੋ, ਨਾਮ ਗੁਰੂ ਕੋਲ ਮਿਲਣਾ ਹੈ। ਸੌਦਾ ਇਕਤ ਹੱਟ ਹੈ, ਨਾਨਕ ਕਹਿ ਕਰ ਕੇਵਲ ਨਾਮ। ਅਤੇ ਜਿਹੜਾ ਬੰਦਾ ਤੁਹਾਨੂੰ ਕਹਿ ਰਿਹਾ ਹੈ, ਕੋਈ ਵੀ ਅਨਮਤੀ ਕਿਸੇ ਵੀ ਰੂਪ ਵਿੱਚ ਕਹਿ ਰਿਹਾ, ਆਓ ਤੁਹਾਨੂੰ ਮੈਂ ਨਾਮ ਦੇ ਦਿੰਦਾ, ਆਓ ਮੈਂ ਤੁਹਾਨੂੰ ਨਾਮ ਦੇੜ ਕਰਵਾ ਦਿੰਦਾ। ਭਾਵੇਂ ਤੁਸੀਂ ਸ਼ਰਾਬ ਪੀਂਦੇ ਹੋ, ਭਾਵੇਂ ਤੁਸੀਂ ਤੰਬਾਕੂ ਖਾਂਦੇ ਹੋ, ਭਾਵੇਂ ਤੁਸੀਂ ਪਰਾਈ ਇਸਤਰੀ ਭੋਗਦੇ ਹੋ, ਭਾਵੇਂ ਮਰਦ ਭੋਗਦੇ ਹੋ, ਭਾਵੇਂ ਨਿੰਦਿਆ ਕਰਦੇ ਹੋ, ਚੁਗਲੀ ਕਰਦੇ ਹੋ, ਝੂਠ ਬੋਲਦੇ ਹੋ, ਘੱਟ ਤੋਲਦੇ ਹੋ, ਜਿੱਥੋਂ ਮਰਜ਼ੀ ਪੈਸੇ ਲਿਆਈ ਆਉਂਦੇ ਹੋ, ਉਹ ਕਹਿੰਦਾ ਉਹ ਤੁਹਾਨੂੰ ਮੈਂ ਨਾਮ ਦੇ ਦਿੰਦਾ। ਤੁਹਾਡਾ ਭਲਾ ਕਰ ਰਿਹਾ ਕਿ ਤੁਹਾਡੀ ਪੰਥ ਨੂੰ ਖਤਮ ਕਰ ਰਿਹਾ? ਬਾਟਾ ਖਤਮ ਕਰ ਦਈਏ ਨਾ, ਪੰਥ ਆਪੇ ਖਤਮ ਹੋ ਜਾਣਾ ਹੈ। ਸਿੱਖ ਦਾ ਜਨਮ ਬਾਟੇ 'ਚ ਹੁੰਦਾ ਹੈ, ਸਿੱਖੀ ਹਮੇਸ਼ਾ ਪੈਦਾ ਹੀ ਬਾਟੇ 'ਚ ਹੋਣੀ ਹੈ, ਔਰ ਜਦ ਤੱਕ ਪੈਦਾ ਹੁੰਦੀ ਰਹੇਗੀ ਬਾਟੇ 'ਚ ਹੋਏਗੀ। ਜਦੋਂ ਬਾਟਾ ਸਮਾਪਤ ਹੋ ਗਿਆ, ਸਿੱਖੀ ਸਮਾਪਤ ਹੋ ਗਈ, ਬਸ। ਅਤੇ ਬਾਟੇ ਨੂੰ ਤਾਂ ਸਮਾਪਤ ਕਰਨ ਦੀਆਂ ਚਾਲਾਂ ਨੇ ਵੀ ਚਲੋ ਆਓ ਤੁਹਾਨੂੰ ਮੈਂ ਨਾਮ ਦਿੰਦਾ, ਮੈਂ ਤੁਹਾਨੂੰ ਸਾਰਿਆਂ ਨੂੰ ਕਹਿੰਦਾ ਆਓ, ਮੈਂ ਤੁਹਾਨੂੰ ਸਾਲ ਗ੍ਰਹਿ ਦੇੜ ਕਰਾ ਦਿੰਦਾ, ਤੁਸੀਂ ਕਾਹਤੋਂ ਜਾਣਾ ਫਿਰ ਪੰਜਾਂ ਪਿਆਰਿਆਂ ਕੋਲ? ਸਮਝ ਗਏ ਗੱਲ ਮੇਰੀ ਕਿ ਨਹੀਂ? ਹਾਂਜੀ, ਥੋੜ੍ਹਾ ਬੋਲ ਕੇ ਦੱਸੋ। ਅਤੇ ਜੇ ਤੁਹਾਨੂੰ ਮੈਂ ਕਹਿ ਦਿੰਦਾ ਇੱਥੇ ਬੈਠਾ, ਮੰਨ ਲਓ ਮੈਂ ਥੋੜ੍ਹਾ ਚਮਟਾ ਚੁਮਟਾ ਖੜਕਾ ਦਿੰਦਾ, ਚੰਗਾ ਤੁਸੀਂ ਪ੍ਰਭਾਵਿਤ ਹੋ ਜਾਂਦੇ ਹੋ, ਅਤੇ ਮੈਂ ਤੁਹਾਨੂੰ ਕਹਿੰਦਾ ਵੀ ਆਓ ਤੁਹਾਨੂੰ ਮੈਂ ਨਾਮ ਦੇੜ ਕਰਾ ਦਿੰਦਾ, ਤੁਸੀਂ ਫਿਰ ਪੰਜਾਂ ਪਿਆਰਿਆਂ ਕੋਲ ਕੀ ਕਰਨ ਜਾਣਾ? ਜਾਓਗੇ? ਅਤੇ ਸਿੱਖੀ ਤਾਂ ਖਤਮ ਹੋ ਗਈ, ਬਣਨਾ ਤਾਂ ਕੁਛ ਨਹੀਂ। ਬੰਦਾ ਨਾਮ ਦੇਗਾ ਤਾਂ ਕੁਛ ਨਹੀਂ ਬਣਨਾ, ਪੰਜ ਪਿਆਰੇ ਦੇਣਗੇ ਤਾਂ ਸਭ ਕੁਛ ਬਣ ਜਾਣਾ।
तो साड़ी सिखी है पंजां ते खड़ी बाटे ते खड़ी इहनू खत्म करन लई नवीं नवीं चालां नवें नवें टोले पैदा किए जाते हैं। अगों सुचेत तुसीं होणा थोड़ी मर्जी है ਵੀ ਤੁਸੀਂ ਉਹਨਾਂ ਫਿਰ ਉੱਥੇ ਰਲਣਾ ਪੰਥ ਨੂੰ ਖਤਮ ਕਰਨ ਵਾਲਿਆਂ ਨਾਲ ਰਲਣਾ ਉਹਨਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਤੁਰਨਾ ਕਿ ਤੁਸੀਂ ਆਪਣੀ ਜਮਾਤ ਬਣਾ ਕੇ ਤੁਰਨਾ ਤੁਹਾਨੂੰ ਲੋੜ ਹੈ ਤੁਸੀਂ ਸਟੇਜ ਖਾਲੀ ਕੀਤੀ ਹੈ ਤੁਹਾਨੂੰ ਮੈਂ ਬੇਨਤੀ ਕਰਦਾ ਵਾਂ ਤੁਸੀਂ ਗੁਰਦੁਆਰੇ 'ਚ ਜਾਓ ਉੱਥੇ ਘੰਟਾ ਘੰਟਾ ਟਾਈਮ ਲਵੋ ਹੱਥ ਜੋੜ ਕੇ ਲਵੋ ਉੱਥੇ ਜਾ ਕੇ ਸਿਮਰਨ ਕਰਾਓ ਲੋਕਾਂ ਨਾਲ ਬੋਲੋ ਵਾਹਿਗੁਰੂ ਵਾਹਿਗੁਰੂ ਕਰੋ ਉਹਨਾਂ ਨੂੰ ਦੱਸੋ ਵੀ ਪੀਵੋ ਪੌਲ ਖੰਡੇ ਧਾਰ ਹੋਏ ਜਨਮ ਸੁਹੇਲਾ ਇਹ ਦਸਵੇਂ ਪਾਤਸ਼ਾਹ ਦਾ ਹੁਕਮ ਹੈ ਪ੍ਰਥਮ ਰਹਿਤ ਇਹ ਜਾਣ ਖੰਡੇ ਕੀ ਪੌਲ ਛਕੇ ਇਹ ਗੁਰੂ ਦਾ ਹੁਕਮ ਆ ਇਹ ਤੋਂ ਬਗੈਰ ਨਾਮ ਫਲੀਪੂਤ ਨਹੀਂ ਹੋਣਾ ਮਨਮੁੱਖ ਭਗਤ ਕਰੇ ਬਿਨ ਸਤਿਗੁਰ ਬਿਨ ਸਤਿਗੁਰ ਭਗਤ ਨਾ ਹੋਈ ਰਾਮ ਸਪਸ਼ਟ ਫਰਮਾਨ ਨੇ ਬਾਣੀ ਦੇ ਰਾਮ ਰਾਮ ਕਰਤਾ ਸਭ ਜਗ ਫਿਰੇ ਰਾਮ ਨਾ ਪਾਇਆ ਜਾਏ ਵਾਹਿਗੁਰੂ ਵਾਹਿਗੁਰੂ ਕਰਦੇ ਰਹੋ ਜਦ ਤੱਕ ਗੁਰੂਮੁਖ ਤੋਂ ਨਹੀਂ ਸੁਣਿਆ ਫਲੀਪੂਤ ਨਹੀਂ ਹੋਣਾ ਸਿੰਘ ਅਤੇ ਕੌਰ ਨਾਮ ਸਾਨੂੰ ਕਿੱਥੋਂ ਮਿਲਿਆ ਗੋਬਿੰਦ ਰਾਏ ਤਾਂ ਗੋਬਿੰਦ ਰਾਏ ਹੀ ਹੈ ਪੰਜਾਂ ਪਿਆਰਿਆਂ ਨੂੰ ਸਿੰਘ ਵੀ ਬਣਾਤਾ ਆਪ ਅਜੇ ਗੋਬਿੰਦ ਰਾਏ ਹੀ ਹੈ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਬਣਨ ਲਈ ਉਹਨੂੰ ਪੌਲ ਛਕਣੀ ਪਈ ਨਾ ਹਾਂਜੀ ਬੋਲੋ ਨਾ ਅਤੇ ਜਿਹਦੇ ਜਿਹੜੇ ਜਿਹੜੇ ਲੋਕਾਂ ਨੇ ਆਪਣੇ ਨਾਂ ਨਾਲ ਸਿੰਘ ਅਤੇ ਕੌਰ ਲਾਇਆ ਹੈ ਤਾਂ ਉਹਨਾਂ ਨੂੰ ਪੁੱਛੇ ਕੋਈ ਵੀ ਇਹ ਸਿੰਘ ਅਤੇ ਕੌਰ ਨਾਮ ਕਿੱਥੋਂ ਲਿਆ ਗੋਬਿੰਦ ਰਾਏ ਤਾਂ ਪੌਲ ਤੋਂ ਬਿਨਾਂ ਗੋਬਿੰਦ ਸਿੰਘ ਨਹੀਂ ਬਣ ਸਕਿਆ ਤੁਸੀਂ ਕਿਵੇਂ ਸਿੰਘ ਅਤੇ ਕੌਰ ਬਣ ਗਏ ਹੋ ਫਿਰ ਉਹਨਾਂ ਨੂੰ ਕੌਣ ਨਾਮ ਦੇਗਾ ਜਿਹੜਾ ਉਹਨਾਂ ਨੂੰ ਨਾਮ ਦੇਗਾ ਉਹ ਇਹਦਾ ਮਤਲਬ ਕਿਤੇ ਨਾ ਕਿਤੇ ਕੁਛ ਗੜਬੜਿਆ ਕੁਛ ਨਾ ਕੁਛ ਆਪਣਾ ਉਹਦਾ ਉਹਦੇ ਵਿੱਚ ਇੰਟਰਸਟ ਆ ਮੇਰਾ ਕੋਈ ਇੰਟਰਸਟ ਨਹੀਂ ਅਸੀਂ ਇੰਨੇ ਦੀਵਾਨ ਲਾਏ ਨੇ ਮਹਾਰਾਜ ਨੇ ਇੰਨੀ ਸੇਵਾ ਚਲੋ ਜਿੰਨੀ ਕੁ ਲਈ ਸਤਿਗੁਰੂ ਸੱਚੇ ਪਾਤਸ਼ਾਹ ਨੇ ਉਹਨਾਂ ਦੇ ਕੁੱਕਰਿਆਂ ਕੁੱਤਿਆਂ ਭੌਂਕਦੇ ਫਿਰਦੇ ਹਾਂ ਜਿੰਨੀ ਕੁ ਸੇਵਾ ਲਈ ਕਦੀ ਨਹੀਂ ਕਿਹਾ ਕਹਿੰਦਾ ਗੁਰੂ ਕੋਲ ਜਾਓ ਨਾਮ ਗੁਰੂ ਕੋਲ ਮਿਲਣਾ ਇਹ ਵੀ ਚੰਗੇ ਭਾਗ ਕਿਤੇ ਮੈਂ ਵੀ ਨਹੀਂ ਕੋਈ ਚਮਟਾ ਲੈ ਕੇ ਬਹਿ ਗਿਆ ਡੇਰਾ ਬਣਾਉਣ ਵਾਸਤੇ ਸਤਿਗੁਰ ਨੇ ਬਚਾਇਆ ਆ ਗੁਰੂ ਨਾਨਕ ਸਾਹਿਬ ਨੇ ਬਚਾਇਆ ਆ ਨਹੀਂ ਤਾਂ ਮਾਇਆ ਤਾਂ ਬੜੇ ਬੜੇ ਵੱਡਿਆਂ ਨੂੰ ਲੁੱਟ ਲੈਂਦੀ ਹੈ ਮੈਂ ਪਿੱਛੇ ਜ ਉੱਥੇ ਇੱਕ ਸ਼ਾਇਦ ਯੂਟਿਊਬ 'ਤੇ ਵੀ ਪਾਇਆ ਕਿਸੇ ਨੇ ਦੱਸਿਆ ਸੀ ਵੀ ਜੇ ਜਿਹਨੇ ਗੁਰੂ ਨਾਨਕ ਸਾਹਿਬ ਨੇ ਕਦੀ ਕੋਈ ਕਿਹਾ ਵੀ ਲਿਆ ਮੈਨੂੰ ਪੈਸੇ ਦਿਓ ਮੈਂ ਉਹਨੇ ਇੱਕ ਪੈਸਾ ਕਿਸੇ ਦਾ ਐਕਸੈਪਟ ਕੀਤਾ ਕਦੀ ਭਾਈ ਲਾਲੋ ਮਲਕ ਭਾਗੋ ਮਲਕ ਭਾਗੋ ਕੋਲ ਇੰਨੀ ਧਨ ਦੌਲਤ ਸੀ ਅਤੇ ਗੁਰੂ ਨਾਨਕ ਸਾਹਿਬ ਨੇ ਉਹਦੇ ਕੋਲ ਪੈਸੇ ਲੈ ਲਏ ਵੀ ਮਲਕ ਭਾਗੋ ਸਾਰੇ ਪੈਸੇ ਮੈਨੂੰ ਦੇ ਅਤੇ ਮੈਂ ਡੇਰਾ ਬਣਾ ਲਾਂ ਅਤੇ ਤੂੰ ਮੇਰਾ ਸਿੱਖ ਬਣ ਜਾ ਅਤੇ ਲੁੱਟੀ ਜਾ ਲੋਕਾਂ ਨੂੰ ਇੱਦਾਂ ਹੋਇਆ ਕਦੀ ਸੱਜਣ ਠੱਗ ਨੂੰ ਗੁਰੂ ਸਾਹਿਬ ਨੇ ਕਿਹਾ ਵੀ ਤੂੰ ਸੱਜਣਾ ਪੰਜ ਸੱਤ ਬੰਦੇ ਮਾਰ ਲਿਆ ਕਰ ਅਤੇ ਦੋ ਕੁ ਦੇ ਪੈਸੇ ਮੈਨੂੰ ਦੇ ਦਿਆ ਕਰ ਅਤੇ ਦੋ ਕੁ ਦੇ ਤੂੰ ਰੱਖ ਲਿਆ ਕਰ ਅੱਜ ਕੋਈ ਹੈ ਤੁਹਾਨੂੰ ਮਿਲਦਾ ਇਹੋ ਜਿਹਾ ਬਾਬਾ ਇਹੋ ਜਿਹਾ ਕੋਈ ਬੰਦਾ ਜਿਹੜਾ ਕਿ ਮੈਂ ਨਹੀਂ ਤੇਰੀ ਕਮਾਈ ਲੈਣੀ ਤੇਰੀ ਕਮਾਈ ਨਹੀਂ ਸ਼ੁੱਧ ਮੈਂ ਉੱਥੇ ਇੰਗਲੈਂਡ ਗਿਆ ਸੀ ਮੈਨੂੰ ਦੱਸਦੇ ਸੀ ਸਿਗਰਟਾਂ ਦੇ ਬਿਜ਼ਨਸ ਨੇ ਦਵਾਈਆਂ ਦੇ ਬਿਜ਼ਨਸ ਨੇ ਮੈਡੀਸਿਨਾਂ ਦੇ ਉਹ ਮਤਲਬ ਨਸ਼ਿਆਂ ਦੇ ਬਿਜ਼ਨਸ ਨੇ ਅਤੇ ਬ੍ਰਹਮ ਗਿਆਨੀ ਲਈ ਜਾਂਦੇ ਨੇ ਸਾਰੇ ਪੈਸੇ ਲੈ ਕੇ ਅਤੇ ਡੇਰੇ ਬਣਾ ਲਏ ਨੇ ਜੇ ਗੁਰੂ ਨਾਨਕ ਹੁੰਦੇ ਤਾਂ ਲੈਂਦੇ ਜਿਹਨੇ ਗੁਰੂ ਨਾਨਕ ਸਾਹਿਬ ਤਾਂ ਜਿਹਨੂੰ ਉਪਦੇਸ਼ ਦੇ ਗਏ ਅੱਗੇ ਚੱਲ ਗਏ ਦੁਬਾਰਾ ਵਾਪਸ ਗਏ ਹੀ ਨਹੀਂ ਉਹਦੇ ਕੋਲ ਸਮਾਂ ਹੀ ਨਹੀਂ ਮਿਲਿਆ ਅੱਗੇ ਤੋਂ ਅੱਗੇ ਤੁਰੇ ਗਏ ਉਪਦੇਸ਼ ਦਿੰਦੇ ਤਾਂ ਤੁਸੀਂ ਇਹਨੂੰ ਸਮਝਣਾ ਆ ਵੀ ਬੰਦਿਆਂ ਕੋਲ ਜਾਣਾ ਕਿ ਗੁਰੂ ਗ੍ਰੰਥ ਸਾਹਿਬ ਕੋਲੋਂ ਨਾਮ ਲੈਣਾ ਪੰਜਾਂ ਪਿਆਰਿਆਂ ਦੀ ਹਜ਼ੂਰੀ ਵਿੱਚ ਗੁਰੂ ਗ੍ਰੰਥ ਸਾਹਿਬ ਕੋਲੋਂ ਉਪਦੇਸ਼ ਲੈ ਕੇ ਅਤੇ ਉਸ ਉਪਦੇਸ਼ ਦੀ ਕਮਾਈ ਕਰਨੀ ਹੈ ਫਿਰ ਸੰਗਤ ਕਰਨੀ ਹੈ ਲੱਗਿਆਂ ਹੋਇਆਂ ਦੀ ਸੰਗਤ ਕਰਨੀ ਜਿਹੜੇ ਲੱਗੇ ਹੋਏ ਨੇ ਫਿਰ ਉੱਥੇ ਵੀ ਸੁਚੇਤ ਹੋਣ ਦੀ ਲੋੜ ਹੈ ਉੱਥੇ ਵੀ ਦੇਖਣਾ ਕੋਈ ਇਹ ਤਾਂ ਨਹੀਂ ਕਹਿ ਰਿਹਾ ਵੀ ਮੈਂ ਤੇਰਾ ਦਸਵਾਂ ਦੁਆਰ ਖੋਲ੍ਹ ਦਿਆਂਗਾ ਜਾਂ ਮੈਂ ਤੇਰੇ ਅਣਹਦ ਸ਼ਬਦ ਵਜਾ ਦਿਆਂਗਾ ਜਿਹੜਾ ਵੀ ਬੰਦਾ ਕਹੇਗਾ ਨਾ ਮੈਂ ਤੈਨੂੰ ਗਿਆਨ ਦੇ ਦਿਆਂਗਾ ਸੌ ਨੰਬਰ ਦਾ ਝੂਠਾ ਹੋਵੇਗਾ ਜਾਂ ਨਾਨਕ ਨਾਮ ਗੁਰੂ 'ਤੇ ਪਾਇਆ ਗਿਆਨ ਗਿਆਨ ਕਥੇ ਸਭ ਕੋਈ ਕਥ ਕਥ ਬਾਦ ਕਰੇ ਦੁੱਖ ਰੋਈ ਕਥ ਕਹਿਣੇ 'ਤੇ ਰਹੇ ਨਾ ਕੋਈ ਗਿਆਨ ਧਿਆਨ ਸਭ ਗੁਰ 'ਤੇ ਹੋਈ ਜਦ ਗਿਆਨ ਹੀ ਗੁਰੂ ਕੋਲ ਹੋਣਾ ਆਸਾ ਦੀ ਵਾਰ 'ਚ ਤੁਸੀਂ ਰੋਜ਼ ਪੜ੍ਹਦੇ ਹੋ ਕੁੰਬੇ ਬੱਧਾ ਜਲ ਰਹੇ ਜਲ ਬਿਨ ਕੁੰਭ ਨਾ ਹੋਏ ਗਿਆਨ ਕਾ ਮੱਦਾ ਮੰਨ ਰਹੇ ਗੁਰਬਿਨ ਗੁਰਬਿਨ ਗਿਆਨ ਨਾ ਹੋਏ ਤਾਂ ਬੰਦਾ ਕਿਹੜਾ ਦਸਵਾਂ ਦਾਰ ਖੋਲ੍ਹ ਦੇਗਾ ਬੰਦਾ ਕਿਹੜਾ ਤੁਹਾਨੂੰ ਅੰਮ੍ਰਿਤ ਰਸ ਦੇ ਦੇਗਾ ਅੰਮ੍ਰਿਤ ਰਸ ਸਤਿਗੁਰੂ 'ਚੋਂ ਆਇਆ ਦਸਵੇਂ ਦਾਰ ਪ੍ਰਗਟ ਹੋਇਆ ਆ ਸਤਿਗੁਰ 'ਤੇ ਆਸ ਰੱਖੋ ਹਾਂ ਉੱਦਾਂ ਆਸ ਰੱਖਣੀ ਨਹੀਂ ਜੇ ਸੱਚੀ ਗੱਲ ਤੁਹਾਨੂੰ ਦੱਸ ਦਿਆਂ ਬੋਲੋ ਵਾਹਿਗੁਰੂ ਕਾਹੂੰ ਫਲ ਕੀ ਇੱਛਾ ਨਹੀਂ ਬਚਿਆ ਕੇਵਲ ਭਗਤ ਕੀਰਤਨ ਸੰਗਰਾਚ ਹੈ ਕੋਈ ਨਹੀਂ ਦਸਵਾਂ ਦਾਰ ਖੁੱਲ੍ਹੇ ਨਾ ਖੁੱਲ੍ਹੇ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਅਨਾ ਸ਼ਬਦ ਵੱਜਣ ਨਾ ਵੱਜਣ ਕੋਈ ਗੱਲ ਨਹੀਂ ਤੇਰਾ ਇੱਕੋ ਹੀ ਕੰਮ ਹੈ ਵਾਹਿਗੁਰੂ 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 ਇਹੀ ਅਨਹਦ ਸ਼ਬਦ ਹੈ ਇਹੀ ਦਸਵਾਂ ਦਾਰ ਇਹੀ ਅੰਮ੍ਰਿਤ ਰਸ ਉੱਥੇ ਤੱਕ ਲੈ ਜਾਏਗਾ ਤੂੰ ਲੱਗਿਆ ਰਹਿ ਆਸ ਆਸ ਛੱਡ ਦੇ
ਆਸਾ ਸਭੇ ਲਾਹਕ ਹੈ ਇੱਕਾ ਆਸ ਕਮਾਓ। ਜੇ ਤੁਹਾਡਾ ਧਿਆਨ ਇਹਦੇ 'ਚ ਰਿਹਾ, ਮੇਰਾ ਅਨੰਦ ਸ਼ਬਦ ਨਹੀਂ ਵੱਜਦਾ, ਮੈਨੂੰ ਅੰਮ੍ਰਿਤ ਰਸ ਨਹੀਂ ਆਇਆ, ਤੁਹਾਡਾ ਭਗਤੀ ਨਹੀਂ ਹੋਈ, ਤੁਹਾਡਾ ਧਿਆਨ ਖਿੰਡ ਗਿਆ। ਤੁਸੀਂ ਸਿਰਫ ਵਾਹਿਗੁਰੂ ਦਾ ਨਾਮ ਜਪਣਾ, ਧੁਨ 'ਚ ਧਿਆਨ ਰੱਖਣਾ, ਧੁਨ ਮੈਂ ਧਿਆਨ, ਧਿਆਨ ਮੈਂ ਜਾਣਿਆ, ਗੁਰਮੁਖ ਅਕਥ ਕਹਾਣੀ। ਮੇਰੇ ਖਿਆਲ ਕਾਫੀ ਹੋ ਗਿਆ, ਤੁਸ ਕਲੀਅਰ ਹੋਇਆ ਕੋਨਸੈਪਟ, ਕਲੀਅਰ ਹੋ ਗਿਆ ਵੀ ਬੰਦਿਆਂ ਮਗਰ ਦੌੜਨਾ, ਬਾਬਿਆਂ ਮਗਰ ਦੌੜਨਾ, ਅੰਮ੍ਰਿਤ ਅਨਹਦ ਸ਼ਬਦ ਵਜਾਉਣਾ, ਕੀ ਵਜਾਉਣਾ, ਇੱਕੋ ਹੀ ਵਜਾਉਣਾ, ਆਹ ਹੀ ਅਨਹਦ ਸ਼ਬਦ ਹੈ, ਆਈ ਗੁਰੂ 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 ਵੱਜਦਾ ਤਾਂ ਪਿਆ, ਹੋਰ ਕਿਵੇਂ ਵੱਜਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਰਿਮੰਦਰ ਸਾਹਿਬ ਉੱਥੇ ਪ੍ਰਕਾਸ਼ ਤਾਂ ਲੇਟ ਕਰਦੇ ਨੇ। ਅੱਛਾ, 12 ਵਜੇ ਦੁਪਹਿਰ ਨੂੰ ਨਹੀਂ ਸੀ ਕੋਈ ਤਾਬਿਆ, 40 ਮਿੰਟ ਉਸ ਤੋਂ ਬਾਅਦ ਵੀ ਕੋਈ ਆਇਆ, ਉਸ ਤੋਂ ਬਾਅਦ ਆਏ ਨੀ ਗਏ ਜਸਵਿੰਦਰ ਸਿੰਘ, ਜੋ ਕਹਿੰਦੇ ਨੇ ਨੰਦ ਸਿੰਘ ਸਾਹਿਬ, ਗਿਆਨੀ ਜਸਵਿੰਦਰ ਸਿੰਘ, ਉੱਥੋਂ ਮੇਰੇ ਕੋਲ ਇੱਕ ਬੀਬੀ ਬੈਠੀ, ਜਦੋਂ ਉੱਥੇ ਦਿੰਦੇ ਹੁੰਦੇ ਸੀ ਸੁਰਪੇ, ਹੁਣ ਸ਼ੁਕਰ ਬੰਦ ਕੀਤੇ ਨੇ ਸੁਰਪਾ ਜੀ, ਇਹਨਾਂ ਨੂੰ ਬਹੁਤ ਬਣਾ ਲਿਆ, ਉਹ ਮੈਂ ਬੀਬੀ ਨੂੰ ਪੁੱਛਿਆ, ਮੈਂ ਕਿਹਾ ਬੀਬੀ ਅਸੀਂ ਸਭ ਕੋਈ ਕਾਬੇ ਨਹੀਂ ਬੈਠਾ ਹੋਇਆ, ਕਹਿੰਦੇ ਸਿੰਘ ਸਭ ਮਰਜ਼ੀ ਨਾਲ ਆਉਂਦੇ, ਮੈਂ ਕਿਹਾ ਸ਼ਾਹਨਸ਼ਾਹ ਕਿੰਗ ਕਿੰਗ ਆਫ ਕਿੰਗਸ ਉਸਦੇ ਬੈਠੇ ਨੇ ਆਪਣੇ ਤਖ਼ਤ 'ਤੇ, ਤੂੰ ਚੋਰ ਚੋਰ ਵਧਾ ਲਿਆ ਮਰਜ਼ੀ ਨਾਲ ਆਉਂਦੇ, ਇਹ ਕਿਹੜੀ ਗੱਲ ਹੋਈ। ਐਨੀ ਦੇਰ ਬਾਏ ਚਾਂਸ ਜਿਸਨੂੰ ਗਾਣੀ ਜਸਵੀਰ ਸਿੰਘ ਸਿੰਘ ਸਾਹਿਬ ਆ ਗਏ ਨਾ, ਉਹ ਕਿਸੇ ਹੋਰ ਨਹੀਂ ਲੰਘਦਾ, ਉਹ ਲੇਡੀਜ਼ ਵੱਲੋਂ ਲੰਘਿਆ ਕੁਦਰਤੀ, ਮੈਂ ਕਿਹਾ ਵੀ ਇੱਥੇ ਤਾਬੇ ਤੋਂ ਨਹੀਂ ਕੋਈ ਬੈਠਦਾ, ਕਹਿੰਦੇ ਜੀ ਬੈਠੇ ਤੋਂ ਇੰਨੇ, ਮੈਂ ਕਿਹਾ ਤਾਂ ਹੁਣੇ ਆ ਕੇ ਬੈਠੇ ਨੇ, ਮੈਂ ਕਿਹਾ ਮੈਂ ਅਖਬਾਰ 'ਚ ਕਢਾ ਦਿੰਦਾ, ਮੇਰੇ ਮੂੰਹ ਨਿਕਲ ਗਿਆ ਆਪਣੇ, ਪਤਾ ਨਹੀਂ ਕਿਵੇਂ ਗੱਲ ਨਿਕਲਿਆ, ਚਲੋ ਉਹ ਲੰਘ ਗਿਆ, ਫਿਰ ਉਹ ਵਾਪਸ ਗਿਆ, ਵਾਪਸ ਗਿਆ ਉੱਥੇ ਤਾਂ ਫਿਰ ਨਾ ਮੇਰੇ ਨਾਲ ਵੀ ਬੈਠੀ ਸੀ, ਉਹ ਪਹਿਲਾਂ ਕਹਿੰਦੀ ਹੈ ਅਸੀਂ ਪਿਛਲੇ ਸਾਲ ਆਏ ਸਾਂ ਤਾਬੇ ਤੋਂ, ਉਦੋਂ ਕੋਈ ਬੈਠਾ ਹੋਇਆ, ਫਿਰ ਜਦੋਂ ਉਹ ਸੇਵਕ ਚਲਾ ਗਿਆ ਵਾਪਸ ਉੱਥੇ, ਉਹਦੇ ਕਾਰਨ ਪੁੱਛਿਆ ਲੱਗਣ, ਮੈਂ ਨਹੀਂ ਪਤਾ, ਮੈਂ ਖਿਆਲ ਨਹੀਂ ਕੀਤਾ, ਮੈਂ ਦੇਖਿਆ ਸਿੰਘ ਸਾਹਿਬ ਦੀਵਾਰੀ ਕਦੋਂ ਹੋ ਗਿਆ ਹੁਣ ਨਹੀਂ ਲਾਉਂਦੇ ਉਸ ਤੋਂ ਬਾਅਦ ਜਦੋਂ ਮੈਂ ਇਸ ਤਰ੍ਹਾਂ ਕਹਿ ਦਿੱਤਾ ਮੈਂ ਅਗਲੇ ਸਾਲ ਸ਼ਾਮ ਨੂੰ ਫਿਰ ਮੈਂ ਦੋਸਤ ਦੇ ਸ਼ਾਮ ਨੂੰ 40 ਮਿੰਟ ਫਿਰ ਕੁੜੀ ਸੀ ਉੱਥੇ ਸਾਹਿਬ ਬੈਠਾ ਹੋਇਆ ਫਿਰ ਮ
गल है भैन जी, ये सारा कुछ खेल जड़ा हो गया ना, एक जड़ी ये सीखी हैगी प्रेमा भगती, पै बिन पाओ ना उपजै, पाओ बिन भगती ना होए तेरी, निर्मल पाओ पाया हर गुण गाया, हर वेखै राम हदूरे। जे पाओ नहीं हैगा भगती नहीं, वह है मुलाजम जड़ा। ये जरूरी नहीं कि कोई बंदा जड़ा बिल्कुल गुरु साहब के लागे बैठा है तो गुरु साहब के लागे ही होए, ये जरूरी नहीं है। जिमें गुरु साहब ने बाणी में एक एग्जैम्पल दिती हुई है, मारू राग शब्द आ, मैं पूरा शब्द तो याद नहीं, पर महाराज ने इधर लिखा है, महाराज कहते हैं जिदा जूं होंगी ना चम चिच मझ के जूं पंदियाँ, वो जूं जड़ी मझ दे जिते दुध या बहाने ना लगी होंगी है, पर वो दुध नहीं पी सकती, खून पीती है। तो असी लोग जड़े असी हाँ जिदा तुम सानू समझते भी अलग गुरु साहब शायद गुरु साहब के लागे होने ने, असी दुध नहीं पी सकते, असी ही वो चम जूंव जिन्होंने सारे पंथ का खराब किया है ये काम। हाँ बस यही तो गल है ना, यही इस करके तो सारा कुछ हो रहा है। इनू ठीक भी तो कौन करेगा, आप ही सारे रल मिल के करांगे ना। तो आपां नूं जिथे जिथे आपां देखदे आं आपां नूं उठ के खड़े होना चाहिए है, और उत्थे सानूं लिखती तौर पर या जिदा भी साडा जो उपराला होवे करना चाहिए है, या असी कमी देखी है इनू दूर करो, फिर जो उन्हां नूं पता लगेगा संगत सुचेत हो गई है, फिर आपे भी सुचेत हो जाएंगे। उदा ये जिहड़ा साडा धर्म सी इह किरतियां दा धर्म सी, काल खाए कि छत्थों दे नान करा पछाणे से। तो बाणी च इदा लिखा है महाराज ने, ज्ञान भी होना गावे गीत, भुखे मुला करे मसीत। मुला भुखा सी उन्हें मसीत बना ली, सिख भुखा सी उन्हें गुरद्वारा बना लिया, फर्क कोई नहीं।
ਫਰਕ ਕੋਈ ਨਹੀਂ, ਦੋਵੇਂ ਪੇਟ ਲਈ ਕਰ ਰਹੇ ਨੇ ਸਾਰੇ। ਕੋਈ ਮੈਨੂੰ ਦੁਨੀਆਂ ਦਾ ਗੁਰਦੁਆਰਾ, ਮੈਂ ਰਿਕਾਰਡ ਹੋ ਰਿਹਾ ਤਾਂ ਤੁਸੀਂ ਸ਼ਾਇਦ ਇਹਨੂੰ ਟਿਊਬ 'ਤੇ ਵੀ ਪਾ ਦੇਣਾ, ਮੈਨੂੰ ਕੋਈ ਦਿਖਾ ਦਿਓ ਦੁਨੀਆਂ ਦਾ ਇੱਕ ਵੀ ਗੁਰਦੁਆਰਾ, ਇੱਕ ਮੰਦਰ, ਇੱਕ ਮਸਜਿਦ ਜਿਹੜੀ ਰੱਬ ਲਈ ਬਣੀ ਹੋਵੇ। ਸਭ ਚੌਧਰਾਂ ਲਈ, ਸਭ ਸਾਡੇ ਪੇਟ ਲਈ ਕੋਈ ਵਿਖਾ ਦਿਓ ਜਿਹੜਾ ਰੱਬ ਦਾ ਘਰ ਬਣਿਆ ਹੋਵੇ। ਬਣਾਇਆ ਤਾਂ ਗੁਰੂ ਹਰਿਮੰਦਰ ਸਾਹਿਬ ਰੱਬ ਦਾ ਘਰ ਸੀ, ਹੈਗਾ ਤਾਂ ਰੱਬ ਦਾ ਘਰ ਆ, ਪਰ ਉੱਥੇ ਵੀ ਇੱਦਾਂ ਹੀ ਹੋ ਗਿਆ। ਤਾਂ ਇਹ ਕਸੂਰ ਸਾਡਾ ਹੀ ਆ, ਅਸੀਂ ਸਾਰੇ ਰਲ ਮਿਲ ਕੇ ਜ਼ਿੰਮੇਵਾਰ ਹਾਂ। ਇੱਕ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਰੋਜ਼ ਸਵੇਰੇ ਸੋਨੇ ਦੀ ਪਾਲਕੀ ਵਿੱਚ ਆਉਂਦਾ ਹੈ, ਦੇਖਦੇ ਹੋ ਟੈਲੀਵਿਜ਼ਨ 'ਤੇ, ਅਤੇ ਜਿਹੜਾ ਆਹ ਪ੍ਰਕਾਸ਼ ਹੋਇਆ ਇਹ ਕੀ ਹੈ, ਇਹ ਹੋਰ ਹੈ ਕੋਈ? ਮੇਰੀ ਗੱਲ ਦਾ ਇਹ ਸਰੂਪ ਕੋਈ ਹੋਰ ਹੈ ਜਿਹੜਾ ਸੋਨੇ 'ਚ ਆ ਰਿਹਾ, ਕੋਈ ਹੋਰ ਹੈ? ਅਤੇ ਜਿਹੜਾ 250 ਉੱਥੇ ਹੋਰ ਪ੍ਰਕਾਸ਼ ਕੀਤਾ, 250-300 ਖੰਡ ਪਟ ਰੱਖਿਆ ਆ, ਹੋਰ ਸਰੂਪ ਹੋਰ ਨੇ? ਉਹਨਾਂ ਨੂੰ ਕੋਈ ਮੱਥਾ ਵੀ ਨਹੀਂ ਟੇਕ ਰਿਹਾ, ਅਤੇ ਇੱਕ ਨੂੰ ਸੋਨੇ ਦੀ ਪਾਲਕੀ ਥੱਲੇ ਮੋਢਾ ਦੇਣ ਲਈ ਤਿਆਰ ਨੇ? ਤਾਂ ਕਰਕੇ ਸਾਡਾ ਜਿਹੜਾ ਸਤਿਆਨਾਸ਼ ਹੋ ਰਿਹਾ। ਮਾਇਆ ਕਾਰਨ ਵਿੱਦਿਆ ਵੇਚੇ, ਜਨਮ ਅਬਿਰਥਾ ਜਾਈ। ਇਹ ਵਿੱਦਿਆ ਵੇਚਣ ਵਾਸਤੇ ਨਹੀਂ ਹੈ, ਇਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਅਖੰਡ ਪਾਠ ਕਰਾਉਣ ਵਾਸਤੇ ਨਹੀਂ ਸੀ, ਇਹ ਸੁਖਣੀ ਸਾਹਿਬ ਕਰਾਉਣ ਵਾਸਤੇ ਨਹੀਂ ਹੈ, ਇਹ ਸੰਪਟ ਪਾਸ ਕਰਾਉਣ ਵਾਸਤੇ ਨਹੀਂ ਹੈ। ਇਹ ਵੱਖ ਵੱਖ ਤਰ੍ਹਾਂ ਦੇ ਨਵੇਂ ਨਵੇਂ ਪਾਠ ਅੱਜ ਕੱਲ੍ਹ ਆ ਰਹੇ ਨੇ, 25 ਸਿੰਘਾਂ ਵਾਲਾ ਪਾਠ, ਪਤਾ ਨਹੀਂ ਕਿਹੜਾ ਪਾਠ, ਮੈਨੂੰ ਤਾਂ ਪਤਾ ਵੀ ਨਹੀਂ ਲੱਗਦਾ ਵੀ ਇਹ ਕਿਹੜੇ ਕਿਹੜੇ ਪਾਠ ਨੇ, ਸੰਪਟ ਪਾਠ, ਸੰਕਟ ਪਾਠ, ਪਤਾ ਨਹੀਂ ਕੀ ਪੈ ਗਿਆ ਇਹਨਾਂ ਨੂੰ। ਤਾਂ ਇਹ ਕਿਉਂ ਪੈਸੇ ਲੈਣੇ ਨੇ? ਖੰਡ ਪਾਠ ਦੇ ਥੋੜ੍ਹੇ ਪੈਸੇ ਮਿਲਦੇ ਸੀ, ਸੰਪਟ ਪਾਠ ਦਾ 50,000 ਮਿਲ ਜਾਂਦੇ, ਹੈ ਨਾ? ਤਾਂ ਉਹ ਸਾਰਾ ਕੁਛ ਫਿਰ ਉਹ ਧਰਮ ਤਾਂ ਰਹਿ ਗਿਆ ਨਾ, ਸੱਚ ਕਿਨਾਰੇ ਰਹਿ ਗਿਆ, ਖੈ ਮਰਦੇ ਬਾਹਮਣ ਮੁਲਾਣੇ, ਤੋ ਸੱਚ ਤਾਂ ਕਿਨਾਰੇ ਰਹਿ ਗਿਆ। ਗੁਰੂ ਸਾਹਿਬ ਦੀ ਬਾਣੀ ਤਾਂ ਹੈ, ਇਹ ਬਾਣੀ ਜੋ ਜਿਉਂ ਜਾਣੇ ਅਤੇ ਸੰਤਰ ਰਵੇ ਹਰਨਾਮਾ, ਬਾਣੀ ਬਿਰਲੋ ਵਿਚਾਰ ਸੀ, ਜੇ ਕੋਈ ਗੁਰਮੁਖ ਹੋਏ ਇਹ ਬਾਣੀ ਮਹਾਂਪੁਰਖੀ, ਨਿੱਜ ਘਰ ਵਾਸਾ ਹੋਏ ਜਿਸ ਕੀ ਬਾਣੀ ਅਤੇ ਸਮਾਹੇ ਸਮਾਣੀ, ਜਿੱਥੋਂ ਆਈ ਹੈ ਉੱਥੇ ਲੈ ਜਾਏਗੀ ਸਾਨੂੰ, ਜੇ ਅਸੀਂ ਇਹਦੀ ਵਿਚਾਰ ਕਰਾਂਗੇ, ਜੇ ਇਹਨੂੰ ਅਸੀਂ ਪੜ੍ਹਾਂਗੇ, ਤਾਂ ਜੇ ਇਹਦੀ ਵਿਚਾਰ ਕਰਕੇ ਇਹਨੂੰ ਅਪਣਾ ਲਾਂਗੇ, ਇਸ ਬਾਣੀ ਦੇ ਮਾਰਗ ਦੇ ਦੱਸੇ ਹੋਏ ਰਸਤੇ 'ਤੇ ਚੱਲ ਪਾਂਗੇ, ਮਾਰਗ ਚੱਲੇ ਤਿੰਨੀ ਸੁੱਖ ਪਾਇਆ, ਸੁੱਖ ਪਾਇਆ ਪਰਮਾਤਮਾ ਦੀ ਪ੍ਰਾਪਤੀ ਕਰ ਲਈ। ਜਿਨ੍ਹਾਂ ਨੇ ਗੁਰੂ ਦੀ ਬਾਣੀ ਦੱਸੇ ਅਨੁਸਾਰ ਆਪਣਾ ਜੀਵਨ ਢਾਲ ਲਿਆ, ਉਹਨਾਂ ਨੇ ਜਿਉਂਦੇ ਜੀ ਪਰਮਾਤਮਾ ਬਣ ਗਏ। ਜਿਨ ਹਰ ਜਪਿਆ ਸੇ ਹਰ ਹੋਏ, ਹਰ ਮਿਲਿਆ ਕੇਲ ਕਿਲਾਲੀ, ਉਹ ਪਰਮਾਤਮਾ ਦਾ ਰੂਪ ਹੋ ਗਏ, ਜਿਉਂਦੇ ਜੀ ਪਰਮਾਤਮਾ ਬਣ ਗਏ। ਤੋ ਜਿਹੜੇ ਪਾਠ ਕਰਦੇ ਰਹਿ ਗਏ ਉਹ ਰਹਿ ਗਏ। ਤੋ ਆਪਾਂ ਜਿੱਥੇ ਆਪਾਂ ਦਾ ਜ਼ੋਰ ਚੱਲਦਾ ਹੈ ਨਾ, ਜਿੱਥੇ ਆਪਣਾ ਵਸ ਚੱਲਦਾ ਉੱਥੇ ਅਸੀਂ ਖੜ੍ਹੇ ਵੀ ਹੋਣਾ ਹੈ ਨਾ। ਜੇ ਅਸੀਂ ਸਾਰੇ ਚੁੱਪ ਕਰ ਗਏ ਫਿਰ ਇਹ ਤਮਾਸ਼ਾ ਲੱਗਾ ਹੀ ਰਹਿਣਾ। ਅਤੇ ਵੱਧ ਤੋਂ ਵੱਧ ਮੈਂ ਤਾਂ ਇਹ ਕਹਿੰਦਾ, ਹੁਣ ਮੈਂ ਇੱਕ ਪਿੰਡ 'ਚ ਹੁਣੇ ਕੀਰਤਨ ਕਰਨ ਗਿਆ ਸੀ, ਥੋੜ੍ਹੇ ਦਿਨ ਹੋਏ ਨੇ ਪੰਜਾਬ 'ਚ, ਸ਼ਾਮ ਨੂੰ ਰਾਤ ਦਾ ਵੇਲਾ ਸੀ, ਮੈਂ ਕੀਰਤਨ ਕਰਨ ਗਿਆ। ਤਾਂ ਉੱਥੇ ਮੈਂ ਕੁਛ ਦੇਖਿਆ ਅਤੇ ਮੈਂ ਉੱਥੇ ਜਾ ਕੇ ਉਹਨਾਂ ਨੂੰ ਕਿਹਾ, ਮੈਂ ਕਿਹਾ ਮੈਂ ਹੁਣ ਤੁਹਾਡੇ ਪਿੰਡ ਕੀਰਤਨ ਕਰਨ ਆਇਆ, ਵੀ ਮੇਰੇ ਮੂੰਹ ਨੂੰ ਮਿੱਟੀ ਲੱਗੀ ਹੋਵੇ, ਨੱਕ ਲੱਗੀ ਹੋਵੇ, ਹੈ ਨਾ, ਗੰਦਾ ਮੂੰਹ ਹੋਇਆ ਹੋਵੇ, ਤੁਸੀਂ ਕੀ ਚੰਗਾ ਸਮਝੋਗੇ? ਤੁਸੀਂ ਕਹਿਣਾ ਬਾਬਾ ਕਿਹੋ ਜਿਹਾ ਗੰਦਾ ਜਿਹਾ ਮੂੰਹ ਲੈ ਕੇ ਆ ਗਿਆ, ਕਹੋਗੇ ਨਾ, ਹੈ ਨਾ? ਮੈਂ ਹੁਣ ਆਇਆ ਉੱਥੋਂ, ਮੂੰਹ ਨਾ ਧੋਤਾ ਹੋਵੇ, ਗਿੱਧ ਲੱਗੀ ਹੋਵੇ, ਨੱਕ ਲੱਗੀ ਹੋਵੇ ਮੂੰਹ 'ਤੇ, ਤੁਸੀਂ ਕਹੋਗੇ ਚੰਗਾ ਭਾਈ ਸਾਹਿਬ ਸਾਡਾ ਮੂੰਹ ਵੀ ਨਹੀਂ ਧੋ ਸਕਦਾ, ਆਖੋਗੇ ਨਾ? ਬੋਲਦੇ ਨਹੀਂ? ਹਾਂ, ਉਹ ਤਾਂ ਆਖੋਗੇ, ਤਾਂ ਮੈਨੂੰ ਪਤਾ ਆਖੋਗੇ, ਉੱਦਾਂ ਫਿਰ ਮੇਰੇ ਮੂੰਹ 'ਤੇ ਨਾ ਆਖੋ, ਬਾਅਦ ਹੀ ਤਾਂ ਆਖੋਗੇ ਹੀ, ਹੁਣ ਤਾਂ ਹੀ ਮੈਂ ਧੋ ਕੇ ਆਉਂਦਾ। ਤਾਂ ਉਹਨਾਂ ਬੋਲੇ ਵਾਹਿਗੁਰੂ। ਅਤੇ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਪਿੰਡ ਵਾਲਿਆਂ ਨੂੰ, ਮੈਂ ਕਿਹਾ ਵੀ ਦੇਖੋ, ਤੂੰ ਤੁਹਾਨੂੰ ਇਹ ਚੰਗਾ ਨਹੀਂ ਲੱਗਦਾ ਮੇਰੇ ਮੂੰਹ 'ਤੇ ਕੁਛ ਗੰਦਾ ਲੱਗਾ, ਤੁਸੀਂ ਕਹਿਣਾ ਕਿੱਦਾਂ ਦਾ ਬਾਬਾ ਆ ਗਿਆ। ਅਤੇ ਮੈਂ ਕਿਹਾ ਤੁਹਾਡੇ ਪਿੰਡ ਦੇ ਮੂੰਹ ਦੇ ਉੱਤੇ ਕਲੰਕ ਲੱਗਾ ਏ, ਜਿੱਥੋਂ ਪਿੰਡ 'ਚ ਵੜਦੇ ਸੀ ਨਾ ਉੱਥੇ ਠੇਕਾ ਖੁੱਲ੍ਹਿਆ ਸੀ ਸ਼ਰਾਬ ਦਾ, ਜਿੱਥੋਂ ਪਿੰਡ ਦੇ ਵਿੱਚ ਵੜਨਾ ਐਂਟਰ ਕਰਨਾ ਰਸਤੇ 'ਤੇ। ਅਤੇ ਮੈਂ ਕਿਹਾ ਤੁਹਾਡੇ ਪਿੰਡ ਦੇ ਮੱਥੇ ਦੇ ਉੱਤੇ ਹੀ ਕਲੰਕ ਲੱਗਾ ਏ, ਅਤੇ ਕਿਹੋ ਜਿਹਾ ਸਿੱਖਾਂ ਦਾ ਪਿੰਡ ਹੈ, ਹੋਵੇ ਸਿੱਖਾਂ ਦਾ ਪਿੰਡ ਅਤੇ ਮੱਥੇ 'ਤੇ ਕਲੰਕ ਲੱਗਾ ਹੋਵੇ, ਠੇਕਾ ਖੁੱਲ੍ਹਾ ਹੋਵੇ, ਹੋਵੇ ਸਾਰਾ ਪਿੰਡ ਸਿੱਖਾਂ ਦਾ। ਅਤੇ ਮੈਂ ਕਿਹਾ ਫਿਰ ਗੁਰੂ ਦੇ ਸਿੱਖ ਕਿੱਦਾਂ ਦੇ ਹੋਏ ਤੁਸੀਂ? ਮੱਥੇ ਤੁਹਾਡੇ 'ਤੇ ਤਾਂ ਕਲੰਕ ਲੱਗੀ, ਕਾਲਖ ਲੱਗੀ ਹੈ, ਹੋਵੇ ਗੁਰੂ ਦੇ ਸਿੱਖ ਦਾ ਘਰ, ਮੱਥੇ 'ਤੇ ਤਾਂ ਕਾਲਖ ਲੱਗੀ, ਬੋਤਲ ਫੜ ਕੇ ਘਰ ਨੂੰ ਲਿਜਾਂਦਾ ਪਿਆ। ਤਾਂ ਮੈਂ ਕਿਹਾ ਹੁਣ ਮੈਂ ਇਹ ਨਹੀਂ ਕਹਿੰਦਾ ਵੀ ਤੁਸੀਂ ਕਿਰਪਾਨਾ ਫੜੋ ਅਤੇ ਉਹਨਾਂ ਨੂੰ ਠੇਕੇ ਵਾਲਿਆਂ ਨੂੰ ਮਾਰ ਦਿਓ ਜਾ ਕੇ, ਇੱਦਾਂ ਨਹੀਂ ਮੈਂ ਕਹਿੰਦਾ। ਮੈਂ ਕਹਿੰਦਾ ਤੁਸੀਂ ਪੀਣੀ ਬੰਦ ਕਰ ਦਿਓ, ਇਹ ਠੇਕਾ ਲੈ ਕੇ ਆਪੇ ਹੀ ਭੱਜ ਜਾਣਗੇ, ਸਮਝ ਗਏ ਨਾ? ਅਤੇ ਆਪਾਂ ਪੀਣੀ ਬੰਦ ਕਰ ਦਈਏ, ਆਪੇ ਠੇਕਾ ਲੈ ਕੇ ਭੱਜ ਜਾਣਗੇ, ਆਪਾਂ ਖੰਡ ਪਾਠ ਕਰਾਉਣੇ ਬੰਦ ਕਰ ਦਈਏ, ਦੁਕਾਨਾਂ ਵਾਲੇ ਆਪੇ ਹੀ ਭੱਜਣਗੇ। ਤੁਸੀਂ ਕਰਾਉਂਦੇ ਹੋ, ਬਾਣੀ ਮੁੱਲ ਲੈਣ ਵਾਲੇ, ਵੇਚਣ ਵਾਲੇ ਅਤੇ ਖਰੀਦਣ ਵਾਲੇ ਦੋਵੇਂ ਹੀ ਜ਼ਿੰਮੇਵਾਰ ਨੇ। ਜਿਹੜੇ ਖੰਡ ਪਾਠ ਮੁੱਲ ਲੈ ਰਹੇ ਨੇ ਨਾ, ਉਹ ਜ਼ਿਆਦਾ ਜ਼ਿੰਮੇਵਾਰ ਨੇ। ਜੇ ਤੁਸੀਂ ਪੈਸੇ ਹੀ ਨਾ ਦਿਓ ਤਾਂ ਮੈਂ ਤਾਂ ਆਪੇ ਹੀ ਭੱਜ ਜਾਣਾ, ਮੈਂ ਕਹਿੰਦਾ ਯਾਰ ਕਿਰਤ ਕਰ ਲਾ, ਭੁੱਖਾ ਹੀ ਮਰਨਾ ਇੱਥੇ, ਸਮਝ ਗਏ ਨਾ? ਤੁਸੀਂ ਤਾਂ ਦਿੰਦੇ ਹੋ, ਉੱਥੇ ਇੱਥੋਂ ਇੱਥੇ ਭੇਜ ਦਿੰਦੇ ਹੋ ਪੈਸੇ, ਅਤੇ ਉੱਥੋਂ ਹੁਕਮਨਾਮਾ ਲਿਖ ਕੇ ਅਤੇ ਤੁਹਾਨੂੰ ਆ ਜਾਂਦਾ। ਹੁਣ ਤਾਂ ਪਿੰਨੀ ਪ੍ਰਸ਼ਾਦ ਵੀ ਆ ਜਾਂਦਾ, ਹਾਂ, ਔਨਲਾਈਨ ਮੰਗਾ ਲਓ, ਹਾਂ। ਤਾਂ ਬੜਾ ਸੌਖਾ ਕਰਤਾ ਉਹਨਾਂ ਨੇ। ਤੁਸੀਂ ਲੈਂਦੇ ਹੋ ਤਾਂ ਹੀ ਨਾ, ਹੱਟੀ ਤਾਂ ਹੀ ਖੁੱਲ੍ਹੀ ਹੈ ਨਾ, ਜੇ ਗਾਹਕ ਨੇ ਤਾਂ।
जे गाहक नहीं होएगा तो दुकान तो बंद हो जाएगी, तो तुसी दुकाना खिलाईया ने ना, नहीं मजाक नहीं करना, बोलो वाहिगुरु, सीरियस रहना, बोलो वाहिगुरु। ये सिख धर्म दियाँ बड़िया बुनियादी मुश्किल बन गई ने उन्हें, और जाता के बंद नहीं होनी तो धर्म इदा खुलिया नहीं सी। गुरु नानक साहब के इदा के धर्म तो अगे बतेरे से, जो उदा का एक होर खोल देना सी तो फिर वड्याई की गुरु नानक साहब की। गुरु नानक साहब की वड्याई तो है प्रगट पई सगले जुगंतर, गुरु नानक की वड्याई, वड्याई यह है भी जूंदे जागते मनुख को रब बना दिंदा, वड्याई वो है। मैं एक बार इदा संगत मैं कहा थानू करामात दिखावा गुरु नानक साहब की, संगत देदा कीर्तन करते मैं थानू करामात दिखावा, वो सारे चुप, तो मैं दसो भी दिखावा उन्होंने भाने पता नहीं इन्हें की जेब जू कट के विखा देना। तो मैं कहते फिर हौली जी कहते दिखाओ, मैं कहा करामात बैठी गुरु नानक की, यह गुरु नानक की करामात है, नरक विचों कढ के अपने तख्त पर बिठाता सारे संसार प्रचार से लाया हुआ है, यह करामात है गुरु नानक की खालसा। नरक पड़नते जन पवनते तिनके कुल उधारे, होर नहीं कोई करामात होंगी। करामात यह है इंसान हैवान नू इंसान बना देना, तो इंसान नू भगवान बना देना, यह गुरु नानक का कार है। जिहड़ा शैताना नू इंसान बनांदा तो इंसाना नू भगवान बनांदा, जिन मानस ते देवते किए करत न लागी वार, ये वड्याई है गुरु नानक साहब की। तो तुसी खरीदना बंद कर दिओ, खरीदना बंद कर दिओ, दुकाना वाले आप ही भज जाने ने दुकाना लैके, भुखे मरदे की करनगे, फिर आप ही कुछ किरत करनगे। ठीक है जी, हाँ जी। बिल्कुल तुसी ठीक कह रहे हो, गुरु घर तो कह रहे भी सारा गोलकां गोलकां भरोगे तुसी, है ना, गुरु घर में फिर दान दोगे। अच्छा मैं तो पुछदा वा, मैं हुण हुण भी तुहानू पुछदा वा, गुरु साहब ने की किया सी, गुरु की गोलक एक बार फिर आखो, गुरु का गुरु की गोलक वो तो खाली रह गई, किसी ने पाया गरीब के मुँह च, बोलो जिन्हें तुम बैठे हो, किसी गुरुद्वारे ने पाया, किसी श्रोमणी कमेटी ने पाया, तो गुरु की गोलक तो खाली पई, तुम पता नहीं कि गोलक पैसे पाए ने, रब जाने मैनू नहीं पता, है ना, ना मैं थानू मना करता हूँ पाई जाओ, पर गरीब का मूँह गुरु की गोलक कही जाते सारे सिख, वो एक पैनी भी नहीं पई, वह खाली पई है, तो गल किवें बनी। फिर गुरु घर तां क्या, एक गुरु का घर तो सारा ही है, जग सच्चे की है सच्चे का विच, कि कला गुरु ग्रंथ साहब गुरुद्वारे ही है। जदों सिख बाहर आंदा है तो उदों उहदे नाल गुरु नहीं होंदा, गुर मेरे संग, तो फिर गुरु का घर तो सारी जगह ते ही है। जिथे तुसी कोई भुखा वेखो उहदे मूँह च रोटी पा दिओ, गुरु के मूँह च पै गई, जिथे तो कोई सुनंगा देखो उहनू झग्गा लै दिओ, किसे धर्म का होवे जरूरी थोड़े सिख ही होवे, जे सिख होवे तो सब वधिया, जे तुसी उहनू कपड़ा लै दिओ तुसी तो गुरु नू देता कपड़ा। तो जब तुसी उन्होंने ये फिर थानू इस करके सारा कुछ भरमाया गया है ना। हुण मैं पूछया सी, मैं तुसी भी जांदे हुण गुरुद्वारे जांदे आ ना, बोलो ना, तो दुध भी चुके ले जांदे होणे, कैणी फड़के हाथे च, आटा भी ले जांदे होणे कई, है ना, कई नहीं ले जांदे होणे, जो दुध ले जांदे गुरु साहब सामने। तो मैं पूछया, मैं कहा तुसी दुध गर्म करके पींदे हो कि, कहिंदे गर्म करके, तो मैं कहा बापू नूं कहिंदे कैणी च पी लै, समझ लगी गल दी। मैं कह आ जरा तुम आटा लिया के अगर रखे है गुरु के सामने तोड़ा, तुम कभी आटा खाधा, कहें नहीं जी रोटी पका के खाने, तो मैं क्या गुरु को कहते आटा ही खा ला भी तोड़े च। अच्छा मैं क्या फिर खुआ के भी नहीं गए, प्या के भी नहीं गए, लियाए हो तो फिर प्या के जाओ ना, फिर चुक के लै गए तो रसोई जाके, मैं क्या किन्ने खाधा, कहते असी आपे ही खाधा, तो मैं क्या दान किनू किया फिर अपने आप न, तो असं किया ही नहीं कुछ, सिखा ने कुछ किया ही नहीं, आपे ही चढ़ाया, आपे ही खा गए ने कड़ी चौल बना के, आहो आपे उत्थे दान किया उत्थे। अजकल तो अनाउंस होंदा है अगले ऐतवार आ मीनू बनेगा, गुरुद्वारे च अनाउंस होंदा है, स्पैशल स्टेजा तो अनाउंस होंदा है, क्यों गाहक खिंचने ने, उस गुरुद्वारे ने हट्टियां बना लिया ना, उस गुरुद्वारे ना चल जाण गाहक, उस गुरुद्वारे ना चल जाण गाहक। थोड़ा जा मैं सख्त बोल रहा, पता नहीं कि रिएक्शन बड़ा टीका बड़ा लगता पाया, रिएक्शन यदा पता नहीं की होना है ना, जब टीका भर के लाइए ना तो फिर रिएक्शन भी होंगे वह, तो चंगा होए होए। तो ज्यादा आपने दुकाना बना लिया, आपने दिता की है लोगों,
जो संगत आई है दिता की है उन्होंने, संगत क्यों गुरुद्वारे नूं टुट रही है, गुरुद्वारे क्यों खाली हो रहे हैं। मैनूं 10-15 दिन हो ही चले इत्थे आया नूं, असीं गुरुद्वारे जाने कीर्तन करन, कोई बैठा ही नहीं हुंदा, 5-4 मेरे वर्गे बुढ़े कंधा ना बैठे हुंदे ने, आ सारा खाली हुंदा। मैं कहना भी मैं उपदेश किहनूं करां हुण, कथा करनी विचार करनी हो, तुसीं 10 जी बैठे हो है ना, जिन्ने जी बैठे हो, सोहना लगता पाया तुहाडे नाल गल करदिआं, बोलो जी करो जी है ना। तो जे तुहाडे च कोई भी ना बैठा हो तो मैं सवाल तो उत्तर किहनूं देणा सी, कारपेट नूं। तो गुरुद्वारे तो खाली हो गए, गुरु घर तो खाली करते, इन्होंने दिता नहीं कोई संगत को, इदा देना सी जिदा हूँ बैठे, इदा विचार करनी सी, एक एक शब्द कढ़ के शब्द में की विचार है, गुरु साहब का की मैसेज है, कले कले सिख ताईं उह मैसेज पहुँचना चाहिए सी, वह पहुँचया नहीं, बस गाएं सुने आंखें मीटे पाइए ना परम पद, गुर उपदेश जो लगे ना कमाइए, अखा मीट के परम पद की प्राप्ति नहीं होनी, अखा खोल के सिख नूं कहा अखा खोल के जी, अखा बंद करके इदा नहीं समाधि लावा गुरु वाहिगुरु वाहिगुरू वाहिगुरू करदा रहे घर ना, गुरु ने कहा अखा खोल, तेरी समाधि की है सिख की, मेरी समाधि मेरी अखा की समाधि है, मेरिया अखा खुलियां ने, आ मेरिया सारिया धियां ने, मेरी समाधि लगी है, ये मेरी माँ है, मेरी समाधि लगी है, अखा बंद करके धी नहीं दिस रही, अखा बंद करके माँ नहीं दिस रही, तो बैठा हुआ बगल समाधि लगाई आ, वो समाधि नहीं गुरु ने दसी, गुरु ने कहा अखा खोल के जी, गुरु ज्ञानी होए सो चेतन होए, अज्ञानी अंध कमाए, ज्ञानी चेतन होंद चौगिरदे प्रति सावधान होंद, जो कुछ हो रहा मेरे गुरु की दसी हुई कार हो रही है कि गुरु तो बगैर ही एवं अन्नेवाही हो रहा सारा कुछ। तो कन्ना की समाधि थानू पहला दसी, अखा की समाधि, मूँह की समाधि, ये समाधि गुरु ने थोड़ा क्या मूँह बंद करके बह जाओ इदा ना, उन्हें कहा बोल बोल हर नाम सफल सा करी, बोलना तो शुभ बोल, देखना तो शुभ देख, सुनना तो शुभ देख, सुन तेरी समाधि लगी है, तुरै फिर संसार च तेरी समाधि लगी है, तेनू भैन दिसदी पई, तेनू धी दिसदी पई, तेनू माँ दिसदी पई है। तो मैनू कोई इत्थे हुणे कोई गल हो रही सी तो कहिंदे वी उह कहिंदे वी बीबियां वखरे अमृत वेला कर लिया करन, सिंह वखरे अमृत वेला कर लिया करन, मैं कहा सिंह है कि चमार है, समझ लगी, चमार चमड़ा देखते ने, सिंह थोड़ी चमड़ा देखता, सिख लई ते ये बीबियां ने, जिन्हों बीबियां दसदियां भी उन्हें सिखी नहीं मिली अजे, चेता रखियो, जिन्हों बीबी दसदी है ना उन्हों अजे सिखी नहीं मिली, जिन्हों पलिंग लिंग दिसदा पिया ना उन्हों सिखी नहीं मिली अजे, उन्हों भैन दिसे, उन्हों मां दिसे, उन्हों धी दिसे, फिर सिखी मिलनी है, अदा थोड़ी सिखी मिलनी है, डरी जाए ये मेरी धी धी नूं, अपनी धी नूं गलवकड़ी च लैंदे नहीं, अपनी भैन नूं गलवकड़ी च लैंदे नहीं, प्रॉब्लम तो इतें ही है, अपनी भैन ही भैन है, दूजी तो भैन है ही नहीं। तद गुरु ने कहा सारा संसार ही तेरिया मावं भैन धियां ने, दसवें पातशाह नूं सिख फड़ ले, मुसलमानां दीआं दो कुड़ियां फड़ ले जंग जंग दे विचों, ते महाराज नूं आके कहिंदे मुसलमान साडियां धीआं भैणां नाल बुरा विहार करदे ने, सानूं हुक्म की है, महाराज कहिंदे मैं अपने खालसे नूं नरकां च नहीं लिजाणा, मैं इहनां नूं उच्चा चुकणा है, मैं इहनां नूं खुदा बनाउणा है, खालसा खुद खुदा, रब बनना फिर रब रब का करैक्टर देख लो की है। तो इस करके जिहड़ा गुरु घर कहिंदे ने जां कहिंदे ने इह सब तुहानूं पता ही है, बहुते गुरुद्वारे तां बहुते गुरुद्वारियां विच तां मैनूं पता लग्गिया, कई थावां ते आस्ट्रेलिया गया सी, इधर गया सी, बहुते थावां ते जिहड़े गुरुद्वारे ने परसनल जायदाद है अगने लोकां दी। हाँ तो चलो मैं हुण क्योंकि मैं बहुता डिटेल विच मैनूं पता नहीं है ना, कई वारी तो उन्हां नूं भी बनाउणा चाहिए, ओह बस गल तां ओह ही है ना, गल फिर उत्थे ही आउंदी, साहिब तां इको ही है, साहिब मेरा इको है, इको है भाई इको है, तो हुण तुसीं आप ही बनाई जाओ, तो साडा थोड़ा कसूर है। गुरु नानक साहिब तो अपने आप नूं कहिंदे ने नानक सग दीवान, कहिंदे हेर दुनिया दे लोको जद तक रहिंदी दुनिया रहेगी गुरु नानक उस पातशाह दे दर दा कुत्ता है। तो सिख की है फिर, सिख गुरु नानक दा की है कुत्ता, तो उस साहब तो असीं फिर आप तां बनाए ना, हुण हुण तो बड़े साहब ने, हुण गुरु नानक साहब तो बहुत पिछे रह गए, हुण तो फलाना बाबा जी महाराज, फलाना बाबा जी उत्तों भी महाराज, वह साडा ब्रह्म ज्ञानी, वह साडा पूर्ण ब्रह्म ज्ञानी, वह हिंदुआ ने 33 करोड़ देवते बनाए सी, तुसी 33 करोड़ बाबे बना लेने, फर्क ही है, फर्क ही है,
ਉਹਨਾਂ ਨੇ 33 ਕਰੋੜ ਦੇਵਤੇ ਬਣਾ ਲਏ ਸੀ, ਤੁਸੀਂ ਬਾਬੇ ਬਣਾ ਲਏ ਨੇ, ਅੱਜ ਮੈਂ ਤਾਂ ਫਿਰ ਤੁਹਾਨੂੰ ਕਹਿੰਦਾ ਅੱਜ ਕੋਈ ਹੋਰ, ਮੈਂ ਵੀ ਜੇਕਰ ਮੈਂ ਵੀ ਚੁੰਮਟਾ ਲੈ ਕੇ ਆਉਂਦਾ ਤਾਂ ਅੱਧਾ ਇੰਗਲੈਂਡ ਕੈਨੇਡਾ ਮੇਰੇ ਮਗਰ ਤੁਰਦਾ ਤੁਰਿਆ ਫਿਰਨਾ ਹੋਣਾ ਸੀ। ਗੱਲ ਤਾਂ ਕਰਮਾਂ ਤਾਂ ਚੁੰਮਟੇ ਦੀ ਹੈ ਨਾ, ਬੰਦੇ ਦੀ ਥੋੜ੍ਹੀ ਹੈ। ਗੱਲ ਹੈ ਕਿਸੇ ਨੂੰ ਚੁੰਮਟਾ ਵਜਾਉਣਾ ਆਉਣਾ ਚਾਹੀਦਾ, ਕਿਸੇ ਨੂੰ ਧੋਖਾ ਦੇਣਾ ਆਉਣਾ ਚਾਹੀਦਾ ਲੋਕਾਂ ਨੂੰ, ਹੈ ਨਾ। ਅੱਖੀਂ ਤਾਂ ਮੀਟੇ, ਨਾਕ ਪਕੜੇ, ਠੱਗਣ ਕੋ ਸੰਸਾਰ। ਜਿਨ੍ਹਾਂ ਨੇ ਸੰਸਾਰ ਨੂੰ ਠੱਗਣਾ ਨਹੀਂ ਨਾ, ਉਹਨਾਂ ਨੂੰ ਕੋਈ ਪਖੰਡ ਕਰਨ ਦੀ ਲੋੜ ਨਹੀਂ। ਇੱਕ ਗੱਲ ਹਮੇਸ਼ਾ ਚੇਤਾ ਰੱਖਿਓ, ਜਿੱਥੇ ਭੀੜਾਂ ਨੇ ਉੱਥੇ ਰੱਬ ਨਹੀਂ ਹੁੰਦਾ। ਜੇ ਮਾਰਗ ਪੰਡਿਤ ਗਏ ਪਾਛੇ ਗਈ ਵਹੀਰ, ਇੱਕ ਔਖਦ ਕਾਟੀ ਰਾਮ ਕੀ ਤੇ ਚੜ੍ਹ ਰਹੇ ਹੋ ਕਬੀਰ। ਇਹ ਕਬੀਰ ਦਾ ਰਸਤਾ ਏ, ਔਖਾ ਰਸਤਾ ਏ। ਇਕੱਲਾ ਹੀ ਕਬੀਰ ਜਾਂਦਾ ਪਿਆ ਮਗਰ ਕੋਈ ਵੀ ਨਹੀਂ, ਲਾਸ਼ ਚੁੱਕਣ ਵਾਲਾ ਵੀ ਹੈ ਨਹੀਂ। ਇੱਕ ਪੰਡਿਤਾਂ ਦਾ ਰਸਤਾ ਏ, ਬਾਬਿਆਂ ਦਾ ਰਸਤਾ ਏ, ਡੇਰਿਆਂ 'ਤੇ ਭੀੜਾਂ ਲੱਗੀਆਂ ਨੇ, ਪਰ ਲੋਕਾਂ ਦਾ ਜੀਵਨ ਪੱਧਰ ਦੇਖਿਆ, ਦੇਖੋ ਸੁਖੀ ਨੇ, ਮਰਦੇ ਨੇ ਪਏ ਦੁੱਖਾਂ 'ਚ। ਕਿਉਂ? ਖਸਮ ਛੋੜ ਦੂਜੇ ਲੱਗੇ, ਡੁੱਬੇ ਸੇ ਬਣ ਜਾ ਰਿਹਾ। ਖਸਮ ਇੱਕੋ ਹੀ ਹੁੰਦਾ, ਦੋ ਖਸਮ ਨਹੀਂ ਹੁੰਦੇ ਕਦੀ ਵੀ, ਕਦੀ ਵੀ ਚੇਤਾ ਰੱਖਿਓ। ਕਦੀ ਕਿਸੇ ਦੇ ਦੋ ਖਸਮ ਹੋਏ ਨੇ? ਇੱਕੋ ਹੀ ਖਸਮ ਆ, ਅਤੇ ਸਿੱਖ ਦਾ ਵੀ ਇੱਕੋ ਹੀ ਖਸਮ ਹੈ, ਉਹ ਵਾਹਿਗੁਰੂ ਹੈ, ਅਕਾਲ ਪੁਰਖ ਹੈ, ਇੱਕੋ ਹੀ ਗੁਰੂ ਹੈ, ਉਹ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਹੈ, ਜਿਹੜੇ ਇਹਨੂੰ ਛੱਡ, ਇਹੋ ਹੀ ਵਾਹਿਗੁਰੂ ਹੈ। ਵਾਹ ਵਾਹ ਬਾਣੀ ਨਿਰੰਕਾਰ ਇੱਕੋ ਹੀ ਹੈ, ਦੋਨੋਂ ਇੱਕੋ ਹੀ ਨੇ, ਬਾਣੀ ਅਤੇ ਨਿਰੰਕਾਰ ਇੱਕੋ ਹੀ ਨੇ, ਅਤੇ ਇੱਕੋ ਹੀ ਹੈ। ਅਤੇ ਜੇ ਇਹਨੂੰ ਛੱਡ ਕੇ ਕੋਈ ਮਹਾਜੀ ਮਹਾਰਾਜ ਜੀ ਮੇਰਾ ਮੇਰੇ ਸਿਰ 'ਤੇ ਹੱਥ ਰੱਖਿਓ ਜੀ, ਮੈਨੂੰ ਵੀ ਕਈ ਆਣ ਕੇ ਕਹਿਣਗੇ ਭਾਈ ਸਾਹਿਬ ਜੀ ਸਿਰ 'ਤੇ ਹੱਥ ਰੱਖਿਓ, ਮੈਂ ਕਿਹਾ ਗੁਰੂ ਦਾ ਪਰਾ ਕਰਾ ਤਾਂ ਫਿਰ ਹੀ ਰੱਖਾਂਗਾ ਨਾ। ਸਮਰੱਥ ਗੁਰੂ ਸਿਰ ਹੱਥ ਰਿਹਾ, ਪਹਿਲਾਂ ਗੁਰੂ ਦਾ ਹੱਥ ਸਿਰ 'ਤੇ ਹੈਗਾ, ਸਿਰ ਉੱਪਰ ਠਾਡਾ ਗੁਰਸੂਰਾ, ਅਤੇ ਗੁਰੂ ਦਾ ਪਰਾਂ ਕਰਾ ਲਿਆ ਫਿਰ ਮੇਰਾ ਰਖਾ ਲੈ, ਜੇ ਤੈਨੂੰ ਮੇਰਾ ਹੀ ਚੰਗਾ ਲੱਗਦਾ ਤੇ। ਅਤੇ ਆਪਾਂ ਵੀ ਸਾਰੇ ਹੀ ਕਹਿੰਦੇ ਬਾਬਾ ਜੀ ਹੱਥ ਰੱਖਿਓ ਸਿਰ 'ਤੇ, ਉਹ ਇਹਨੂੰ ਆਖੋ ਨਾ ਸਿਰ 'ਤੇ ਹੱਥ ਰੱਖੀ, ਇਹਨੂੰ ਤਾਂ ਆਪਾਂ ਫਿਰ ਸਮਝਦੇ ਨਹੀਂ ਨਾ ਕੁਛ। ਹੁਣ ਮੈਂ ਤਾਂ ਇੱਦਾਂ ਪੁੱਛਦਾ ਜਦੋਂ ਇਹ ਵੀ ਮੇਰੇ ਨਾਲ ਜਾਂਦੇ ਨੇ, ਅਤੇ ਜਦੋਂ ਉਹ ਬੈਠੇ ਹੁੰਦੇ ਨੇ, ਇੱਦਾਂ ਮੈਂ ਕਿਹਾ ਜੇ ਗੁਰੂ ਨਾਨਕ ਦੇਵ ਜੀ ਆਏ ਹੁਣ ਤੁਹਾਡੇ ਗੁਰਦੁਆਰੇ, ਫਿਰ ਕਿੱਥੇ ਬਹੋਗੇ? ਕਹਿੰਦੇ ਜੀ ਲਾਗੇ ਲਾਗੇ। ਅਤੇ ਮੈਂ ਕਿਹਾ ਇਹ ਫਿਰ ਕੀ ਹੈ, ਹੁਣ ਤੁਸੀਂ ਦੂਰ ਦੂਰ ਬਹਿੰਦੇ ਹੋ, ਉੱਦਾਂ ਹੀ ਗਏ ਜਾਂਦੇ ਹੋ। ਗੁਰੂ ਗ੍ਰੰਥ ਸਾਹਿਬ ਮਾਨਿਓ ਪ੍ਰਗਟ ਗੁਰਾਂ ਕੀ ਦੇ, ਮਾਨਤਾ ਨਹੀਂ ਦਿੱਤੀ ਮੂੰਹ ਨਾਲ, ਮਾਨੀ ਪ੍ਰੀਤ ਮੁੱਖੋਂ ਗਣ ਲਾਵਤ। ਇਹਦਾ ਇੱਕ ਇੱਕ ਅੱਖਰ ਸੱਚੀ ਜਾਣਿਓ, ਇੱਕ ਇੱਕ ਅੱਖਰ ਇਹਦਾ ਸੱਚਖੰਡ ਲੈ ਜਾਂਦਾ। ਇੱਕੋ ਹੀ ਅੱਖਰ ਦੀ ਕਮਾਈ ਕਰ ਲਓ, ਪਹਿਲੇ ਅੱਖਰ ਦੀ, ਇੱਕ ਓਂਕਾਰ, ਇੱਕ ਓਂਕਾਰ, ਇੱਕ ਓਂਕਾਰ ਕਮਾਈ ਕਰ ਲਓ, ਕਮਾਈ ਕਮਾਈ ਕਰ ਲਓ। ਨਾ ਤੇਰਾ ਨਿਰੰਕਾਰ ਹੈ, ਨਾ ਲੈ ਹੈ ਨਰਕ ਨਾ ਜਾਈ, ਕੋਈ ਕਮਾਈ ਕਰੇ, ਹੈ ਨਾ, ਇਹਦੀ ਕਮਾਈ ਕਰਨੀ ਪੈਣੀ ਹੈ। ਸਿੱਖੀ ਇੱਕ ਆਪਣੇ ਆਪ ਵਿੱਚ ਹੀ ਨੌਕਰੀ ਹੈ। ਜਿੱਦਾਂ ਤੁਸੀਂ ਬਿਜ਼ਨਸ ਕਰਨ ਜਾਂਦੇ ਹੋ, ਜਿੱਦਾਂ ਤੁਸੀਂ ਨੌਕਰੀ ਕਰਨ ਜਾਂਦੇ ਹੋ, ਇੱਦਾਂ ਸਿੱਖੀ ਵੀ ਇੱਕ ਆਪਣੇ ਆਪ ਵਿੱਚ ਕਮਾਈ ਹੈ, ਇਹ ਵੀ ਕਮਾਉਣੀ ਪੈਣੀ ਹੈ। ਤਾਂ ਇਹ ਵੀ ਕਮਾਉਣੀ ਪੈਣੀ, ਅੰਮ੍ਰਿਤ ਵੇਲੇ ਉੱਠ ਕੇ ਕਮਾਉਣੀ ਪੈਣੀ ਹੈ, ਉੱਠਦਿਆਂ ਫਿਰਦਿਆਂ ਬਹਿੰਦਿਆਂ, ਬੜੇ ਥਾਂ 'ਤੇ, ਬੜੇ ਥਾਂ 'ਤੇ 5 ਰੁਪਏ ਡਿੱਗੇ ਹੋਣ ਅਤੇ ਪੈਰ ਉੱਤੇ ਰੱਖ ਦਈਦਾ, ਫਿਰ ਵੇਖੀ ਤਾਂ ਕੋਈ ਦੇਖਦਾ ਦੁਖਦਾ ਤਾਂ ਨਹੀਂ, ਫਿਰ ਛੋਕੇ ਜੇ ਵੀ ਪਾ ਲੈਣਾ। ਸਿੱਖੀ ਇਹ ਨਹੀਂ ਹੈ, ਹੁਣ ਤਾਂ ਸਕੂਲ ਕਮਾਇਆ ਪਰ ਦਰਬੇ ਨੂੰ ਹੱਥ ਨਾ ਲਾਵੇ। ਤੋ ਹਰ ਪੈਰ 'ਤੇ, ਹਰ ਜਗ੍ਹਾ 'ਤੇ ਇਹਨੂੰ ਕਮਾਉਣੀ ਪੈਂਦੀ ਆ, ਬੜੇ ਪਰਚੇ ਪੈਂਦੇ ਨੇ, ਥਾਂ ਥਾਂ 'ਤੇ ਪਰਚੇ ਪੈਂਦੇ ਨੇ, ਅੱਖਾਂ ਨੂੰ ਪੈਂਦਾ, ਕੰਨਾਂ ਨੂੰ ਪੈਂਦਾ, ਮੂੰਹ ਨੂੰ ਪੈਂਦਾ, ਕੋਈ ਆ ਕੇ ਹੁਣੇ ਕਹਿ ਦੇਵੇ ਉਹ ਫਲਾਣਾ ਬੜਾ ਪਿਆਰਾ, ਅੱਛਾ ਕੀ ਕਹਿੰਦਾ ਸੀ ਤੈਨੂੰ, ਪਰਚਾ ਪੈ ਗਿਆ, ਅਤੇ ਨਹੀਂ ਤਾਂ ਪਰਨਿੰਦਾ ਸੁਣ ਆਪ ਹਟਾਵੇ, ਉਹਨੂੰ ਕਹਿੰਦੇ ਬਸ ਬਸ ਬਸ, ਕੋਈ ਨਹੀਂ ਰੱਬ ਦਾ ਨਾਂ ਲੈ, ਕੋਈ ਮਾੜਾ ਨਹੀਂ ਹੈਗਾ, ਸਾਰੇ ਚੰਗੇ ਨੇ, ਮੈਂ ਹੀ ਮਾੜਾ ਵਾਂ। ਕਬੀਰ ਸਾਹਿਬ 'ਤੇ ਹਮ ਬੁਰੇ, ਹਮ ਤਜ ਭਲੋ ਸਭ ਕੋਏ, ਜਿਨ ਐਸਾ ਕਰ ਬੂਝਿਆ ਮੀਤ ਹਮਾਰਾ ਸੋਏ। ਤੋ ਇਹ ਸਾਰਾ ਕੁਛ ਜੋ ਵੀ ਹੋ ਰਿਹਾ ਇਹਨੂੰ ਆਪਾਂ ਹੀ ਬਦਲਣਾ ਆ, ਆਪਾਂ ਨੂੰ ਬਦਲਣਾ ਪੈਣਾ। ਜੇ ਆਪਾਂ ਦੇਖ ਕੇ ਇੱਦਾਂ ਨੁਕਤਾਚੀਨੀ ਕਰਦੇ ਹੀ ਰਹੇ ਕੁਛ ਕੀਤਾ ਨਾ, ਫਿਰ ਉੱਠਣਾ ਪੈਣਾ, ਜਾਗਣਾ ਪੈਣਾ ਸਾਨੂੰ ਸਾਰਿਆਂ ਨੂੰ। ਤੋ ਆਪਣੀ ਆਪਣੀ ਡਿਊਟੀ ਸਾਰੇ ਜਣੇ ਕਰੀਏ, ਠੀਕ ਹੈ ਜੀ, ਹੋ ਗਿਆ ਕਲੀਅਰ? ਕੋਈ ਥੋੜ੍ਹਾ ਬਹੁਤ ਆਖਰੀ ਕੁਐਸਚਨ ਕਰਨੇ ਤੇ ਸਵਾਤੀ ਗੱਲ ਤੇ ਕਾਫੀ ਰਿਕੁਐਸਟ ਆਈਆਂ ਸੀ ਸਵਾਲ ਪੁੱਛਣ ਦੇ ਲਈ। ਅੱਜ ਕੱਲ੍ਹ ਬੀਬੀਆਂ ਦੇ ਮੁੱਖਾਂ 'ਤੇ ਜੋ ਕੇਸ ਹਨ ਕਾਫੀ ਪ੍ਰੈਸ਼ਰ ਆ ਰਿਹਾ, ਮੁੱਖ ਤੋਂ ਕੇਸ ਲਾਏ ਜਾਣ, ਉਹਦੇ ਬਾਰੇ ਤੁਸੀਂ ਵਿਚਾਰ ਕਰੇ? ਬੇਨਤੀ ਇਹ ਆ ਵੀ ਇਹ ਹੈਗੀ ਇੱਕ ਪੰਥ ਦੀ ਵੱਡੀ ਪ੍ਰੋਬਲਮ ਹੈਗੀ ਹੈ, ਕਿਉਂਕਿ ਮੈਂ ਸਾਰੇ ਮੁਲਕਾਂ 'ਚ, ਅਮਰੀਕਾ, ਕਨੇਡਾ, ਜਿੰਨੇ ਵੀ ਜਿੱਥੇ ਜਿੱਥੇ ਵੀ ਮੈਂ ਗਿਆ ਵਾਂ, ਯੂਰਪ, ਇੰਗਲੈਂਡ, ਸਾਰੇ ਜਿੱਥੇ ਜਿੱਥੇ ਵੀ ਮੈਂ ਗਿਆ, ਇਹ ਪ੍ਰੋਬਲਮ ਹੈਗੀ ਆ, ਇਹ ਪੰਥ ਦੀ ਪ੍ਰੋਬਲਮ ਆ। ਔਰ ਇਹਨੂੰ ਅਸੀਂ ਪੰਥਕ ਤੌਰ 'ਤੇ ਹੀ, ਅਜੇ ਤਾਂ ਪੰਥ ਦੇ ਹੋਰ ਮਸਲੇ ਹੀ ਨਹੀਂ ਹੱਲ ਹੁੰਦੇ, ਪਤਾ ਨਹੀਂ ਕਦੋਂ ਅਸੀਂ ਇਕੱਠੇ ਹੋਵਾਂਗੇ, ਇਹ ਜਦੋਂ ਵੀ ਫੈਸਲਾ ਹੋਣਾ ਇਹਨੂੰ ਪੰਥਕ ਤੌਰ 'ਤੇ ਅਸੀਂ ਫੈਸਲਾ ਕਰਾਂਗੇ ਬੈਠ ਕੇ। ਔਰ ਅਕਾਲ ਤਖ਼ਤ ਤਾਂ ਮੈਂ ਸੋਚਦਾ ਵਾਂ ਹੁਣ ਆਪਾਂ ਜਾ ਕੇ, ਪਹਿਲਾਂ ਵੀ ਮੈਂ ਰਿਕੁਐਸਟ ਉਹਨਾਂ ਨੂੰ ਕੀਤੀ ਸੀ, ਅਤੇ ਹੁਣ ਜਾ ਕੇ ਥੋੜ੍ਹਾ ਜ਼ੋਰ ਨਾਲ ਇਹ ਮਸਲਾ ਉਠਾਉਂਦੇ ਹਾਂ ਵੀ ਤਾਂ ਕਿ ਉੱਥੋਂ ਕੋਈ ਫੈਸਲਾ ਸਾਰੇ ਪੰਥ ਲਈ ਇੱਕ ਫੈਸਲਾ ਹੋ ਜਾਵੇ, ਕਿਉਂਕਿ ਮੈਂ ਇਕੱਲਾ ਇਹ 'ਤੇ ਕੋਈ ਆਪਣੇ ਵਿਚਾਰ ਦੇ ਵੀ ਦੇਵਾਂ ਤਾਂ ਉਹਨਾਂ ਦੀ ਕੋਈ ਵੈਲਿਊ ਨਹੀਂ ਹੋਣੀ,
है ना। ये मसला बड़ा गंभीर है और मैं पता बच्चिया मेरे गल लगा के रोंदियां ने। मैं हमने मैनचेस्टर गया से उतों कैंप से आया लंडन इतों इंग्लैंड तो बच्ची का के मेरे गल लग लग के रोंदी सी तो इतों तक कहती सी मेरा जी करता मैं कुछ कर लाव मतलब कि ए बोझ हैगा बच्चिया। दूसरी गलती फिर साढ़े अपने सिंघा की भी है गई है कोई सिंह भी तो नहीं हिम्मत करता भी मैं चल उस बच्ची आनंद काज कर ला है ना। आप भी तो यही कहने ना हूँ आप रिश्ता करना हो तो आप कहने सब तो पहली शर्त साड़ी पता की होंगी सोहनी होनी चाहिए है ना यही है ना। तो मैं पता की करना ना मैं कहो चनाच डुब के मर गई तू भी उत्थे छाल मार सोहनी मर गई है ना जे किसी ने पंजाबी इतिहास पढ़िया हो। तो साड़ी मानसिकता जड़ी है ना बीमार मानसिकता जैसी लोग है गए असी सोहना चिट्टी चमड़ी नू समझते हैं। सोहना वह नहीं जिदे को चिट्टी चमड़ी है सोहना वह है जिदे को गुण ने। तो आप बहुते मही अही अही एक बच्ची अपनी व्याहनी सी तो जलंधर का जथेदार सी तो वो घर असी रिश्ता लेके गए तो वो घर ही जाके गलबात करनी सी तो उन्हें पहली शर्त रखी कहिंदा लड़की सोहनी है। मैं भी बिच सी बैठा मैं कहा जे चमया रही है सीधा मैं कहा मैं कहा जे चमया रही है अजे सिंह नहीं बनया किसी की धी हो मेरी धी हो मेरे लिए तो सोहनी है। मैं कहांगा मेरी धी सोहनी नहीं हैगी कमला हो गया मैं तू अखा तेनू रब ने दित्तियां तू देख ही लेना सी तू ये पुछदा नितनेम कर दी है पढ़ी लिखी किन्नी है रोटी पका लेंदी है माता पिता की सेवा करेगी अमृत वेले उठेगी कीर्तन कर लेंदी है सोहनी तो तेरी अखा लगियां ने वेख लैंदा। मैं कहांगा मेरी धी सोहनी नहीं मैं नाल दे संग सी मैं कहा उठो चली चमार दे घर रिश्ता नहीं करना ही। तो यह भी असं आप ही अजे इन गलों च फसे हुए ये बड़ा वाला मसला आ गंभीर मसला आ तो बड़ा इनू असी लवेंगे हूँ तो सिंह सारे ना विचार करके आप उत्थे अकाल तख्त साहब से भी अजे तो उन्होंने अभी जहदार ही नहीं मानते जोड़ा अकाल तख्त है तो गल कि करिए है ना। उन्होंने मैं तो नहीं मानता तुम मानते हो तो मैं पता नहीं मैं तो उन्होंने अजे जहदार नहीं मानता वो गल की करा पर असं आपस में जरूर पर मैं जे मेरा तुम विचार समझते हो तो मैं ये गल कहना वा जे वन टाइम कोई यदा इलाज हो कर लेना चाहिए है ना। ये मेरा परसनल आ मैं पंथ तो वक्रे होकर गल कर रहा जे किस वन टाइम कोई जिदा आप बीमारी है आपको बीमारी लगी है कोई तो बुखार चढ़े आप गोली खा लें ना इलाज कराने लिए ये भी तो एक किस्म की बीमारी है जिदा कोई इलाज है तो वो कर लेना चाहिए जो कोई दवाई खा के होंगे जो क्योंकि हॉर्मोनस की कोई प्रॉब्लम है दसते हैं जो पढ़ते हैं साइंस उन्होंने ज़्यादा पता है। तो इतने इंग्लैंड एक बीबी भी आदा ना मनदीप कौर शायद तो वो भी केस है उन्हें कोई दवाई दवाई खाधी वो हूँ नहीं केस है तुम वो भी कॉन्टैक्ट कर सकते हो जिन्हें बीबिया के है भी उन्हें कितों दवाई खाधी की खेती है ना। तो ये मेरा परसनल विचार है पंथक नहीं भी जो कोई वन टाइम कोई डॉक्टरी इलाज हैगा तो फिर कर लेना चाहिए। हाँ हाँ तो क्योंकि मैं ज़्यादा ये प्रॉब्लम होंगी है मेरे को बच्चिया मेरे तो स्ट्रैस ज़्यादा हैगा थोड़े नाल क्योंकि मैं बहुत सारिया बच्चिया मिलया हैगा वो सारा स्ट्रैस फिर मैं जो मेरे ना आके गल कर दी सारा स्ट्रैस मेरे ते रहिंदा है। तो होर भी बहुत सारे मैं अद आले दुआले में स्ट्रैस मिलते हैं कई तरह दियां प्रॉब्लम है सिख पंथ दियां सारे मैं अपना जान के मेरे ना करते हैं वो मैं डिस्कस नहीं कर सकता किसी नाल क्योंकि गुरसिख नूं ये हुक्म नहीं हैगा किसी ने थोड़े ना आके अपनी गल की तो मैं वो गल सारे च करा। तो ये अपना जी यू आप इस तरह करके लै सकते हैं जो कोई डॉक्टरी इलाज का है तो करा लो करा लिया कोई खर्चा नहीं है ये मेरा परसनल व्यू है ना। इनू तुम गुरमत नाल जोड़ के नहीं देखना। वाहगुरू जी का खालसा वाहगुरू जी की फतेह। बड़ी वड्डी सेवा वाहिगुरू जी का खालसा वाहिगुरू जी की फतेह। कोई पंथ की सेवा करनी चाहता सब तो पहला वो अपनी सेवा करे इन्ना उचा उठ जाए एक हो जाए परमात्मा नाल तो जड़ी फिर परमात्मा नू सेवा करेगा वो आपे ही उन्हूं आदेश आएगा उतों फिर वो सेवा कर लवे। तो बाकी सेवा रोज़ रोज़ ही बड़िया ने बड़ा ही सारा
ਬੜੀਆਂ ਹੀ ਸੇਵਾ ਨੇ, ਜਿਹੜੀ ਮਰਜ਼ੀ ਜਿੱਥੇ ਮਰਜ਼ੀ ਜਿੰਨੇ ਮਰਜ਼ੀ ਮੌਕੇ ਨੇ ਸੇਵਾ ਦੇ, ਜੋ ਮਰਜ਼ੀ ਕਰੀ ਜਾਓ, ਭੁੱਖਿਆਂ ਨੂੰ ਰੋਟੀ ਦਿਓ, ਲੰਗਰ ਦੇ ਭਾਂਡੇ ਮਾਂਜੋ, ਹੋਰ ਸੇਵਾ ਕਰੋ। ਹੁਣ ਪੰਥ ਦੀਆਂ ਬੜੀਆਂ ਸੇਵਾ ਨੇ, ਕਿਸੇ ਨੂੰ ਗੁਰਬਾਣੀ ਸੁਣਾਓ, ਕਿਸੇ ਨੂੰ ਗੁਰਮਤਿ 'ਚ ਕੋਈ ਟੁੱਟਾ ਹੈਗਾ ਉਹਨੂੰ ਗੁਰਮਤਿ ਨਾਲ ਜੁੜਨ ਲਈ ਪ੍ਰੇਰਨਾ ਕਰੋ, ਕਿਸੇ ਨੂੰ ਨਾਮ ਜਪਣ ਦੀ ਪ੍ਰੇਰਨਾ, ਕਿਸੇ ਨੂੰ ਅੰਮ੍ਰਿਤ ਛਕਣ ਦੀ ਪ੍ਰੇਰਨਾ, ਕਿਸੇ ਇਸ ਤਰ੍ਹਾਂ। ਇਹ ਸਾਰੀਆਂ ਹੀ ਸੇਵਾਵਾਂ ਸਾਡੀਆਂ ਹੈਗੀਆਂ ਨੇ। ਕੋਈ ਨੰਗਾ ਆ ਉਹਨੂੰ ਕੱਪੜਾ ਦੇਣਾ, ਕੋਈ ਭੁੱਖਾ ਉਹਨੂੰ ਰੋਟੀ ਦੇਣੀ, ਇਹ ਸਾਰਾ ਸੰਸਾਰ ਸਾਡਾ ਆ। ਇਹ ਸਾਰੇ ਸੰਸਾਰ ਦੀ ਸਫਾਈ ਅਸੀਂ ਕਰਨੀ ਹੈ। ਤਾਂ ਸੇਵਾ ਦਾ ਕੋਈ ਅੰਤ ਨਹੀਂ ਹੈ, ਹਰ ਪਲ 'ਤੇ ਤੁਹਾਨੂੰ ਸੇਵਾ ਦਾ ਮੌਕਾ ਮਿਲਦਾ। ਜਦੋਂ ਮਰਜ਼ੀ ਜਿੱਥੇ ਮਰਜ਼ੀ ਤੁਸੀਂ ਕਰੀ ਜਾਓ ਸੇਵਾ, ਸਭ ਗੁਰੂ ਦੀ ਸੇਵਾ ਹੀ ਹੈ। ਅਤੇ ਸਭ ਤੋਂ ਵੱਡੀ ਸੇਵਾ ਆ ਆਪਣੀ ਸੇਵਾ, ਆਪ ਉੱਚਾ ਉੱਠਣਾ, ਆਪ ਖਾਲਸਾ ਬਣਨਾ, ਆਪ ਪਰਮਾਤਮਾ ਨਾਲ ਇੱਕਮਿਕ ਹੋਣਾ, ਅੰਮ੍ਰਿਤ ਵੇਲਾ ਸੰਭਾਲਣਾ। ਜਿਹਨੇ ਆਪਣੀ ਸੇਵਾ ਨਹੀਂ ਕੀਤੀ, ਮੈਂ ਤਾਂ ਕਹਿੰਦਾ ਉਹਨਾਂ ਨੇ ਦੂਜੇ ਦੀ ਸੇਵਾ ਕੀ ਕਰਨੀ। ਤਾਂ ਪਹਿਲਾਂ ਆਪਣੀ ਸੇਵਾ ਕਰੋ, ਜਿਸ ਕੰਮ ਲਈ ਆਏ ਹੋ, ਪਈ ਪ੍ਰਾਪਤ ਮਾਨੁਖ ਦੇਰੀਆ ਗੋਬਿੰਦ ਮਿਲਣ ਕੀ, ਇਹ ਤੇਰੀ ਵਰਿਆ। ਫਿਰ ਜਦੋਂ ਇਹ ਕਰ ਲਿਆ, ਫਿਰ ਆਪ ਜਪੇ ਅਵਰਾ ਨਾਮ ਜਪਾਵੇ, ਇਹ ਦੂਜੀ ਸੇਵਾ। ਫਿਰ ਤੀਜੀ ਸੇਵਾ ਸਾਰੀ ਖੁੱਲ੍ਹੀ ਹੈ, ਜੋ ਮਰਜ਼ੀ ਸੰਸਾਰ 'ਤੇ ਜੋ ਹੁੰਦਾ ਪਿਆ, ਜਿੱਥੇ ਜਿੱਥੇ ਕੋਈ ਦੁਖੀ ਹੈ ਉੱਥੇ ਉੱਥੇ ਪਹੁੰਚੋ। ਠੀਕ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਸਿੱਖ ਅਰਦਾਸ ਕਰਦਾ ਸੀ ਪਿਆ, ਅਤੇ ਉਹਨੂੰ ਉਹਨੇ ਕਿਹਾ ਵੀ ਰਾਜ ਕਰੇਗਾ ਖਾਲਸਾ, ਅਤੇ ਅਰਦਾਸ ਕਰਕੇ ਪਿੱਛੇ ਹਟਿਆ। ਅਤੇ ਉਹਨੂੰ ਸਵਾਲ ਕੀਤਾ ਵੀ ਭਾਈ ਸਾਹਿਬ ਇਹ ਰਾਜ ਕਦੋਂ ਖਾਲਸਾ ਕਰੇਗਾ, ਜਦੋਂ ਸਾਰੀ ਉਹਨੇ ਅੱਗੋਂ ਸਵਾਲ ਕੀਤਾ ਵੀ ਬੂਢ ਮੋਏ ਨੌਕਾ ਮਿਲੇ ਕੋ ਕਾਹੇ ਚੜਾਵੂੰ। ਕਹਿੰਦਾ ਜਦੋਂ ਸਾਰੇ ਡੁੱਬ ਜਾਣਗੇ ਮਰ ਜਾਣਗੇ, ਰਾਜ ਉਦੋਂ ਮਿਲੇਗਾ ਖਾਲਸੇ ਨੂੰ। ਤਾਂ ਉਹਨੇ ਪਤਾ ਕੀ ਕਿਹਾ, ਲਿਆਓ ਖਾਲਸਾ ਹੁਣੇ ਰਾਜ ਦਵਾ ਦਿੰਦੇ ਹਾਂ। ਪਹਿਲਾਂ ਸਰਬੱਤ ਖਾਲਸਾ ਲੱਭੋ ਤਾਂ ਸਹੀ, ਖਾਲਸਾ ਹੈਗਾ ਕਿੱਥੇ ਹੈ? ਜਾਗਤ ਜੋਤ ਜਪੇ ਨਿਸਬਾਸ ਰੇਕ ਬਿਨਾ ਮਨ ਨੇਕ ਨਾਨ ਹੈ। ਪੂਰਨ ਜੋਤ ਜਗੇ ਘੱਟ ਮੈਂ ਤਬ ਖਾਲਸ, KHALSA ਲਿਖਣ ਨਾਲ ਖਾਲਸਾ ਨਹੀਂ ਬਣ ਜਾਣਾ। ਖੱਖੇ ਨੂੰ ਕੰਨਾ ਲੱਲਾ, ਸੱਸੇ ਨੂੰ ਕੰਨਾ ਪਾਣਾ, ਖਾਲਸਾ ਨਹੀਂ ਬਣ ਜਾਣਾ। ਖਾਲਸਾ ਕਿਰਦਾਰ ਦਾ ਨਾਂ ਹੈ। ਉਹ ਸਰਦਾਰ ਅਤੇ ਉਹ ਕਿਰਦਾਰ ਵਾਲੇ ਲੋਕ ਕਿੱਥੇ ਨੇ? ਲਿਆਓ ਨਾ ਲੱਭ ਕੇ ਪਹਿਲਾਂ। ਇਹ ਤਾਂ ਹੀ ਤਾਂ ਹੋ ਨਹੀਂ ਰਿਹਾ ਸਰਬੱਤ ਖਾਲਸਾ, ਤਾਂ ਹੀ ਤਾਂ ਇੱਕ ਹੋ ਨਹੀਂ ਰਹੇ, ਕਿਉਂਕਿ ਇੱਕ ਨਾਲ ਜੁੜੇ ਹੀ ਨਹੀਂ ਹੈਗੇ। ਤੋ ਜੇ ਪਹਿਲਾਂ ਸਭ ਤੋਂ ਲੋੜ ਆ ਇੱਕ ਹੋਈਏ, ਇੱਕ ਕਿਵੇਂ ਹੋਵਾਂਗੇ? ਇੱਕ ਨਾਲ ਜਦੋਂ ਜੁੜਾਂਗੇ ਸਾਡਾ ਇੰਟਰਸਟ ਇੱਕ ਹੋਏਗਾ, ਸਾਡਾ ਸਾਰਾ ਕੁਛ ਇੱਕ ਹੋਏਗਾ। ਹੁਣ ਸਾਡੇ ਇੰਟਰਸਟ ਪਤਾ ਨਹੀਂ ਕਿੰਨੇ ਕਿੰਨੇ ਨੇ, ਕਿੱਥੇ ਕਿੱਥੇ ਨੇ। ਕਿਹਨੂੰ ਖਾਲਸਾ ਆਖੋਗੇ ਤੁਸੀਂ? ਇੱਕ ਦੂਜੇ ਦੀ ਗੱਲ ਮੰਨਣ ਲਈ ਤਾਂ ਕੋਈ ਤਿਆਰ ਨਹੀਂ, ਇੱਕ ਦੂਜੇ ਨਾਲ ਬਹਿਣ ਲਈ ਤਾਂ ਕੋਈ ਤਿਆਰ ਨਹੀਂ। ਮੈਨੂੰ ਕਹਿੰਦੇ ਗੱਲ ਕਰਦੇ ਸੀ ਰਾਜ ਦੀ, ਮੈਂ ਕਿਹਾ ਚਲੋ ਰਾਜ ਤੁਹਾਨੂੰ ਦੇ ਦਿੰਦੇ ਹਾਂ, ਲੈ ਦਿੰਦੇ ਹਾਂ, ਦੇਣਾ ਕਿਹਨੂੰ ਹੈ ਰਾਜ? ਲੈ ਕੇ ਦੇਣਾ ਕਿਹਨੂੰ ਹੈ ਦੱਸੋ? ਸਟੂਡੈਂਟਸ ਫੈਡਰੇਸ਼ਨ ਨੂੰ ਦੇਣਾ, ਟਕਸਾਲ ਨੂੰ ਦੇਣਾ, ਖੰਡ ਕੀਤਨੀ ਜਥੇ ਨੂੰ ਦੇਣਾ, ਤਰਮਾਲੇ ਵਾਲਿਆਂ ਨੂੰ ਦੇਣਾ, ਹੋਰ ਕਿੰਨੇ ਕੁ ਗਣਾ ਦਿਆਂ? ਕਿਹਨੂੰ ਕਿਹਨੂੰ ਦੇਣਾ? ਕਿਹਨੂੰ ਹੈ? ਜਿਹਨੂੰ ਦੇਤਾ ਉਹਨੇ ਦੂਜਿਆਂ ਨੂੰ ਮਾਰ ਦੇਣਾ। ਉਹਨੇ ਕਹਿਣਾ ਉਹ ਤਾਂ ਵੇਖਣਾ, ਹੁਣ ਨਹੀਂ ਅਸੀਂ ਇੱਕ ਦੂਜੇ ਨੂੰ ਵੇਖਣਾ ਮੰਗਦੇ? ਤੋ ਜਿੰਨੇ ਚਿਰ ਅਸੀਂ ਇੱਕ ਨਹੀਂ ਹੁੰਦੇ ਨਾ। ਲਾਲਾ ਦੌਲਤ ਰਾਏ ਨੇ ਕਿਤਾਬ ਲਿਖੀ ਹੈ, 30 ਰੁਪਏ ਦੀ ਮਿਲਦੀ ਹੈ, ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ, ਹਰ ਇੱਕ ਸਿੱਖ ਨੂੰ ਲੈ ਕੇ ਪੜ੍ਹਨੀ ਚਾਹੀਦੀ ਹੈ। ਆਰੀਆ ਸਮਾਜੀ ਸੀਗੀ, ਆ ਕੱਟੜ ਆਰੀਆ ਸਮਾਜੀ। ਅਤੇ ਉਹ ਕਹਿੰਦਾ ਮੈਂ ਗੁਰੂ ਗੋਬਿੰਦ ਸਿੰਘ ਨੂੰ ਕਾਮ ਬੰਦਾ ਸਮਝਦਾ ਸੀ। ਕਹਿੰਦਾ ਜਦੋਂ ਮੈਂ ਪੜ੍ਹਿਆ ਅਤੇ ਜਦੋਂ ਮੈਨੂੰ ਪੜ੍ਹਿਆ ਉਹਦੀ ਬਾਣੀ ਪੜ੍ਹੀ ਅਤੇ ਫਿਰ ਮੈਨੂੰ ਪਤਾ ਲੱਗਾ ਇਹ ਬੰਦਾ ਨਹੀਂ ਹੈ ਅਤੇ ਪਰਮੇਸ਼ਰ ਸੀ। ਅਤੇ ਉਹਦੇ 'ਚ ਉਹਨੇ ਲਿਖਿਆ, ਕਹਿੰਦਾ ਹਿੰਦੁਸਤਾਨ ਇੰਨੇ ਟੁਕੜਿਆਂ 'ਚ ਵੰਡਿਆ ਹੋਇਆ ਸੀ ਅਤੇ ਫਿਰ ਇੱਕ ਦੂਜੇ ਨਾਲ ਲੜ ਲੜ ਕੇ ਆਪਣੇ ਆਪ ਨੂੰ ਹੀ ਖਤਮ ਕਰ ਰਹੇ ਸੀ। ਉਹਨੇ ਲਿਖਿਆ, ਕਹਿੰਦਾ ਜੇ ਸਾਰੇ ਮਿਲ ਕੇ ਇੱਕ ਇੱਕ ਜੱਗ ਪਾਣੀ ਦਾ ਰੋੜ ਦੇਣ ਅਤੇ ਸਾਰੀ ਮੁਗਲ ਸਲਤਨਤ ਉਹਦੇ 'ਚ ਰੁੜ ਜਾਵੇ। ਕਹਿੰਦਾ ਪ੍ਰਕਾਸ਼ ਇਹ ਇਕੱਠੇ ਨਹੀਂ ਹੁੰਦੇ, ਆਪਸ ਵਿੱਚ ਲੜ ਲੜ ਮਰ ਚਲੇ ਨੇ। ਮੈਨੂੰ ਉਹਦੀ ਉਹ ਗੱਲ ਅੱਜ ਸਿੱਖਾਂ 'ਤੇ ਇਨ ਬਿਨ ਲਾਗੂ ਹੋਈ ਦਿਸਦੀ ਹੈ। ਜੇ ਅਸੀਂ ਇਕੱਠੇ ਹੋ ਕੇ ਨਾ ਇੱਕ ਇੱਕ ਗਲਾਸ ਪਾਣੀ ਦਾ ਰੋੜ ਦਈਏ ਨਾ, ਵੱਡੀਆਂ ਵੱਡੀਆਂ ਸਲਤਨਤ ਅੱਗੇ ਰੁੜ ਜਾਣ ਉਹਦੇ। ਪਰ ਅਫਸੋਸ ਅਸੀਂ ਤਾਂ ਆਪ ਹੀ ਇੱਕ ਦੂਜੇ ਨੂੰ ਹੁਣ ਕੱਟਣ ਵੱਢਣ 'ਤੇ ਤੁਰੇ ਹੋਏ ਹਾਂ। ਕੋਈ ਹੈ ਕਿਸੇ ਦਾ ਹਵਾਰਾ ਅੰਦਰ ਬੰਦ ਆ? ਕਦੀ ਬਾਦਲ ਨੇ ਕਿਹਾ ਇਹਨੂੰ ਛੱਡੋ? ਕਦੀ ਕਿਹਾ ਉਹਨੇ? ਭਾਈ ਪਾਲ ਸਿੰਘ ਦੀ ਖੰਡ ਕੀਤਨੀ ਜਥਾ UK ਫਰੰਟ ਪੇਜ 'ਤੇ, ਭਾਈ ਪਾਲ ਸਿੰਘ ਫਰਾਂਸ ਅਤੇ ਭਾਈ ਜੀਵਨ ਸਿੰਘ ਅਤੇ ਭਾਈ ਰਾਮਾ ਸਿੰਘ ਦੀ ਫੋਟੋ ਲਾਉਂਦੇ ਸੀ। ਅੱਜ ਕਿਸੇ ਬੰਦੇ ਨੇ ਗੱਲ ਨਹੀਂ ਕੀਤੀ 7-8 ਸਾਲ ਹੋ ਗਏ, ਕੋਈ ਬਾਤ ਨਹੀਂ ਪੁੱਛਦਾ। ਤਾਂ ਫਿਰ ਇਹ ਗੱਲ ਆ, ਸਰਬੱਤ ਖਾਲਸਾ ਇੱਦਾਂ ਅਜੇ ਨਹੀਂ ਕਾਮਯਾਬ ਹੋਣਾ। ਮੇਰੇ ਆਪਣੇ ਵਿਚਾਰ ਨੇ, ਹੈ ਨਾ। ਇਹ ਜਦ ਤੱਕ ਅਸੀਂ ਖਾਲਸਾ ਹੀ ਨਹੀਂ ਤਾਂ ਸਰਬੱਤ ਖਾਲਸਾ ਕਿਵੇਂ ਆ? ਖਾਲਸਾ ਹੋਏਗਾ ਤਾਂ ਸਰਬੱਤ ਖਾਲਸਾ ਹੈ ਨਾ।
ਤੇ ਹੁਣ ਆਪਾਂ ਕਹੀਏ ਹੁਣ ਹੁਣ 95% ਤਾਂ ਸ਼ਰਾਬੀ ਪੰਥ ਹੋਇਆ ਹੈ ਤਾਂ ਤੁਸੀਂ ਸ਼ਰਾਬੀਆਂ ਦਾ ਪੰਥ ਬਣਾ ਕੇ ਇਹਨੂੰ ਰੱਖ ਦਿੱਤਾ ਤਾਂ ਸਰਬੱਤ ਖਾਲਸਾ ਕਿਵੇਂ ਕਹੋਗੇ? ਉਹ ਜਿਹੜੇ ਬਾਕੀ ਦੇ 5% ਨੇ ਉਹ ਉੱਦਾਂ ਹੀ ਇਕੱਠੇ ਹੈ ਨਹੀਂ, ਉਹ ਉੱਦਾਂ ਹੀ ਜਥੇਬੰਦੀਆਂ 'ਚ ਵੰਡੇ ਨੇ, ਨਿੱਕੇ ਨਿੱਕੇ ਟੁਕੜੀਆਂ 'ਚ ਸਾਰੇ ਵੰਡੇ ਨੇ, ਆਪਣਾ 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 ਗੁਰਦੁਆਰਾ, ਆਪਣਾ ਆਪਣਾ ਡੇਰਾ, ਆਪਣਾ ਆਪਣਾ ਧਰਮ ਬਣਾ ਕੇ ਬੈਠੇ ਹੋਏ ਨੇ, ਮੈਂ ਹੀ ਠੀਕ ਹਾਂ ਦੂਜਾ ਨਹੀਂ ਠੀਕ, ਤਾਂ ਕਿੱਦਾਂ ਹੋਏਗਾ? ਤਾਂ ਇਹ ਮੇਰੀ ਤਾਂ ਇਹੀ ਬੇਨਤੀ ਹੈ ਸਾਰੇ ਪੰਥ ਨੂੰ ਕਿ ਸੱਚੇ ਪਾਤਸ਼ਾਹ ਇੱਕ ਐਸੀ ਕਲਾ ਵਰਤਾਉਣ ਸਾਡੇ ਵਿੱਚ, ਅਸੀਂ ਇੱਕ ਹੋ ਜਾਈਏ, ਸਾਡੇ 'ਚ ਇੱਕ ਜੋਤ ਹੋਵੇ, ਸਾਡੇ ਇੰਟਰਸਟ ਇੱਕ ਹੋ ਜਾਣ, ਫਿਰ ਜਿਹੜਾ ਉਹ ਖਾਲਸਾ ਹੋਏਗਾ ਉਹ ਕਾਮਯਾਬ ਹੋਏਗਾ। ਫਿਰ ਕੋਈ ਦੁਨੀਆ ਦੀ ਤਾਕਤ ਨਹੀਂ ਹੈ ਜੋ ਫੈਸਲਾ ਕਰੇ ਉਹਨੂੰ ਮੰਨੇ ਨਾ। ਹੁਣ ਤੁਸੀਂ ਸਰਬੱਤ ਖਾਲਸਾ ਕਰੋਗੇ, ਤੁਸੀਂ 5 ਜਥੇਦਾਰ ਬਣਾ ਦਿਓਗੇ, ਜਿਹੜੇ ਅਕਾਲ ਤਖ਼ਤ 'ਤੇ ਕਾਬਜ਼ ਹੈ ਉਹ ਕਹਿੰਦੇ ਸਰਬੱਤ ਖਾਲਸਾ ਅਸੀਂ ਹਾਂ, ਸਾਨੂੰ ਵੀ ਲੋਕਾਂ ਨੇ ਚੁਣਿਆ, ਅਸੀਂ ਨਹੀਂ ਮੰਨਦੇ ਇਹਨਾਂ ਨੂੰ, ਤੁਸੀਂ ਬਣਾ ਤੇ 5, ਉਹ ਨਹੀਂ ਮੰਨਦੇ, ਉਹਨਾਂ ਨੇ ਬਣਾ ਤੇ, ਤੁਸੀਂ ਨਹੀਂ ਮੰਨਦੇ, ਬਸ ਤੁਰੇ ਫਿਰੋ। ਇੱਦਾਂ ਹੀ ਅਸੀਂ ਤੁਰੇ ਫਿਰਦੇ ਹਾਂ। ਤੋ ਮਹਾਰਾਜ ਕਰੇ ਸਾਡੀ ਕੌਮ ਨੂੰ ਸਮਤ ਬਖਸ਼ੇ, ਅਸੀਂ ਇੱਕੋ ਜੀਏ, ਇੱਕ ਗੁਰੂ ਦੇ ਸਿੱਖ ਬਣ ਜਾਈਏ, ਇੱਕੋ ਨਾਮ, ਇੱਕੋ ਬਾਣੀ ਦੇ ਧਾਰਨੀ ਹੋ, ਇੱਕੋ ਬਾਣੀ ਦੇ ਧਾਰਨੀ ਹੋਈਏ, ਸੱਚ ਬੋਲੀਏ, ਝੂਠ ਨਾ ਬੋਲੀਏ, ਬੋਲੀਏ ਸੱਚ ਧਰਮ, ਝੂਠ ਨਾ ਬੋਲੀਏ, ਜੋ ਗੁਰਵੱਟੇ ਦੱਸੇ ਵਾਟ ਮਰੀਦਾਂ ਜੋਲੀਏ, ਜੋ ਗੁਰੂ ਦਸਤਾ ਰਸਤਾ ਦੱਸਦਾ ਉੱਤੇ ਤੁਰੀਏ, ਫਿਰ ਸਰਬੱਤ ਖਾਲਸਾ ਕਰੀਏ, ਉਹ ਕਾਮਯਾਬ ਹੋਏਗਾ। ਅਜੇ ਮੈਨੂੰ ਲੱਗਦਾ ਨਹੀਂ ਕਾਮਯਾਬ ਹੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।